ਇੱਕੋ ਅੰਮ੍ਰਿਤ ਵੇਲਾ ਹੈ, ਸਾਰੇ ਪਰਉਪਕਾਰ ਸਾਰੇ ਦਾਨ ਸਾਰੀਆਂ ਭਲਾਈਆਂ ਇਹਦੇ ਵਿੱਚ ਨੇ। ਜਿਹਦੇ ਕੋਲ ਅੰਮ੍ਰਿਤ ਵੇਲਾ ਹੈ, ਮਰ ਕੇ ਨਾ ਜਾਈ ਜਿੰਨਾ ਬਿਸਰਤ ਰਾਮ। ਅੱਜ ਦੇ ਗੁਰੂ ਜਿਵੇਂ ਪਹਿਲੇ ਜਾਮੇ ਦੇ ਗੁਰੂ ਗੁਰੂ ਨਾਨਕ ਦੇਵ ਜੀ ਸੀ, ਦੂਸਰੇ ਸਮੇਂ ਦੇ ਗੁਰੂ ਗੁਰੂ ਅੰਗਦ ਦੇਵ ਜੀ ਸਨ। ਇਵੇਂ 10 ਪਾਤਸ਼ਾਹੀਆਂ ਗੁਰੂ ਗੋਬਿੰਦ ਸਿੰਘ ਤੱਕ ਹੋਈਆਂ। ਉਸ ਤੋਂ ਉਪਰੰਤ ਚਾਰੇ ਜਾ ਕੇ ਚਹੋਂ ਜੁਗੀ ਪੰਚਾਇਨ ਪ੍ਰਭ ਆਪੇ ਹੋਇਆ। ਚਾਰਾਂ ਯੁੱਗਾਂ ਦੇ ਚਾਰ ਵੇਦ ਹੋਏ, ਕਲਮੇ ਵੇਦ ਅਥਰਬਣ ਹੂਆ ਨਾਉ ਖਦਾਈ ਹਲੇ ਪਏ। ਬਾਣੀ ਚਾਹੁੰਦਾ ਨਾ ਜੁਜਮੇ ਜੋਰ ਛਲੀ ਚੰਦਰਾਵਤ, ਜੁਜਰ ਵੈਦ ਵੇਦ ਜਿਹੜਾ ਸੀ ਉਹ ਦੁਆਪਰ ਯੁੱਗ ਦਾ ਸੀ। ਸਿਆਮ ਕਹੇ ਸਿਤੰਬਰ ਸਵਾਮੀ, ਸਾਚ ਮੇ ਆਛੇ ਸਾਚ ਸੱਚ ਰਹੇ, ਸਭ ਕੋ ਸੱਚ ਸੁਮਾਰੇ। ਸਿਆਮ ਵੇਦ ਜਿਹੜਾ ਸੀ ਉਹ ਸਤਯੁਗ ਦਾ ਸੀ। ਸਿਆਮ ਕਹੇ ਸਤੰਬਰ ਸਵਾਮੀ, ਸਾਚ ਮੇ ਆਛੇ ਸੱਚ ਰਹੇ, ਸਭ ਕੋ ਸੱਚ ਸੁਮਾਰੇ। ਰਿਗ ਕਹੇ ਰਹਿਆ ਭਰਪੂਰ, ਰਾਮ ਨਾਮ ਦੇਵਾ ਮੇ ਸੂਰ। ਰਿਗ ਵੇਦ ਜਿਹੜਾ ਸੀ ਉਹ ਤ੍ਰੇਤੇ ਯੁੱਗ ਦਾ ਸੀ। ਜੁਜਮੇ ਜੋਰ ਛਲੀ ਚੰਦਰਾਵਲ, ਇਹ ਵੇਦ ਜਿਹੜਾ ਸੀ ਇਹ ਦੁਆਪਰ ਯੁੱਗ ਦਾ ਵੇਦ ਸੀ। ਚਾਰ ਵੇਦ, ਚਾਰਾਂ ਯੁੱਗਾਂ ਦੇ ਚਾਰ ਵੇਦ ਹੋਏ ਨੇ, ਚਾਰੇ ਜਾਗੇ ਚੌਂ ਯੁਗੀ। ਕਲਮੇ ਵੇਦ ਅਥਰਮਣ ਹੂਆ ਨਾਉ ਖਦਾਈ ਅਲਹੋ ਪਇਆ। ਕਲਯੁਗ ਦਾ ਵੇਦ ਅਥਰਮਣ ਵੇਦ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੀ, ਹੁਣ ਚਾਰ ਵੇਦਾਂ ਤੋਂ ਬਾਅਦ ਦੁਨੀਆ ਨੂੰ ਤਾਰਨ ਵਾਸਤੇ ਪੰਚਾਇਨ ਪ੍ਰਭ ਆਪੇ ਹੋਆ। ਚਾਰਾਂ ਯੁੱਗਾਂ ਵਿੱਚ ਤਾਂ ਉਹਨੇ ਆਪਣੀ ਵਿਦਿਆ ਭੇਜੀ ਹੈ, ਗਿਆਨ ਭੇਜਿਆ ਹੈ, ਉਪਦੇਸ਼ ਭੇਜਿਆ ਹੈ, ਪਰ ਕਲਯੁਗ ਦੇ ਵਿੱਚ ਉਹਨੂੰ ਆਪ ਆਉਣਾ ਪਿਆ। ਆਖੋ ਸ੍ਰੀ ਆਪ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ। ਪੰਚਾਇਨ ਪ੍ਰਭ ਆਪੇ ਹੋਆ। ਪੰਜਵਾਂ ਜਿਹੜਾ ਸੀ ਵੇਦ, ਚਾਰ ਵੇਦ ਆਏ, ਜਦੋਂ ਪੰਜਵਾਂ ਗ੍ਰੰਥ ਆਇਆ ਧਰਤੀ ਦੇ, ਉਹ ਫਿਰ ਗ੍ਰੰਥ ਨਹੀਂ, ਉਹ ਗ੍ਰੰਥ ਦੇ ਵਿੱਚ ਗੁਰੂ ਆਪ ਗੁਰੂ ਦੇ ਰੂਪ ਵਿੱਚ ਆਪ ਨਿਰੰਕਾਰ ਆਇਆ। ਇਹ ਜ਼ਰੂਰ ਕਿ ਸਾਡੇ ਭਾਗ ਐਸੇ ਨੇ ਕਿ ਬਾਪ ਹੋਵੇ ਸ਼ਾਹੂਕਾਰ ਤੇ ਪੁੱਤਰ ਗਲੀਆਂ ਚ ਮੰਗਦਾ ਹੋਵੇ। ਬਾਪ ਸ਼ਾਹੂਕਾਰ ਹੋਵੇ ਇੰਨਾ ਸ੍ਰਿਸ਼ਟੀ ਦਾ ਰਾਜਾ ਹੋਵੇ, ਬਾਪ ਦੇ ਘਰ ਸਭ ਕੁਝ ਹੋਵੇ, ਪਰ ਪੁੱਤਰ ਦੇ ਭਾਗ ਖੋਟੇ ਹੋਣ ਕਿ ਉਹ ਭੀਖ ਮੰਗਦਾ ਹੋਵੇ। ਇਹ ਹਾਲ ਹੋ ਗਿਆ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਨਿਰੰਕਾਰ ਪੰਚਾਇਨ ਪ੍ਰਭ ਆਪੇ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਗੁਰੂ ਖਤਮ ਹੋ ਗਏ, ਗੁਰੂ ਗੋਬਿੰਦ ਸਿੰਘ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੇ। ਜੇ ਗੁਰੂ ਨਾਨਕ ਦੇ ਚਰਨ ਮਹਾਨ ਨੇ ਕਿ ਬੁਰਹਾਨਪੁਰ ਆਪਾਂ ਕਿੰਨੀ ਮਹਿਮਾ ਦੇਖਦੇ ਹਾਂ, ਮੰਨਦੇ ਹਾਂ ਕਿੰਨੀ ਸ਼ਰਧਾ ਨਾਲ, ਗੁਰੂ ਸਾਹਿਬ ਨੇ ਚਰਨ ਪਾਏ ਸੀ, ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸੀ, ਇੱਥੇ ਤਾਂ ਬੈਠੇ ਆ, ਇੱਥੇ ਤਾਂ ਬੈਠੇ। ਇੱਥੋਂ ਤੱਕ ਕਿ 10 ਗੁਰੂਆਂ ਨੇ ਕਿਹਾ ਹੈ, ਬਾਬਾ ਬੁੱਢਾ ਜੀ ਨੂੰ ਜਦ ਕਿਹਾ ਸੀ ਨਾ ਗੁਰੂ ਅਰਜਨ ਦੇਵ ਜੀ ਨੇ ਕਿ ਬਾਬਾ ਬੁੱਢਾ ਜੀ ਗ੍ਰੰਥ ਖੋਲੋ, ਹੁਕਮਨਾਮਾ ਲਵੋ, ਸਾਰੇ ਪੰਥ ਨੂੰ ਸੁਣਾਓ। ਅਤੇ ਉਸ ਸਮੇਂ ਗੁਰੂ ਅਰਜਨ ਦੇਵ ਜੀ ਜਾਂ ਗੁਰੂ ਗੋਬਿੰਦ ਸਿੰਘ, ਉਹਨਾਂ ਨੇ ਕਿਹਾ ਮੇਰੇ ਤੋਂ ਵੱਧ ਕੇ ਮੰਨਿਆ ਜੀ। ਸਤਿਗੁਰਾਂ ਨੇ ਕਿਹਾ ਵੀ ਸਾਡੇ ਤੋਂ ਵੱਧ ਕੇ ਆ ਇਹ ਗੁਰੂ, ਸਾਡੇ ਤੋਂ ਘੱਟ ਨਹੀਂ, ਸਾਡੇ ਤੋਂ ਵੱਧ ਕੇ। ਇੱਕ ਮਹਾਤਮਾ ਸੀ,
क्योंकि गल करिए तो फिर उन्हों का भी अपना बड़ा पंथ है, पर रखते चोरी ने। सानू एक बड़े वेद वैदगी दे विच सी, उन्हां दा प्रेम रखते सी, उन्हां महात्मा दे कोल लै गई, उन्हां नू दिमाग दा कैंसर हो गया सी, क्योंकि सेवकां दा भार महात्मा ते पएगा। जे ता महात्मा पूरा होएगा ते उस भार नू साड़ दे देगा नाम, नहीं तो महात्मा नू चकना पड़ेगा। नाम ऐसी शक्ति है कि महात्मा दुनिया दे पाप साधुआं ते आउंदे आ, साधु साड़ देंदे आ पाप, दुनिया दे पाप तीर्थां ते आउंदे आ, ਜਦੋਂ ਤੀਰਥਾਂ ਤੇ ਸਾਧੂ ਜਾਂਦੇ ਆ ਉਹਨਾਂ ਦੇ ਪਾਪ ਹੌਲੇ ਹੋ ਜਾਂਦੇ ਆ। ਪਾਪੀ ਪੁਰਸ਼ ਤੀਰਥਾਂ ਦੇ ਪਾਪ ਛੱਡ ਆਉਂਦੇ ਆ, ਸਾਧੂ ਤੀਰਥਾਂ ਤੇ ਜਾ ਕੇ ਪਾਪ ਧੋ ਆਉਂਦੇ ਆ, ਤੀਰਥਾਂ ਨੂੰ ਹੌਲਿਆਂ ਕਰਦੇ। ਇਸ ਕਰਕੇ ਬਾਣੀ 'ਚ ਲਿਖਿਆ ਜਿਤਨੇ ਤੀਰਥ ਦੇਵੀ ਥਾਪੇ, ਇੱਕ ਨਹੀਂ ਜਿਤਨੇ ਵੀ, ਜਿਤਨੇ ਲੋਚੇ ਧੂਰ ਸਾਧੂ ਕੀਤਾ। ਤੀਰਥ ਹਰ ਵੇਲੇ ਅਰਦਾਸ ਕਰਦੇ ਆ, ਨਿਰੰਕਾਰ ਸਾਡੇ ਤੇ ਪਾਪਾਂ ਦਾ ਬੋਝ ਹੋ ਗਿਆ ਏ, ਆਪਦਾ ਰੂਪ ਕੋਈ ਸਾਧੂ ਭੇਜ, ਉਹਦੇ ਚਰਨ ਪੈਣਗੇ, ਸਾਡੇ ਪਾਪ ਸੜ। ਇੱਥੋਂ ਤੱਕ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਦੇਖੀਆਂ ਕਿ ਕਾਲੇ ਰੰਗ ਦੀਆਂ ਤਿੰਨ ਗਊਆਂ ਆਈਆਂ ਨੇ, ਜਿੱਥੇ ਗੁਰੂ ਨਾਨਕ ਦੇਵ ਜੀ ਦਾ ਡੇਰਾ ਏ ਕਰਤਾਰਪੁਰ, ਉਹਦੇ ਵਿੱਚ ਆਣ ਕੇ ਧੂੜੀ ਦੇ ਵਿੱਚ ਲੇਟੀਆਂ ਨੇ, ਮਸਤਕ ਟੇਕਿਆ ਤੇ ਉਹ ਚਿੱਟੇ ਰੰਗ ਦੀਆਂ ਉਜਲੀਆਂ ਹੋ ਕੇ ਚਲੀਆਂ ਨੇ। ਲਹਿਣਾ ਜੀ ਪੁੱਛਦੇ, ਤੁਸੀਂ ਕੌਣ ਸ਼ਕਤੀਆਂ ਹੋ ਕਿ ਤੁਹਾਡਾ ਰੰਗ ਆਉਣ ਸਮੇਂ ਕਾਲਾ ਸੀ, ਜਾਣ ਸਮੇਂ ਚਿੱਟਾ ਹੈ, ਤੁਸੀਂ ਕਿਹੜੀਆਂ ਸ਼ਕਤੀਆਂ ਹੋ? ਕਹਿਣ ਲੱਗੇ ਲਹਿਣਾ ਜੀ, ਅਸੀਂ ਤਿੰਨ ਸ਼ਕਤੀਆਂ ਇਸ ਧਰਤੀ ਦੀਆਂ ਮਹਾਨ, ਜਿਹੜੀਆਂ ਤਿੰਨ ਨਦੀਆਂ ਰੂਪੀ ਮੰਨੀਆਂ ਜਾਂਦੀਆਂ, ਤਿੰਨ ਦੇਵਤੇ ਰੂਪੀ ਮੰਨੀਆਂ ਜਾਂਦੀਆਂ। ਜਿਵੇਂ ਵੈਸ਼ਨੋ ਦੇਵੀ ਜਾਓ ਤੇ ਤਿੰਨ ਪਿੰਡੀਆਂ ਲੱਗੀਆਂ ਉੱਥੇ ਜਿਨ੍ਹਾਂ ਦੀ ਪੂਜਾ ਹੁੰਦੀ, ਇਹ ਤਿੰਨ ਮਹਾਨ ਸ਼ਕਤੀਆਂ ਮੰਨੀਆਂ ਗਈਆਂ। ਚੈਤਰ ਵਹਿਣੀ 'ਚ ਲੈ ਲਓ, ਤਿੰਨ ਦੇਵਤਿਆਂ 'ਚ ਲੈ ਲਓ, ਤਿੰਨ ਦੇਵੀਆਂ ਚ ਲੈ ਲਓ। ਇਹ ਵੀ ਆਪਣੇ ਸਮੇਂ ਦੀਆਂ ਸ਼ਕਤੀਆਂ ਹੋਈਆਂ ਨੇ। ਚੰਡਕਾ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਯੁੱਧ ਜਿਹੜਾ ਦਸਮ ਗ੍ਰੰਥ ਦੇ ਵਿੱਚ ਲਿਖਿਆ, ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੰਡਕਾ ਨੇ ਪ੍ਰਗਟ ਹੋ ਕੇ ਚੰਡੀ ਦੀ ਵਾਰ ਵੀ ਲਿਖੀ ਹੈ, ਚੰਡੀ ਚਰਿੱਤਰ ਵੀ ਲਿਖਿਆ ਕਿ ਜੋ ਜੋ ਉਹ ਦੇਵੀ ਨੇ ਪ੍ਰਗਟ ਹੋ ਕੇ ਦੈਂਤਾਂ ਦਾ ਨਾਸ ਕੀਤਾ, ਜੋ ਜੋ ਆਪਣੀ ਕਰਾਮਾਤ ਸ਼ਕਤੀ ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਦੇ ਵਿੱਚ ਪੂਰਾ ਚਰਿੱਤਰ ਉਹ ਲਿਖਿਆ ਹੋਇਆ। ਇਹ ਸ਼ਕਤੀਆਂ ਸੀ, ਇਹ ਸ਼ਕਤੀ ਰੂਪੀ ਪ੍ਰਗਟ ਹੋਈਆਂ ਸੀ ਸਮੇਂ ਨਾਲ। ਸ਼ਕਤੀ ਰੂਪ ਨਰਸਿੰਘ ਹੋਇਆ ਸੀ ਪ੍ਰਗਟ, ਉਹ ਕੇਵਲ ਹਰਨਾਕਸ਼ ਨੂੰ ਮਾਰਨ ਵਾਸਤੇ। ਇਹ ਚੰਡੀ ਪ੍ਰਗਟ ਹੋਈ ਸੀ ਦੈਂਤਾਂ ਦਾ ਨਾਸ ਕਰਨ ਵਾਸਤੇ ਹੋਈ ਸੀ। ਦਸ ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ ਸੰਤ ਰੂਪ ਵਿੱਚ ਆਈਆਂ ਨੇ, ਸਤਿਗੁਰੂ ਰੂਪ ਵਿੱਚ ਆਈਆਂ ਨੇ। ਆਪ ਨਿਰੰਕਾਰ ਆਇਆ ਹੈ, ਉਹਨਾਂ ਨੂੰ ਕਿਸੇ ਨੇ ਸੰਤ ਰੂਪ ਜਾਣਿਆ, ਕਿਸੇ ਨੇ ਗੁਰੂ ਰੂਪ ਜਾਣਿਆ, ਕਿਸੇ ਨੇ ਸਤਿਗੁਰੂ ਰੂਪ ਕਰਕੇ ਮੰਨਿਆ ਹੈ। ਜਿਵੇਂ ਜਿਵੇਂ ਕਿਸੇ ਨੇ ਮੰਨਿਆ ਹੈ ਉਵੇਂ ਉਵੇਂ ਉਹਨਾਂ ਨੇ ਫਲ ਲਿਆ। ਜਿੰਨਾ ਕਿਸੇ ਨੂੰ ਦਿਸ ਗਿਆ ਗੁਰੂ ਨਾਨਕ ਉਹੀ ਸੀ, ਜਿੰਨਾ ਕੁ ਗੁਰੂ ਨਾਨਕ ਕਿਸੇ ਨੂੰ ਜਿਸ ਰੂਪ ਨਜ਼ਰ ਆਇਆ
ਉੱਥੋਂ ਤੱਕ ਉਹ ਪਹੁੰਚ ਗਿਆ। ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਮਹਾਰਾਜ ਕਹਿਣ ਲੱਗੇ, ਮਹਾਰਾਜ ਤੁਹਾਨੂੰ ਸਤਿਗੁਰੂ ਆਪਣਾ ਰੂਪ ਦੇ ਕੇ ਗਏ ਨੇ, ਆਪਣਾ ਰੂਪ ਬਣਾ ਗਏ, ਪਰ ਅਸੀਂ ਵੀ ਸਤਿਗੁਰਾਂ ਨਾਲ ਰਹੇ ਹਾਂ ਬਹੁਤ ਸਮਾਂ, ਤੁਹਾਡੇ ਤੋਂ ਜ਼ਿਆਦਾ ਸਮਾਂ ਅਸੀਂ ਗੁਰੂ ਨਾਨਕ ਸਾਹਿਬ ਨਾਲ ਰਹੇ ਹਾਂ। ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਬਾਲਾ ਜੀ ਦੱਸੋ ਗੁਰੂ ਨਾਨਕ ਸਾਹਿਬ ਕੌਣ ਸੀ? ਮਹਾਰਾਜ ਗੁਰੂ ਨਾਨਕ ਸਾਹਿਬ ਬਹੁਤ ਉੱਚ ਕੋਟੀ ਦੇ ਸਾਧੂ ਸੀ, ਬੜੀ ਉੱਚੀ ਅਵਸਥਾ ਦੇ ਸੰਤ ਸੀ, ਉਹਨਾਂ ਦੇ ਸਾਰੇ ਕਾਰਜ ਆਪ ਕਰਤਾਰ ਕਰਦਾ ਸੀ। ਕਹਿੰਦੇ ਮਹਾਰਾਜ ਤਬੇ ਚਲਾਇਓ ਪੰਥ, ਪਰ ਹੁਣ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ਜਾਣ ਕੇ ਮੰਨਿਓ, ਇਹ ਭਾਵਨਾ ਬਣਾ ਲਿਓ। ਇੱਥੇ ਬੈਠੇ ਤੁਸੀਂ ਸੋਚੋ ਕਿ ਆਪਣੇ ਵਿੱਚੋਂ ਕਿਸੇ ਨੂੰ ਇੱਥੇ ਗੁਰੂ ਨਾਨਕ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਦਿਸ ਪਏ ਮਾੜੇ ਜੀ, ਚਿਚ ਘੋੜਾਈ ਪੈਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਜਗ੍ਹਾ ਤੇ ਦਸਾਂ ਗੁਰੂਆਂ ਵਿੱਚੋਂ ਕਿਸੇ ਗੁਰੂ ਦਾ ਕਿਸੇ ਵਿੱਚ ਘੋੜਾ ਪਏ, ਇੱਕ ਵਾਰੀ ਦੋ ਵਾਰੀ ਥੋੜ੍ਹਾ ਜਿਹਾ ਲੱਗੇ ਕਿ ਵਾਕਈ ਸੱਚ ਉਹਦੇ ਪੈਰ ਨਹੀਂ ਲੱਗਣੇ ਧਰਤੀ ਕਿ ਮੈਨੂੰ ਦਰਸ਼ਨ ਹੋ ਗਏ, ਬਸ ਇੱਥੇ ਹੀ ਖੜੇ। ਜੇ ਉਹ ਦਰਸ਼ਨ ਅਸੀਂ ਆਹ ਦਰਸ਼ਨ ਮੰਨ ਲਈਏ ਤਾਂ ਕੋਈ ਫਰਕ ਨਹੀਂ। ਗੁਰੂ ਗੋਬਿੰਦ ਸਿੰਘ ਜਾਂ ਗੁਰੂ ਨਾਨਕ ਸਾਹਿਬ ਇਹ ਰੂਪ ਹੀ ਬਣ ਲਓ, ਜੋ ਹੈਗਾ ਜੋ ਹੈਗਾ ਤੁਹਾਡੇ ਸਾਹਮਣੇ ਇਹ ਤੱਕ ਮੰਨ ਲਓ, ਜੋ ਰੂਪ ਇਸੇ ਰੂਪ ਨੂੰ ਗੱਦੀ ਦੇਖੇ ਗਏ ਨੇ। ਪਾਤਸ਼ਾਹ ਤਾਂ ਇੱਕ ਪੱਥਰ ਤੇ ਮਿਹਰ ਕਰ ਦਿੰਦੇ, ਮੱਕੇ ਵਿੱਚ ਕੀ ਹੈ? ਜਿਸ ਮੱਕੇ ਦੇ ਲੋਕ ਗੇੜੇ ਦਿੰਦੇ ਉਹ ਕੀ ਹੈ? ਜਿਹੜੇ 12 ਜੋਤੀ ਲਿੰਗ ਨੇ ਉਹ ਕੀ ਨੇ? ਜਿਹੜੇ 4 ਧਾਮ ਨੇ ਹਿੰਦੂ ਧਰਮ ਦੇ ਮਹਾਨ ਨੇ, 68 ਤੀਰਥ ਨੇ, ਕੀ ਨੇ? ਪੱਥਰ ਨੇ। ਉਹ ਪੱਥਰ ਨੂੰ ਪ੍ਰਭੂ ਬਣੀ ਬੈਠੇ ਆ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਨਹੀਂ ਮੰਨਦੇ? ਉਹਨਾਂ ਨੇ ਪੱਥਰ ਨੂੰ ਪ੍ਰਭੂ ਮੰਨਿਆ। ਨਵਾਉਂਦੇ ਵੀ ਇਹ ਦੁੱਧ ਦਹੀਂ ਨਾਲ, ਵਸਤਰ ਵੀ ਪਾਉਂਦੇ ਆ, ਕਈ ਕੁਝ ਕਰਦੇ ਆ ਪੂਜਾ ਦੇ ਵੀ। ਪੂਜਾ ਧੂਪ ਗੁਰੂ ਗੋਬਿੰਦ ਸਿੰਘ ਦੇ ਬਚਨੇ ਕਿ ਪੂਜਾ ਸਮੱਗਰੀ ਨਾਲ ਕਰਨੀ ਚਾਹੀਦੀ। ਸਾਡੇ ਚ ਕੱਟੜਵਾਦ ਉੱਠਿਆ ਪਿੱਛੇ ਸਮੇਂ, ਉਹਨੇ ਬਹੁਤ ਵੱਡੇ ਬਖੇੜੇ ਖੜੇ ਕੀਤੇ ਵਿਵਾਦ। ਕੱਟੜ ਸਿੱਖ ਸੀ, ਕੱਟੜਪੰਥੀ ਸੀ, ਕੁਝ ਵਿੱਚ ਕੀ ਸੰਤ ਵੀ ਐਸੇ ਸੀ। ਉਹਨਾਂ ਨੇ ਪਹਿਲਾਂ ਤਾਂ ਹਿੰਦੂ ਤੇ ਸਿੱਖ ਨੂੰ ਪਾੜਿਆ ਚੰਗੀ ਤਰ੍ਹਾਂ, ਫਿਰ ਉਹਨਾਂ ਨੇ ਕਿਹਾ ਆ ਵੇਦ ਸ਼ਾਸਤਰ ਗ੍ਰੰਥ ਸਿਮਰਤ ਪੁਰਾਣ ਰਮਾਇਣ ਇਹ ਸਾਡਾ ਕੰਮ ਹੀ ਨਹੀਂ, ਵੜਨੇ ਨਹੀਂ ਚਾਹੀਦੇ ਸਾਡੇ। ਸਾਡੇ ਸਾਰੇ ਮਹਾਂਪੁਰਸ਼ਾਂ ਦੇ ਪੁਰਾਣਿਆਂ ਦੇ ਡੇਰਿਆਂ ਵਿੱਚ ਉਹਨਾਂ ਦੇ ਗ੍ਰੰਥ ਅਜੇ ਪਏ ਨੇ, ਭਗਵਤ ਪੁਰਾਣ ਵੀ ਹੈ, ਰਮਾਇਣ ਵੀ ਹੈ, ਸਾਰੇ ਪਏ ਹੋਣੇ, ਯੋਗ ਵਿਸ਼ਿਸ਼ਟ ਵੀ ਹੈ, ਸਾਰੇ ਸਾਧੂ ਪੜ੍ਹਦੇ ਸੀ, ਹਰ ਹਰ ਕਥਾ ਸੁਣੀ ਪੁਰਾਣ ਯੁੱਗ ਨੂੰ। ਸਭ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਹਦਾ ਪੁਰਾਣਾਂ ਦੀ ਕਥਾ ਸੁਣਦੇ ਸੀ। ਗੁਰੂ ਗੋਬਿੰਦ ਸਿੰਘ ਨੇ ਤਾਂ ਹੱਦ ਕਰਦੀ, ਆਪ ਹੀ ਲਿਖਤੀ, ਰਮਾਇਣ ਵੀ ਲਿਖਤੀ, ਰਾਮ ਚਰਿੱਤਰ, ਕ੍ਰਿਸ਼ਨ ਅਵਤਾਰ, ਆਪ ਹੀ ਭਗਵਾਨ ਕ੍ਰਿਸ਼ਨ ਦੀ ਸਾਰੀ ਕਥਾ ਲਿਖਤੀ। ਸਾਡੇ ਵਿੱਚ ਹੋਏ ਬੜੇ ਇਹੋ ਜਿਹੇ, ਪਰ ਉਹਨਾਂ ਪੱਲੇ ਕਾਣੀ ਕੋਟੀ ਨਹੀਂ ਸੀ ਹੰਕਾਰ ਦੱਸੋ, ਹੁਣ ਵੀ ਹੈਗੇ ਛੁੱਟੇ ਤਿਲ ਬੁਆੜ ਜੋ ਸੁੰਝੇ ਅੰਦਰ ਖੇਤ, ਸਾਡੇ ਹੁਣ ਵੀ ਗੁਰਦੁਆਰਿਆਂ ਵਿੱਚ ਹੈਗੇ ਨੇ। ਕਹਿੰਦੇ ਨੇ ਦਿਲਾਂ ਦੇ ਵਿੱਚ ਤਿਲ ਪੈਦਾ ਬੂਟੇ ਸੀ, ਫੜੇ ਵੀ ਫਲੀਏ ਫੁਲੀਏ ਬੱਪੜੇ ਭੀਤਾਂ ਵਿੱਚ ਸਵਾ, ਪਰ ਉਹਨਾਂ ਦੇ ਜਿਹੜੇ ਦਿਲਾਂ ਦੀ ਡੋਡੀ ਸੀ ਨਾ, ਉਹਦੇ ਵਿੱਚ ਤਿਲ ਨਾ ਬਣੇ, ਸਵਾ ਬਣ ਗਈ ਸਾਰੀ।
ਕਣਕ ਦੇ ਸਿੱਟੇ ਹੁੰਦੇ ਨੇ, ਗੇਹੂੰ ਜਿਹੜਾ ਆਪਾਂ ਰੋਟੀ ਖਾਂਦੇ ਹਾਂ, ਇਹਦੇ ਵਿੱਚ ਕਈ ਸਿੱਟੇ ਐਸੇ ਨਿਕਲ ਆਉਂਦੇ ਆ, ਉਹਨਾਂ ਨੂੰ ਦਾਣੇ ਵੀ ਪੈ ਜਾਂਦੇ ਆ, ਸਿੱਟਾ ਵੀ ਨਿਕਲਿਆ ਹੁੰਦਾ ਹੈ, ਪਰ ਉਹ ਸੜ ਕੇ ਕਾਲੇ ਹੋ ਕੇ ਸਵਾਹ ਹੋ ਗਏ। ਐਸੇ ਲੋਕ ਨੇ ਸਾਡੇ ਧਰਮ ਵਿੱਚ, ਸਾਡੇ ਪੰਥ ਵਿੱਚ, ਸਾਡੇ ਆਗੂਆਂ ਵਿੱਚ, ਸਾਡੇ ਗੁਰਦੁਆਰਿਆਂ ਵਿੱਚ, ਹਰ ਸਮਾਜ ਵਿੱਚ। ਉਹ ਉਹਨਾਂ ਵਾਂਗੂ ਹੁੰਦੇ, ਉਹਨਾਂ ਦੇ ਫਲ ਸਿੱਧੇ ਹੁੰਦੇ, ਕਦੀ ਵੀ ਉਹਨਾਂ ਨੂੰ ਗੁਰਮਤ ਦੀ ਗੱਲ ਦਾ ਨਹੀਂ, ਹੰਕਾਰ ਤੋਂ ਸਵਾਹ ਕੱਖ ਪਤਾ ਹੀ ਨਹੀਂ। ਸਿਰਫ ਗੁਰੂ ਘਰਾਂ 'ਚ ਫੂਮ ਫਾਂ ਕਰਕੇ ਚਲੇ ਜਾਣਗੇ, ਹੁਕਮ ਚਲਾ ਕੇ ਚਲੇ ਜਾਣਗੇ, ਇੱਕ ਕਾਣੀ ਕੋਟੀ ਪੱਲੇ ਨਹੀਂ ਲੈ ਕੇ ਜਾਣਗੇ। ਨਾ ਉਹਨਾਂ ਦੇ ਘਰ 'ਚ ਸ਼ਾਂਤੀ ਹੋਏਗੀ, ਨਾ ਉਹਨਾਂ ਦੀ ਧੀਆਂ ਪੁੱਤਾਂ ਦੀ ਬਣਦੀ ਹੋਏਗੀ, ਨਾ ਆਪਣੀ ਬਣਦੀ ਹੋਏਗੀ, ਨਾ ਆਪਣਾ ਮਨ ਜੁੜਦਾ ਹੋਵੇਗਾ, ਨਾ ਕਾਰੋਬਾਰ ਵੱਲੋਂ ਸੁਖੀ ਹੋਣਗੇ। ਕਿਉਂਕਿ ਜਿਹੜੇ ਗੁਰੂ ਘਰ ਵਿੱਚ ਐਸਾ ਕਰ ਜਾਂਦੇ ਆ, ਉਹਨਾਂ ਦੇ ਸਭ ਕੁਝ ਸੜ ਜਾਂਦਾ ਹੈ, ਸੜ ਕੇ ਸੁਆਹ ਹੋ ਜਾਂਦਾ। ਇਹ ਘਰ ਇੱਕ ਐਸਾ ਹੈ ਜਿੱਥੇ ਨੀਵੇਂ ਹੋ ਕੇ ਆਉਣਾ ਹੈ, ਨਿਉਂ ਕੇ ਹੀ ਰਹਿਣਾ। ਸਾਧ ਸੰਗਤ ਮਿਲ ਹੁਕਮ ਕਾਉਣਾ, ਇੱਥੇ ਹੁਕਮ ਕਮਾਉਣਾ ਸਾਧ, ਇੱਥੇ ਆਪਣਾ ਆਪ ਨਹੀਂ ਵਿਖਾਉਣਾ, ਇੱਥੇ ਤਾਂ ਸੇਵਾ ਕਰਨੀ ਹੈ, ਦਾਸ ਬਣ ਕੇ ਰਹਿਣਾ, ਕੁਝ ਖੱਟਣਾ ਹੈ। ਪਰ ਜਦੋਂ ਇੱਥੋਂ ਤੱਕ ਸਿੱਖ ਪਹੁੰਚਦੇ ਆ ਕਿ ਪ੍ਰਧਾਨਗੀਆਂ ਦੇ ਮਿੰਬਰੀਆਂ ਲਈ ਜੋ ਕੁਝ ਤਮਾਸ਼ਾ ਕਰਦੇ ਆ, ਫਿਰ ਸਿੱਖ ਪੰਥ ਨਹੀਂ ਰਹਿ ਜਾਂਦਾ, ਫਿਰ ਤਾਂ ਦੂਜੀਆਂ ਇਲੈਕਸ਼ਨਾਂ ਨਾਲੋਂ ਵੀ ਮਾੜਾ ਇਲੈਕਸ਼ਨ ਹੋ ਜਾਂਦਾ। ਜਦੋਂ ਇੰਨਾ ਕੁਝ ਕਰਦੇ ਆ, ਗੁਰਦੁਆਰਿਆਂ ਨੂੰ ਤਾਲੇ ਲਵਾਉਣ ਤੱਕ ਜਾਣਗੇ, ਇਹ ਸਿੱਖੀ ਦੀ ਪੜ੍ਹਾਈ ਦੱਸੋ ਕਿਹੜੇ ਗ੍ਰੰਥ ਵਿੱਚ ਲਿਖੀ ਹੋਈ? ਜੋ ਤਮਾਸ਼ਗਿਰੀ ਅਸੀਂ ਗੁਰਦੁਆਰਿਆਂ ਵਿੱਚ ਕਰਦੇ ਹਾਂ, ਇਹ ਕਿਹੜੇ ਗ੍ਰੰਥ ਵਿੱਚ ਲਿਖੀ ਹੋਈ ਦੱਸੋ? ਛੱਡ ਕੇ ਆਪਣੇ ਕਾਰੋਬਾਰ ਕਰਕੇ ਉੱਥੋਂ ਮੱਥਾ ਟੇਕ ਲਓ, ਉੱਥੋਂ ਮੱਥਾ ਟੇਕ ਲਓ, ਕੋਈ ਲੈ ਲਵੋਗੇ ਤਾਂ ਤੁਸੀਂ ਗੁਆ ਗੁਆ ਕੇ ਤੁਰੇ ਜਾਓਗੇ। ਹੰਕਾਰ ਨਹੀਂ ਇੱਥੇ ਪਾਉਂਦਾ, ਆਕੜਾ ਫਾਕੜਾ ਨਹੀਂ ਇੱਥੇ ਚੱਲਦੀ, ਫਿਰ ਦੋ ਦਿਸ਼ਾ ਵੀ ਹੁੰਦੀ ਹੁੰਦਿਆਂ ਤੋਂ ਫਿਰ ਸਮਝਦੇ ਵੀ ਨਹੀਂ ਕਿ ਸਾਡੇ ਨਾਲ ਕਿਉਂ ਹੋ ਰਿਹਾ। ਪਤਾ ਵੀ ਲੱਗ ਜਾਂਦਾ ਕਿ ਅਸੀਂ ਬੇਅਦਬੀਆਂ ਕੀਤੀਆਂ ਗੁਰੂ ਘਰ, ਅਸੀਂ ਸਜ਼ਾ ਭੋਗ ਰਹੇ ਹਾਂ ਕਿਸੇ ਪਾਸਿਓਂ, ਪਰ ਅਜਿਹੂ ਨਾ ਸਮਝ, ਅਜੇ ਵੀ ਨਹੀਂ ਸਮਝ। ਇੰਨੇ ਕਠੋਰ ਨੇ ਕਿ ਪੱਥਰ ਤੋਂ ਵੀ ਕਠੋਰ ਹੈ, ਸਮਝਦੇ ਹੀ ਨਹੀਂ। ਕਲਯੁਗ ਹੈ, ਕਲਯੁਗ ਆਪਣੇ ਰੰਗ ਦਿਖਾਉਂਦਾ। ਜਿਹੜੇ ਸਿੱਖ ਨੇ ਗੁਰੂ ਘਰ ਵਿੱਚ ਸੇਵਾ ਹੀ ਕੀਤੀ ਹੈ ਨਾ, ਕਿਸੇ ਅਹੁਦੇ ਵੱਲ ਵੇਖਿਆ ਨਹੀਂ, ਉਹ ਸਿੱਖ ਮਹਾਨ। ਆ ਪਿੱਛੇ ਜੇ ਤਬਾਹੀ ਹੋਈ, ਬੜੇ ਧਾਰਮਿਕ ਸਥਾਨਾਂ ਦੇ, ਹੇਮਕੁੰਡ ਸਾਹਿਬ ਦਾ, ਕੇਦਾਰਨਾਥ, ਲੋਕਾਂ ਦੇ ਘਰ ਬਾਰ ਬਹੁਤ ਕੁਝ ਰੁੜਿਆ। ਮੈਂ ਕਹਿੰਦਾ ਉਹ ਨਹੀਂ ਰੁੜੇ, ਰੁੜਿਆ ਸਾਧੂ ਸਮਾਜ ਜਿਹੜੇ ਟੀਵੀ ਦੇ ਮੰਗਣ ਲੱਗ ਗਏ। ਉਹ ਸਾਧੂ ਰੁੜ ਕੇ ਜਿਹੜੇ ਮੰਗਦੇ ਬਣ ਗਏ, ਉਹਨਾਂ ਨੂੰ ਗੁਰੂ 'ਤੇ ਭਰੋਸਾ ਹੀ ਨਹੀਂ ਕਿ ਅਸੀਂ ਇੰਨੇ ਬੱਚੇ ਸੰਭਾਲ ਰਹੇ ਹਾਂ, ਅਸੀਂ ਆਹ ਕੁਝ ਕਰ ਰਹੇ ਹਾਂ, ਭੀਖ ਮੰਗੀ ਜਾ, ਕੋਈ ਨਾਮ ਵਾਲੀ ਗੱਲ ਹੈ? ਕੋਈ ਨਾਮ ਵਾਲੀ ਗੱਲ ਹੈ? ਕੋਈ ਸਾਧੂ ਸਮਾਜ ਵਾਲੀ ਗੱਲ ਹੈ? ਕੋਈ ਸੰਤ ਵਾਲਾ ਗੁਣ ਹੈ? ਬੜੇ ਸੰਤ ਰਹਿਤ ਸੁਣੋ ਮੇਰੇ ਭਾਈ, ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਕਿ ਸੰਤ ਦੀ ਰਹਿਤ ਕੀ ਹੈ? ਸੰਤ ਕੋ ਹੋਵੇ? ਮੈਂ ਕਹਿੰਦਾ ਉਹ ਜਿਹੜੇ ਰੁੜੇ ਸੀ ਉਹ ਨਹੀਂ ਰੁੜੇ, ਸਰਕਾਰ ਨੇ ਦਿੱਤਾ, ਸਭ ਨੂੰ ਪੈਸਾ ਦਿੱਤਾ, ਸਭ ਦੇ ਨੁਕਸਾਨ ਦਿੱਤੇ ਆ, ਰੁੜ ਗਏ ਸੰਤ ਜਿਹੜੇ ਚੇਲਿਆਂ ਤੋਂ, ਸੇਵਕਾਂ ਤੋਂ ਮੰਗਣ ਲੱਗੇ, ਟੀਵੀ ਤੋਂ 10-20-100-50-200 ਬੱਚਾ ਰੱਖ ਕੇ ਮੰਗਣ ਲੱਗੇ, ਇੱਕ ਬਹਾਨਾ ਲੱਭ ਗਿਆ ਮੰਗਣ ਦਾ। ਦੁਰਦਸ਼ਾ ਕਿਸੇ ਦੀ ਹੁੰਦੀ ਹੈ, ਮੌਜਾਂ ਕੋਈ ਲਾਉਂਦੇ, ਜਿਨ੍ਹਾਂ ਦੀ ਹੋ ਗਈ ਹੋ ਗਈ, ਉਹਨਾਂ ਨੇ ਉਹਨਾਂ ਦੇ ਨਾਮ ਤੇ ਮੌਜਾਂ ਡਾਲੀਆਂ ਤੇ ਕੀ ਹੋਏਗਾ? ਮੁੜ ਕੇ ਦੁਰਦਸ਼ਾ ਹੀ ਭੋਗਣੀ ਪਏਗੀ। ਬੋਲਣਾ ਜੀ ਗਊਆਂ ਦੇ ਨਾਮ ਤੇ, ਗਊਆਂ ਗੰਦਗੀ ਖਾ ਰਹੀਆਂ, ਗਊ ਦੀ ਦੁਰਦਸ਼ਾ, ਦੁਰਦਸ਼ਾ ਤਾਂ ਤੁਹਾਡੀ ਹੋ ਰਹੀ, ਕਿਸੇ ਗਊ ਦੀ ਨਹੀਂ ਹੋ ਰਹੀ। ਜਿਹੜੇ ਤੁਸੀਂ ਗਊ ਦੇ ਨਾਮ ਤੇ ਮੰਗ ਮੰਗ ਕੇ ਖਾਈ ਜਾ ਰਹੇ, ਦੁਰਦਸ਼ਾ ਤਾਂ ਤੁਹਾਡੀ ਹੋਈ।
ਆ ਥਾਵਾਂ ਭੀਖ ਮੰਗਣਗੀਆਂ ਸੇਵਾ ਦੀ। ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਸੇਵਾ ਕਰਨੀ। ਇੱਥੇ ਸੇਵਾਦਾਰ ਜਦੋਂ ਟ੍ਰੇਨ ਤੇ ਲੰਗਰ ਸ਼ੁਰੂ ਕੀਤਾ ਸਭ ਨੂੰ ਡਾਂਟਿਆ, ਅਸੀਂ ਕਿਸੇ ਰੁਪਈਆ ਨੀ ਫੜਨਾ, ਕਿਸੇ ਮੰਗਣਾ ਨੀ। ਅਸੀਂ ਤਾਂ ਇਸ ਚੀਜ਼ ਤੇ ਪਹਿਰਾ ਦਿੰਦੇ ਹਾਂ ਕਿ ਅਸੀਂ ਸੇਵਾਦਾਰ ਛੱਡਦੇ ਹਾਂ, ਕਿਤੇ ਸੜਕਾਂ ਦੇ ਪੈਸੇ ਤਾਂ ਨੀ ਮੰਗੀ ਜਾਂਦੇ। ਸਾਡੇ ਮਹਾਂਪੁਰਸ਼ਾਂ ਨੇ ਡਿਊਟੀਆਂ ਲਾਈਆਂ ਕਿ ਸੇਵਾਦਾਰਾਂ ਤੇ ਨਿਗਰਾਨੀ ਰੱਖਣੀ, ਮੰਗਣ ਨਾ। ਉਹ ਗੁਰੂ ਭੇਜੇਗਾ, ਥੋੜ੍ਹਾ ਥੋੜ੍ਹਾ ਕਰ ਲਵੋ, ਤਮਾਸ਼ਾ ਦਿਖਾਉਣਾ ਬਹੁਤੇ ਪੈਸੇ ਇਕੱਠੇ ਕਰ, ਥੋੜ੍ਹਾ ਥੋੜ੍ਹਾ ਕਰ ਲਓ। ਕਹਿੰਦੇ ਨੇ ਐਲਨ ਚੋਰੀ ਕਰਕੇ ਸੂਈ ਕੀਤੀ ਦਾਣ ਤੇ ਕੋਠੇ ਚੜ੍ਹ ਕੇ ਅਡੀਕਦੀ ਆਉਣੇ ਨੇ ਬਿਮਾਰ। ਚੋਰੀ ਐਲਨ ਦੀ ਕਰਨੀ ਤੇ ਇੱਕ ਸੂਈ ਦਾਣ ਕਰਨੀ, ਫਿਰ ਕੋਠੇ ਤੇ ਚੜ੍ਹ ਕੇ ਅਡੀਕਣ ਲੱਗੀ ਵੀ ਬਿਮਾਰ ਆਉਣਗੇ ਲੈਣ। ਕੋਈ ਵੀ ਕਰਨੇ ਪਰਪਕਾਰ ਵਾਲੇ ਕੰਮ ਚਾਰ ਚਾਰ ਪਾਸਿਓ ਮੰਗ ਰਹੇ, ਚੋ ਚੋ ਪਾਸਿਓ ਮਾਇਆ ਇਕੱਠੀ ਕਰਕੇ ਮਾਇਆ ਜਮ੍ਹਾਂ ਕਰ ਲੈਣੀ। ਸਾਨੂੰ ਸਾਡੇ ਗੁਰੂ ਮਹਾਂਪੁਰਸ਼ ਕਹਿੰਦੇ ਸੀ ਜੁੜਨ ਦਿਆਂਗੇ ਨਹੀਂ ਤੇ ਥੁੜਨ ਦਿਆਂਗੇ ਨਹੀਂ, ਜੁੜਨ ਦਿਆਂਗੇ ਨਹੀਂ ਤੇ ਥੁੜਨ ਵੀ ਦਿਆਂਗੇ ਨਹੀਂ, ਲਾਲਚੀ ਵੀ ਨਹੀਂ ਹੋਵਾਂਗੇ। ਕੋਲੋਂ ਕਰਨਾ ਭੀਖ ਕਿਉਂ ਮੰਗੀਏ, ਅਸੀਂ ਕਿਉਂ ਭੀਖ ਮੰਗੀਏ, ਕਾਹਦੇ ਵਾਸਤੇ ਮੰਗੀਏ? ਸਾਡਾ ਸਤਿਗੁਰੂ ਫੜ ਕੇ ਰੁਪਈਏ ਹੱਥਾਂ 'ਚ ਵੱਟਦੇ ਫਿਰੀਏ, ਚੱਕ ਕੇ ਪਰਚੀਆਂ ਪੈਸੇ ਮੰਗਦੇ ਫਿਰੀਏ। ਨਾ ਕਰੋ ਜੀ, ਇਹਦੇ ਨਾਲ ਕੋਈ ਪਰਪਕਾਰ ਕੋਈ ਨਹੀਂ ਜੁੜਿਆ ਪਿਆ, ਪਰ ਸਿੱਖੀ ਨੂੰ ਲਾਜ ਨਾ ਲਾਓ। ਹੱਥ 'ਚ ਫੜ ਕੇ ਰੁਪਈਏ, ਹੱਥ 'ਚ ਕਾਪੀਆਂ ਛਪਾ ਕੇ ਘਰ ਘਰ ਮੰਗਦੇ ਫਿਰੋ ਜੀ। ਗੁਰੂ ਘਰ ਸੰਗਤਾਂ ਜੁੜਦੀਆਂ ਸਭ ਨੂੰ ਢੰਗ ਨਾਲ, ਪ੍ਰੇਰਨਾ ਢੰਗ ਨਾਲ, ਸਤਿਗੁਰੂ ਆਪਣਾ ਕਾਰਜ ਆਪ ਕਰਦੇ। ਜੇ ਵੀ ਭਰੋਸਾ ਰੱਖੋ ਸਾਡੇ ਘਰਾਂ ਦੇ ਉਹਨਾਂ ਕਰ, ਘਰਾਂ ਦੀਆਂ ਬੇਨਤੀਆਂ ਅਸੀਂ ਕਿੱਥੇ ਜਾ ਕੇ ਕਰਦੇ? ਕਾਰੋਬਾਰ ਦੀਆਂ ਤੋੜਦੀਆਂ, ਕਾਰੋਬਾਰ ਦੀਆਂ ਕਮੀਆਂ ਦੀ ਅਸੀਂ ਅਰਦਾਸ ਕਿੱਥੇ ਕਰਦੇ? ਕੋਈ ਸਾਡੇ ਕੋਲ ਘਰ ਨਹੀਂ, ਘਰ ਕਿੱਥੋਂ ਮੰਗਦੇ ਹਾਂ? ਮਾਇਆ ਨਹੀਂ, ਮਾਇਆ ਅਸੀਂ ਕਿੱਥੋਂ ਮੰਗਦੇ ਹਾਂ? ਕਾਰੋਬਾਰ ਨਹੀਂ, ਕਾਰੋਬਾਰ ਅਸੀਂ ਕਿੱਥੋਂ ਮੰਗਦੇ ਹਾਂ? ਤੇ ਗੁਰੂ ਭੁੱਖਾ ਹੋ ਗਿਆ, ਜਿਹਦੇ ਵਾਸਤੇ ਅਸੀਂ ਮੰਗਦੇ ਹਾਂ ਗੁਰੂ ਭੁੱਖਾ ਹੋ ਗਿਆ, ਗੁਰੂ ਨੰਗਾ ਭੁੱਖਾ ਹੋ ਗਿਆ, ਅਸੀਂ ਮੰਗਣ ਤੁਰ ਪਏ। ਸਾਡਾ ਗੁਰੂ ਨੰਗਾ ਭੁੱਖਾ ਹੈ, ਅਸੀਂ ਮੰਗਣ ਤੁਰ ਪਏ। ਦਾਦਾ ਜੇ ਸਹਿਬ ਸਾਡਾ ਰਜਿਆ ਹੋਇਆ, ਮੰਗਣਾ ਕਿਉਂ? ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ। ਕਦੀ ਅੰਮ੍ਰਿਤ ਵੇਲਾ ਮੰਗਿਆ ਜੇ? ਕਦੀ ਅੰਮ੍ਰਿਤ ਵੇਲੇ ਨੂੰ ਤਰਸੇ ਜੇ? ਇਹ ਤਾਂ ਤਰਸਣ ਲੱਗ ਪਏ ਵੀ ਆਹ ਗੁਰਦੁਆਰੇ ਦੀ ਚੀਜ਼ ਨਹੀਂ ਬਣੀ, ਲਿਆਓ ਪੈਸੇ ਮੰਗ ਕੇ ਬਣਾਓ। ਉਹ ਕਦੀ ਆਹ ਗੁਰਦੁਆਰੇ ਵੱਲ ਝਾਤੀ ਮਾਰੀ, ਅੰਮ੍ਰਿਤ ਵੇਲਾ ਕਿੱਥੇ ਆ? ਸ਼ਾਮ ਦਾ ਸੰਧਿਆ ਦਾ ਵੇਲਾ ਕੀ ਹੈ? ਦੋ ਵੇਲੇ ਤਾਂ ਸਾਡੇ ਗੁਰੂ ਨੇ ਪੱਲੇ ਪਾਏ ਨੇ, ਇਹ ਦੋਵੇਂ ਵੇਲੇ ਕਿੱਥੇ ਨੇ? ਦੋਨੋਂ ਵੇਲੇ ਸੰਭਾਲੋ। ਸਵੇਰੇ ਸੂਰ ਚੜ੍ਹਨ ਤੋਂ ਪਹਿਲੋਂ, ਸ਼ਾਮੀ ਸੂਰਜ ਛਿਪਦਿਆਂ ਸਾਰਾ ਦਿਨ ਧੰਦੇ ਕੁੱਟ ਲਓ, ਗੁਰੂ ਨਾਲ ਰਹੇਗਾ ਤੁਹਾਡੇ ਧੰਦੇ ਕੁੱਟਣ। ਪਰ ਸ਼ਾਮੀ ਉਹਦੇ ਚਰਨਾਂ 'ਚ ਜਾ ਕੇ ਪੈ ਜਾ, ਛੱਡ ਦਿਓ, ਸਮਝੋ ਅਸੀਂ ਬਸ ਹੈ ਹੀ ਨਹੀਂ ਸਾਡਾ ਕੋਈ। ਮੋਹ ਮਾਇਆ 'ਚ ਖੱਪ ਕੇ ਅਸੀਂ ਪੰਕਜ ਮੋਹ ਪਾਗਣੀ ਚਾਲੇ, ਹਮ ਦੇਖਾ ਤੈ ਡੂਬੀ ਅਰੇ ਸੰਤ ਰਹਿਤ। ਆਠ ਪਹਿਰ ਨਿਕਟ ਕਰ ਜਾਣੇ, ਸਾਧੂ ਅੱਠੇ ਪਹਿਰ ਆਪਣੇ ਰੱਬ ਨੂੰ ਨੇੜੇ ਸਮਝੇ। ਸੁਣ ਲਓ ਦੁਨੀਆਂ ਦੇ ਸਾਧੂਓ, ਹਰ ਸਮਾਜ ਦਾ ਸੰਤ, ਹਰ ਗੁਰਦੁਆਰੇ ਦਾ ਗ੍ਰੰਥੀ, ਹਰ ਗੁਰਦੁਆਰੇ ਦਾ ਪ੍ਰਬੰਧਕ, ਤੁਸੀਂ ਵੀ ਇਸੇ ਲੈਣ ਚ ਅੱਠੇ ਪੈਰ ਆਪਣੇ ਰੱਬ ਨੂੰ ਨੇੜੇ ਸਮਝੇ, ਹੋਰ ਕਿੱਥੇ ਜਾਣਾ? ਆਠ ਪਹਿਰ, ਆਠ ਪਹਿਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ। ਮਿੱਠਾ ਕਰਕੇ ਮਨ ਲੈਣਾ ਕਿੱਥੋਂ ਤੱਕ? ਜੇ ਕੋਈ ਤਪਾਵੇ ਵੀ ਨਾ, ਉਸ ਤਪਸ਼ ਨੂੰ ਵੀ ਮਿੱਠਾ ਸਮਝੋ, ਉਹ ਵੀ ਤਪਸ਼ ਭਾਣੇ ਵਿੱਚ ਲੈ ਆਇਓ ਕਿ ਪ੍ਰਭੂ ਰਜਾ ਹੀ ਤੇਰੀ ਹੈ।
ਤਪਾਵੇ ਵੀ। ਸਾਹਿਬ ਨੂੰ ਤਪਾਇਆ, ਸਾਹਿਬ ਨੇ ਉਸ ਵੇਲੇ ਖਾਸ ਕਰਕੇ ਲਿਖਿਆ ਤੇਰਾ ਕੀਆ ਮਿੱਠਾ ਲਾਗੀ। ਪ੍ਰਭੂ ਦੇ ਭਾਣੇ ਨੂੰ ਹਰ ਨੂੰ ਮਿੱਠਾ ਕਰਕੇ ਅੱਠੇ ਪੈਰ ਆਪਣਾ ਰੱਬ ਨਾਲ ਸਮਝਣਾ ਹੈ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ। ਇੱਕ ਨਾਮ ਸੰਤਨ ਆਧਾਰ, ਇੱਕੋ ਨਾਮ ਹੀ ਆਧਾਰ ਹੈ, ਚੇਲੇ ਨੀ ਆਧਾਰ ਕਿ ਮੇਰਾ ਉਹ ਵੀ ਸੇਵਕ ਹੈਗਾ, ਉਹ ਵੀ ਹੈਗਾ, ਉਹਦੇ ਤੋਂ ਹੀ ਨਹੀਂ ਲੈਣਾਗੇ, ਉਹਦੇ ਤੋਂ ਹੀ ਨਹੀਂ ਮਾਇਆ, ਉਹਦੇ ਤੋਂ ਹੀ ਨਹੀਂ ਬਣਾ ਲੈਂਦੇ ਵੀ ਉਹ ਕਿ ਇੰਨੇ ਕੁ ਹੈਗੇ ਨੇ, ਇੰਨਾ ਇੰਨਾ ਪੈਸਾ ਇਹਨਾਂ ਕੋਲ ਆ ਜਾਏਗਾ, ਆਹ ਕੰਮ ਹੋ ਜਾਏਗਾ, ਅਤੇ ਵਾਹ 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 ਮੇਰੀ ਹੋ ਜਾਏਗੀ, ਜਿਵੇਂ ਕਹਿੰਦੇ ਕੋਠੇ ਚੜ ਕੇ ਡੀਕਦੀ ਬਬਾਣ ਹੋਣਗੇ। ਇਵੇਂ ਨਹੀਂ ਹੋਏ ਰਹੇ ਸਭ ਭਗ ਕੀ ਸਭ ਕੀ ਬਖਸ਼ਾ ਹੋਏ ਰਹੇ ਸਭ ਕੀ ਬਖਸ਼ਾ। ਐਡਾ ਹੋਵੇ ਕਿ ਰੱਬ ਅੱਠ ਪੈਰ ਨਾਲ ਹੋਵੇ, ਭਾਣਾ ਮਿੱਠਾ ਕਰਕੇ ਮੰਨਦਾ ਹੋਵੇ, ਤੇ ਇੱਕੋ ਪਰਮੇਸ਼ਰ ਦੇ ਨਾਮ ਦੀ ਓਟ ਹੋਵੇ ਤੇ ਸਦਾ ਧੂੜ ਬਣ ਕੇ ਰਹੇ। ਐਡਾ ਨਵਾਂ ਇੱਕ ਨੂੰ ਕਿਹਾ ਹੈ, ਸਾਡੇ ਸੰਤ ਮਨ ਤਾਂ ਸੋਚਦੇ ਨਹੀਂ, ਕਹਿੰਦੇ ਸਾਨੂੰ ਨਹੀਂ ਕਿਹਾ, ਇਹ ਚੇਲਿਆਂ ਨੂੰ ਕਹਿਣਾ। ਪ੍ਰਬੰਧਕ ਸੋਚਦੇ ਨਹੀਂ, ਕਹਿੰਦੇ ਅਸੀਂ ਨਹੀਂ ਸੰਗਤ ਨੂੰ ਕਹਿਣਾ ਧੂੜ ਬਣ ਕੇ ਰਵੋ, ਅਸੀਂ ਤਾਂ ਹੁਕਮ ਚਲਾਉਣਾ। ਉਹ ਨਹੀਂ ਸੋਚਦੇ, ਗ੍ਰੰਥੀ ਗਿਆਨੀ ਪ੍ਰਚਾਰ ਕਹਿੰਦੇ ਸਾਨੂੰ ਨਹੀਂ ਲੋੜ, ਤੁਸੀਂ ਕਰਨਾ। ਹੋਏ ਰਹੇ ਸਭ ਕੀ ਪਗਸ਼ਾਰ, ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ। ਸਭ ਕੀ ਇਹ ਨਹੀਂ ਕਿ ਇਕੱਲੇ ਸਿੱਖਾਂ ਦੀ, ਚਾਹੇ ਕੋਈ ਹਿੰਦੂ ਹੋਵੇ, ਮੁਸਲਮੀ ਹੋਵੇ, ਅਮੀਰ ਦੀ ਨਹੀਂ ਗਰੀਬ ਦੀ ਵੀ ਨਾ, ਸਭ ਕੀ ਪਗਸ਼ਾਰ ਬਣ ਕੇ ਰਹਿਣਾ। ਸੰਤ ਰਹਿਤ ਮਹਾਂਪੁਰਸ਼ਾਂ ਦੇ ਭਾਂਡੇ ਚ ਇਕੱਲਾ ਨਾਮ ਹੀ ਨਹੀਂ, ਇਹ ਨਹੀਂ ਕਿ ਮਹਾਤਮਾ ਦੀਆਂ ਬੜੀਆਂ ਫੜੀਆਂ ਨੇ, ਬੜੇ ਬੈਂਕ ਭਰੇ ਪਏ ਆ, ਜਦੋਂ ਮਰ ਗਿਆ ਤੇ ਚੇਲੇ ਲੜਦੇ ਫਿਰਨਗੇ, ਕਈ ਪਾਰਟੀਆਂ ਹੋ ਜਾਣਗੀਆਂ, ਚਾਰ ਕੁ ਸ਼ਹਿਰ ਦੇ ਵੀ ਆ ਕੇ ਇਕੱਠੇ ਹੋ ਜਾਣਗੇ ਵੀ ਟਰੱਸਟ ਬਣਾ ਲਈਏ। ਬਾਬਾ ਮੋਹਨ ਜੀ ਦੀ ਕਮਾਈ ਰੋਲ ਕੇ ਰੱਖ ਦੀ ਨਾ, ਕਿੱਡੀ ਕਮਾਈ ਵਾਲੇ ਮਹਾਂਪੁਰਸ਼ ਹੀ ਕਹਿਣ ਬੋਲਦੇ, ਤੇ ਪੈ ਗਿਆ ਮਾਇਆ ਦਾ ਸਾਰਾ ਬਖੇੜਾ। ਪੂਰੇ ਮਹਾਤਮਾ ਕਮਾਈ ਵਾਲੇ ਸਾਧੂ, ਤੇ ਹੁਣ ਬਾਬਾ ਮੋਹਨ ਜੀ ਦੇ ਸਾਧ ਕੋਈ ਕਮਾਈ ਨਜ਼ਰ ਨਹੀਂ ਆਉਂਦੀ। ਇਹ ਕਹਿੰਦੇ ਨੇ ਸਾਧੂ ਦੇ ਭਾਂਡੇ ਚ ਕੇਵਲ ਨਾਮ ਹੈ, ਜੇ ਮਾਇਆ ਭਰ ਕੇ ਚਲਾ ਜਾਏਗਾ ਉਹ ਸੰਤਾ ਮਗਰੋਂ ਵੇਖੀ ਪਿਰਕੀ, ਸਾਰੇ ਚੇਲੇ ਡੁੱਬ ਜਾਣਗੇ ਉਹ ਮਾਇਆ ਪਿੱਛੇ। ਮਹਾਤਮਾ ਦੇ ਦਰਬਾਰ ਤੇ ਕੀਰਤਨ ਹੁੰਦਾ ਹੋਵੇ, ਮਹਾਤਮਾ ਦੇ ਘਰ ਕੇਵਲ ਨਾਮ ਜਪਿਆ ਜਾ ਰਿਹਾ ਹੋਵੇ, ਜਿਹੜਾ ਆਵੇ ਸ਼ਾਂਤੀ ਲੈ ਕੇ ਤੁਰ ਜਾਏ ਸਾਧੂ ਦੇ ਕੋਲ। ਮਿੱਤਰ ਸਤਰ ਜਾ ਕੇ ਇੱਕ ਸਮਾਨ ਤੇ ਸ਼ਤਰੂ ਬਰਾਬਰ, ਦੋਵੇਂ ਮਿੱਤਰ ਤੇ ਦੁਸ਼ਮਣ ਦੋਨੋਂ ਹੀ ਸਾਧੂ ਦੇ ਇੱਕ ਬਰਾਬਰ।
ਆਪਣੇ ਪ੍ਰਭੂ ਬਿਨਾਂ ਕਿਸੇ ਨੂੰ ਨਾ ਜਾਣ। ਇਹ ਨਹੀਂ ਕਿ ਸਟੇਜ ਤੇ ਬੈਠ ਕੇ ਮਾਇਆ ਧਾਰੀਆਂ ਨੂੰ ਖੜਿਆ ਕਰਦੇ ਜੀ, ਆਹ ਦਾਨੀ ਨੇ ਜੀ, ਇਹੀ ਸਾਡਾ ਚਲਾ ਰਹੇ ਨੇ ਸਾਰਾ ਟਰਸਟ। ਉਹ ਆ ਕਿੱਧਰ ਗਿਆ? ਚਾਰ ਕੁ ਬੰਦੇ ਮਾਇਆ ਵਾਲੇ ਸਟੇਜ ਤੇ ਖੜੇ ਕਰਦੇ ਵੀ ਇੰਨਾ ਸਦਕਾ ਸਾਡਾ ਟਰਸਟ ਚੱਲ ਰਿਹਾ ਨੇ, ਇਹੀ ਸਭ ਕੁਝ ਕਰ ਰਹੇ ਨੇ। ਇਹਨੂੰ ਦੇਖੋ ਕੋਟ ਕੋਟ ਅੱਖ ਕਾਟਨ ਹਾਰਾ, ਲੋਕ ਪ੍ਰਲੋਕ ਦਾ ਮਾਲਕ ਸਾਹਿਬ, ਕੱਲਾ ਇੱਥੋਂ ਦਾ ਵੀ ਨਹੀਂ ਅੱਗੇ ਦਾ ਵੀ। ਇਹ ਤਾਂ ਇੱਥੋਂ ਦੇ ਨੇ ਸੰਗੀਤ ਸਾਥੀ, ਇਹ ਦੋ ਥਾਵਾਂ ਦਾ ਹੀ। ਕੋਟ ਕੋਟ ਅੱਖ ਕਾਟਨ ਹਾਰਾ, ਦੱਸਿਆ ਨੀ ਕੁਝ, ਦੁੱਖ ਜੀ ਨੂੰ ਹੋਇਆ ਦਾਦੇ ਨੇ ਸੁਣ ਲਿਆ। ਮਹਾਤਮਾ ਬੈਠੇ ਸੀ ਬੇੜੇ ਚ, ਵਿੱਚ ਲੋਕ ਬਹਿ ਗਏ, ਨਦੀ ਪਾਰ ਕਰਨੀ ਸੀ, ਵਿੱਚ ਤਮਾਸ਼ਗੀਰ ਬੈਠ ਗਏ ਪੰਡ, ਉਹ ਲੋਕਾਂ ਨੂੰ ਹਸਾ ਕੇ ਪੈਸੇ ਇਕੱਠੇ ਕਰਦੇ। ਮਹਾਤਮਾ ਗੰਜਾ ਸਿਰ ਸੀ, ਬੰਦਗੀ ਵਿੱਚ ਲੀਨ ਬੈਠੇ, ਉਹ ਚਮੜਾ ਸੀ ਹੱਥ ਵਿੱਚ ਉਹਨਾਂ ਦੇ, ਚਮੜਾ ਮਾਰ ਕੇ ਸੌਂਦੇ ਸੀ। ਉਹਨਾਂ ਨੇ ਸੰਤ ਦੇ ਸਿਰ ਤੇ ਚਮੜਾ ਮਾਰਿਆ, ਹਸੌਣ ਫਿਰ ਚਮੜਾ ਸੰਤ ਦੇ ਗੰਜੇ ਸਿਰ ਤੇ ਮਾਰਨ, ਲੋਕ ਬੜੇ ਹੱਸਣ। ਮਹਾਤਮਾ ਦੇ ਥੋੜਾ ਬਹੁਤਾ ਕਸ਼ਟ ਹੋਇਆ ਚਿੱਤ ਨੂੰ, ਪਰ ਆਪਣੇ ਮਾਲਕ ਨੂੰ ਸੌਂਪਦਾ ਕਿ ਤੇਰੀ ਰਜ਼ਾ ਇਹ ਤੂੰ ਹੀ ਕਰਾ ਰਹੀ। ਆਵਾਜ਼ ਆਈ, ਸੰਤ ਜੀ ਬੇੜਾ ਡੁੱਬਦੀ ਹੈ ਨਦੀ ਚ, ਮਹਾਰਾਜ ਕਿਰਪਾ ਕਰੋ ਡੁੱਬੋ ਨਾ, ਤੁਹਾਡਾ ਦਾਸ ਵੀ ਬੇੜੇ। ਕਹਿੰਦੇ ਜਿਨ੍ਹਾਂ ਤੁਹਾਡੀ ਬੇਅਦਬੀ ਕੀਤੀ ਇਹਨਾਂ ਨੂੰ ਨਾਸ ਕਰਦੀ ਹੈ ਮਹਾਰਾਜ, ਕਾਹਦੇ ਵਾਸਤੇ? ਕਹਿੰਦੇ ਇਹਨਾਂ ਦੀ ਕਰਨੀ ਦਾ ਫਲ ਦੇਣਾ, ਇਹਨਾਂ ਤੁਹਾਡੀ ਬੇਅਦਬੀ ਕੀਤੀ। ਸੰਤ ਕਹਿਣ ਲੱਗੇ, ਮਹਾਰਾਜ ਫਲ ਜ਼ਰੂਰ ਦੇਣਾ ਹੈ, ਤੇ ਫਲ ਇਹਨਾਂ ਨੂੰ ਦਿਓ ਕਿ ਇਹਨਾਂ ਨੂੰ ਸਮੱਧ ਬਖਸ਼ ਦਿਓ। ਜੇ ਤੁਸੀਂ ਸਮੱਧ ਦਿੱਤੀ ਹੁੰਦੀ ਇਹ ਕਿਉਂ ਬੇਅਦਬੀ ਕਰਦੇ? ਐਸੀ ਕਿਰਪਾ ਹੋਈ, ਉਹ ਭੰਡਾ ਨੂੰ ਸਮੱਧ ਆਈ ਵੀ ਇਹ ਸਾਧੂ ਰੱਬ ਦੇ ਰੰਗ ਵਿੱਚ ਮਸਤ ਬੈਠਾ, ਅਸੀਂ ਕਿੰਨਾ ਗੰਦਾ ਕੰਮ ਕੀਤਾ, ਇਹਦੇ ਸਿਰ ਜੁੱਤੀਆਂ ਮਾਰੀਆਂ, ਤੇ ਸਾਧੂ ਦੀ ਬੇਅਦਬੀ ਕੁੱਲਾਂ ਨੂੰ ਨਾਸ ਕਰ ਦਿੰਦੀ, ਅਸੀਂ ਤਾਂ ਗੁਨਾਹ ਕਰ ਬੈਠੇ। ਜਾ ਕੇ ਪੈਰਾਂ 'ਚ ਬਹਿ ਗਏ, ਸੰਤ ਜੀ ਸਾਨੂੰ ਮਾਫ ਕਰ ਦਿਓ, ਅਸੀਂ ਬਹੁਤ ਵੱਡਾ ਗੁਨਾਹ ਕਰ ਲਿਆ, ਹਾਸੇ ਮਜ਼ਾਕ ਦੇ ਵਿੱਚ ਦੇਖਿਆ ਨਹੀਂ। ਹੋ ਕੀ ਜਾਂਦਾ ਮਜ਼ਾਕ ਦਾ, ਮਜ਼ਾਕ ਦਾ ਬਣ ਕੀ ਜਾਂਦਾ ਹੈ? ਇੱਕ ਵੀ ਯਾਦ ਬਣਾ ਲਿਆ ਬਿਨਾਂ ਭਗਵਾਨ ਕ੍ਰਿਸ਼ਨ ਸਮੇਤ ਹੀ ਮਜ਼ਾਕ, ਇੱਕ ਮਜ਼ਾਕ ਕੀਤਾ ਸਾਧੂ ਨੂੰ, ਦਰਵਾਸਾ ਸਿਉਂ ਕਰਤ ਠਗੌਰੀ ਯਾਦਵ ਇਹ ਫਲ ਪਾਏ, ਇੱਕ ਮਜ਼ਾਕ ਕੀਤਾ। ਕੋਈ ਦੁਖੜੀ ਤਪਸਵੀ ਨੂੰ ਮਜ਼ਾਕ ਹੀ ਕੀਤਾ, ਸਾਰੇ ਯਾਦ ਬਨਾਸ ਹੋ ਗਏ ਇੱਕ ਮਜ਼ਾਕ ਦੇ ਨਾਲ। ਮਹਾਰਾਜ ਸਾਡੇ ਕੋਲ ਗਲਤੀ ਹੋ ਗਈ, ਬਹੁਤ ਵੱਡੀ ਬੇਅਦਬੀ ਕਰ ਲਈ, ਅਸੀਂ ਪਰਤ ਕਰ ਲਿਆ ਜ਼ਿੰਦਗੀ 'ਚ ਉਹ ਜਿਹਨਾਂ ਜਿਹੜੇ ਚਮੜੇ ਦੇ ਛਿੱਤਰਾਂ ਨੇ ਤੁਹਾਡੇ ਸਿਰ ਦੇ ਵੱਜੇ ਨੇ, ਅਸੀਂ ਨਦੀ 'ਚ ਮਾਰਿਆ ਚੱਕ ਕੇ, ਇਹੋ ਜਿਹੇ ਕੰਮ ਤੋਂ ਲੈਣਾ ਕੀ ਹੈ ਜਿਹਦੇ ਨਾਲ ਰੱਬ ਦੇ ਪਿਆਰਿਆਂ ਦੀ ਬੇਅਦਬੀ ਹੋ। ਇਹ ਜੀਵ ਤੈਨੂੰ ਰੱਬ ਦੇ ਗੁਣ ਗਾਉਣ ਵਾਸਤੇ ਆ, ਗੁਰਸਿੱਖਾਂ ਨੂੰ ਪਿਆਰਿਆਂ ਨੂੰ ਫਿੱਕਾ ਬੋਲਣ ਵਾਸਤੇ, ਇਹ ਰੱਬ ਦੇ ਗੁਣ ਗਾਉਣ ਵਾਸਤੇ।
ਤੈਨੂੰ ਸੇਵਾ ਵਾਸਤੇ ਦਿੱਤੇ ਆ, ਪੈਰ ਤੈਨੂੰ ਗੁਰੂ ਤੁਹਾਡੇ ਨਾਂ ਲਿਖੇ ਹੋਏ ਨੇ, ਉਹ ਕੋਈ ਦਾਨ ਨਹੀਂ, ਉਹ ਤੁਹਾਡੇ ਖਾਤੇ ਵਿੱਚ ਤੁਹਾਡੇ ਨਾਂ ਲਿਖੇ। ਆਪਣਾ ਨਾਂ ਛੱਡੋਗੇ ਤੇ ਗੁਰੂ ਦੇ ਖਾਤੇ ਚ ਪਏ ਨੇ। ਬੈਂਕ ਵਿੱਚ ਰੱਖੇ ਹੋਇਆ ਨਾਂ ਤਾਂ ਤੁਹਾਡੇ ਆ, ਪਏ ਨੇ ਬੈਂਕ ਚ ਨਾਂ ਤੁਹਾਡੇ ਆ, ਗੁਰੂ ਘਰ ਵਿੱਚ ਲਾਏ ਉੱਤੇ ਨਾਂ ਤੁਹਾਡਾ ਲਿਖਿਆ ਹੋਇਆ, ਨਾਂ ਤੁਹਾਡੇ ਆ, ਕੋਈ ਗੁਰੂ ਕੋਲ ਨਹੀਂ ਪਹੁੰਚੇ। ਸਫਲ ਹੁੰਦੇ ਨੇ ਉਹ ਜਿੱਥੇ ਤੁਸੀਂ ਮੁੱਕ ਜਾਓ ਤੇ ਉਹਨਾਂ ਦੇ ਹੋ ਜਾਣ, ਉਹ ਸਫਲ ਹੋ ਜਾਣ। ਤੁਸੀਂ ਮੁੱਕ ਜਾਓ, ਖਤਮ ਹੋ ਜਾਓ, ਤੇਰਾ ਤੁਝਕੋ ਸੌਂਪ ਦੇ ਕਿ ਆਏ ਕਿ ਮੈਂ ਨਹੀਂ ਦਿੱਤਾ, ਤੇਰਾ ਤੁਝਕੋ ਸੌਂਪ ਦੇ ਕਿਆ ਲਾਗੂ ਮੇਰਾ। ਇੱਕ ਮੰਗਦਾ ਵੀ ਦਾਤਾ ਤੇਰੇ ਕਿਵੇਂ ਦੇ ਸਕਦਾ, ਇੱਕ ਮੰਗਤਾ ਕੋਈ ਦੇਣ ਜੋਗਾ ਹੈ ਤੇਰੇ ਅੱਗੇ? ਮੈਂ ਤਾਂ ਤੇਰੇ ਤੋਂ ਮੰਗਦਾ ਹਾਂ ਹਰ ਵੇਲੇ, ਤੇਰੇ ਤੋਂ ਮੰਗਦਾ। ਇਸ ਕਰਕੇ ਸਾਹਿਬ ਦੇ ਬਾਬਾ ਜੀ ਕਹਿੰਦੇ ਸੀ ਦਾਨ ਦੇਣਾ ਜਾ ਕੇ ਗੁਰੂ ਘਰ, ਤੇ ਦੇਣਾ ਛੁਪਾ ਕੇ ਮੇਰਾ ਪਤਾ ਨਾ ਲੱਗੇ। ਬੀਜ ਦਾ ਜੇ ਪਤਾ ਲੱਗ ਜੇ ਨਾ ਤਾਂ ਇੱਥੇ ਹੈਗਾ, ਜਾਨਵਰ ਨੇ ਚੁੰਝ ਮਾਰ ਕੇ ਕੱਢ ਦੇਣਾ, ਜੇ ਨਾ ਪਤਾ ਲੱਗੇਗਾ ਤੇ ਬੀਜ ਫੁੱਟ ਆਏਗਾ, ਬੂਟਾ ਬਣ ਜਾਏਗਾ। ਜੇ ਉੱਤੇ ਪਿਆ ਹੋਏਗਾ ਜਾਨਵਰ ਨੇ ਚੁੱਕ ਜਾਣਾ, ਬੂਟੇ ਥੋੜਾ ਬਣਦੇ। ਉਹਨਾਂ ਬੀਜਾਂ ਦੇ ਹੀ ਬੂਟੇ ਬਣਦੇ ਆ ਜਿਹੜੇ ਲੁੱਕੇ ਹੁੰਦੇ, ਦਾਣ ਵੀ ਉਹ ਫਲਦੇ ਆ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਬਾਕੀ ਹੋਮੇ ਦੀ ਹਵਾ ਹੈ, ਹੋਮੇ ਦੀ ਤੀਰਥ ਵਰਤ ਹਰ ਦਾਨ ਕਰ, ਮਨ ਮੇਂ
ਨਾਨਕ ਨੇ ਫੜ ਮਾਰੀ ਨਹੀਂ ਗਿਆ, ਨਾਨਕ ਨੇ ਫੜ ਯਾਦ ਤੇ ਜਿਉ ਗੁੰਜਨ ਕਿਸ਼ਨਾ ਹਾਥੀ ਨਾਦਾ ਹੈ ਤਲਾਜ ਬਾਹਰ ਤੇ ਬੜੀ ਖੇ ਪਾਈ ਉਡਾ ਉਡਾ ਉਹ ਹਾਥੀ ਦੱਸੋ ਪਹਿਲੋ ਸਾਫ਼ ਸੀ ਜਾਂ ਹੁਣ ਸਾਫ਼ ਸੀ? ਨਹਾਉਣ ਤੋਂ ਪਹਿਲੋ ਹਾਥੀ ਸਾਫ਼ ਸੀ ਕਿ ਨਹਾਉਣ ਤੋਂ ਬਾਅਦ ਸਾਫ਼ ਹੈ? ਨਹਾਉਣ ਤੋਂ ਬਾਅਦ ਤਾਂ ਗੰਦਾ ਹੀ, ਨਹਾਉਣ ਤੋਂ ਪਹਿਲੋ ਸਾਫ਼ ਸੀ। ਦਾਨ ਕਰਨ ਤੋਂ ਬਾਅਦ ਮਾਣ ਕਰਨ ਵਾਲਾ ਗੰਦਾ ਹੈ, ਦਾਨ ਦੇਣ ਤੋਂ ਪਹਿਲੋ ਸਾਫ਼ ਸੀ। ਨਾਨਕ ਨੇ ਫਲ ਜਾਤ ਦੇ ਜਿਉਂ ਗੁਰਜੀ ਪੈਸੇ ਕਿਸੇ ਦੇ ਵਡਿਆਈਆਂ ਸੀ ਪੈਸੇ ਕਿਸੇ ਦੇ ਵਡਿਆਈਆਂ ਸੀ ਸਾਡੇ ਬੜੇ ਸੈਂਟਰ ਬੜੇ ਲੋਕ ਪੜ੍ਹਾਈ ਦੇ ਕੰਮ ਬੜੇ ਲੂਣੇ ਲੰਗਣਿਆਂ ਦੇ ਬੜੇ ਕਾਹਦੇ ਸੀ ਗਿਰਤ ਕੀਤੀ ਸੋਭਾ ਅਸੀਂ ਖੜਦੇ ਪਏ ਹਾਂ ਕਿ ਬੜੇ ਮਹਾਤਮਾ ਨੇ ਜੀ ਬੜੇ ਪਰਮਕਾਰ ਕਰਦੇ ਪਏ ਜੀ ਸੋਭਾ ਖੜਦੇ ਪਏ ਅਸੀਂ ਤਾਂ ਸੋਭਾ ਖੜਦੇ ਪਏ ਹਾਂ ਦਾਨ ਦਾ ਕਿੰਨਾ ਕੋਈ ਦੇ ਗਿਆ ਕਿੰਨਾ ਕੋਈ ਦਾਨ ਕਰਨ ਵਾਲਾ ਦਾਨ ਕਰਕੇ ਗਿਆ ਕੰਧ ਅਸੀਂ ਚੱਕਿਆ ਕਿਉਂਕਿ ਸੋਭਾ ਅਸੀਂ ਕਰਾਈ ਦਸ ਅਸੀਂ ਕਰਾਇਆ ਹੋਵੇ ਅਸੀਂ ਕੀਤੀ ਗੁਰੂਆਂ ਪੀਰਾਂ ਦੇ ਘਰ ਪ੍ਰਵਾਨ ਹੀ ਨਹੀਂ ਹੋਇਆ ਇਹੋ ਜਿਹੀ ਵਸਤੂ ਪ੍ਰਵਾਨ ਹੀ ਨਹੀਂ ਕੀਤੀ ਗੁਰੂਆਂ ਪੀਰਾਂ ਬਾਬਾ ਜੀ ਕੋਲ ਨੱਥਾ ਸਿੰਘ ਦਰਜੀ ਝੋੜਾ ਰਹਿੰਦੇ ਸੀ ਬਾਬਾ ਜੀ ਸਾਦਗੀ ਚ ਰਹਿੰਦੇ ਸੀ ਕਿਉਂਕਿ ਇੱਕ ਤਾਂ ਆਇਆ ਮੱਥਾ ਨਾ ਮਰ ਪੈਸਾ ਕਮਾਉਣਾ ਇੱਕ ਮੰਗਣ ਨਾ ਜਾਣਾ ਜੋ ਆ ਗਿਆ ਦਾਲ ਫੁਲਕਾ ਜਾਂ ਬਸਤਰ ਦੇਵਤਾ ਨੇ ਜੋੜੇ ਸਵਾਲ ਇਹਨੇ ਬੰਦਗੀ ਕਰਨੀ ਸੱਚਾ ਧਨ ਬੰਦੇ ਰੱਖਿਆ ਬਰਤਨ ਜਿਹਨਾਂ ਦੇ ਭਾਂਡੇ ਚ ਨਾਮ ਦਾ ਭੋਜਨ ਅਸੀਂ ਆਪ ਰੰਗੇ ਜਾ ਰਹੇ ਹਾਂ ਮਾਇਆ ਨਾਲ ਤੇ ਚੇਲੇ ਵੀ ਪੂਰੇ ਰੰਗੇ ਜਾ ਰਹੇ ਨੇ ਮਾਇਆ ਦੇ ਨਸ਼ਾ ਚੜਿਆ ਹੋਇਆ ਸਾਧੂ ਨੂੰ ਮਾਇਆ ਲੈ ਲੈ ਕੇ ਨਸ਼ਾ ਚੜਿਆ ਤੇ ਚੇਲਿਆਂ ਨੂੰ ਦੇ ਦੇ ਕੇ ਨਸ਼ਾ ਚੜਿਆ ਉਹਨੂੰ ਲੈ ਲੈ ਕੇ ਨਸ਼ਾ ਚੜਿਆ ਨਸ਼ੇ ਵਿੱਚ ਨਸ਼ਾ ਕਾਹਦਾ ਹੈ ਮਾਇਆ ਦਾ ਦੇਣ ਵਾਲੇ ਨੂੰ ਵੀ ਦਿੰਦੇ ਨੇ ਪਰਮੇਸ਼ਰ ਦੇ ਨਾਮ ਦਾ ਕੀਮਤ ਨਾਮ ਕਹਿੰਦੇ ਜੀ ਤੁਸੀਂ ਮਾਇਆ ਸਾਨੂੰ ਦੇ ਜਾਓ ਕੋਈ ਗੱਲ ਨਹੀਂ ਤੁਸੀਂ ਨਾ ਸਵੇਰੇ ਉੱਠੋ ਨਾ ਪਾਠ ਪੂਜਾ ਕਰੋ ਤੁਹਾਡੇ ਥਾਂ ਦੀ ਮਾਲਾ ਅਸੀਂ ਦੇਣੀ ਤੁਹਾਡੇ ਨਾਮ ਦੀ ਮਾਲਾ ਅਸੀਂ ਫੇਰ ਦਿਆਂਗੇ ਕਾਹਦੀ ਫੇਰਨੀ ਮਾਇਆ ਬਣੋ ਨਾ ਵਿਸਰੇ ਮੰਗੇ ਸਮਾਂ ਲੱਭ ਮਾਇਆ ਮਾਲਾ ਤਾਂ ਮਾਇਆ ਦੀ ਕਹਿੰਦੇ ਦਮ ਦਮ ਰਾਮ ਰਾਮ ਕਰਦਾ ਪਿਆ ਏ ਉੱਤੋਂ ਰਾਮ ਰਾਮ ਕਰਦਾ ਏ ਉੱਤੋਂ ਦਾਮ ਦਾਮ ਕਰਦਾ ਉਹ ਰਾਮ ਰਾਮ ਕਹਿ ਰਿਹਾ ਏ ਅੰਦਰ ਦਾਮ ਦਾਮ ਕਹਿ ਰਿਹਾ ਤੇ ਉਹ ਅੰਦਰ ਦਾ ਜੀ ਦਾ ਦਾਦਾ ਉਹਨੇ ਅੰਦਰਲੀ ਸੁਣੀ ਦੇ ਉਹ ਬਾਹਰ ਦੀਆਂ ਸੁਣਦਾ ਹੀ ਨਹੀਂ ਉਹ ਜੀ ਦਾ ਦਾਦਾ ਹੈ ਅੰਦਰ ਜੰਜਾਂ ਉੱਠਣਗੀਆਂ
ਧੱਕੇ ਨਾਲ ਲੋਕਾਂ ਤੋਂ ਮਾਇਆ ਲੈਣਗੇ, ਡਰਾ ਕੇ ਧਮਕਾ ਕੇ, ਤੇਰਾ ਹੋ ਜਾਏਗਾ, ਤੇਰਾ ਇੰਝ ਹੋ ਜਾਏਗਾ, ਤੇਰਾ ਤਾਂ ਹੀ ਹੋਇਆ। ਜਦੋਂ ਕੋਈ ਆਫਤ ਆਉਣੀ ਫਿਰ ਜਿਹੜੇ ਪੜ੍ਹਨ ਸੀ ਉਹ ਦੋਸ਼ ਦੇਣ ਲੱਗੇ, ਤੁਸੀਂ ਪੜ੍ਹਤਾਂ ਦੀ ਸੇਵਾ ਨਹੀਂ ਕਰਦੇ ਤਾਂ ਤੁਹਾਡਾ ਹਾਲ ਹੋਇਆ। ਉਹ ਕਹਿਣ ਲੱਗੇ ਪੜ੍ਹਤੋਂ ਤੁਸੀਂ ਲੁੱਟਦੇ ਸੀ ਤਾਂ ਕੇਦਾਰਨਾਥ ਜੀ ਹਾਲ ਹੋਇਆ। ਪੜ੍ਹਤ ਕਹਿੰਦੇ ਤੁਸੀਂ ਪੜ੍ਹਤਾਂ ਦੀ ਸੇਵਾ ਨਹੀਂ ਕਰਦੇ, ਆਹ ਦੇਖੋ ਕੀ ਹਾਲ ਹੋਇਆ। ਹੁਣ ਇਸ ਆਫਤ ਦਾ ਦੋਨੋਂ ਲਾਭ ਉਠਾ ਰਹੇ। ਉਹ ਕਹਿੰਦੇ ਤੁਸੀਂ ਪੜ੍ਹਤਾਂ ਦੀ ਸੇਵਾ ਨਹੀਂ ਕਰਦੇ ਸੀ ਦਾਨ ਲੈਣ ਵਾਸਤੇ ਹੁੰਦੇ ਨੇ ਪੜ੍ਹਤ, ਪਰ ਪੰਡਿਤ ਸੋ ਪੰਡਿਤ ਜੋ ਮਨ ਰਾਮ ਨਾਮ ਆਤਮ ਦੇਸੋ। ਸਤਿਗੁਰ ਕਹਿੰਦੇ ਪੰਡਿਤੋ ਇਹ ਜਿਹੜਾ ਰਾਮ ਨਾਮ ਅੰਦਰੇ ਅੰਦਰੇ ਸੋਤੇ ਤੇ ਮਨ ਨੂੰ ਸਮਝਾਵੇ ਕਿ ਸਾਈਂ ਦਾ ਨਾਮ ਜਪੇ। ਅਸੀਂ ਕਹਿੰਦੇ ਪੰਡਿਤੋ ਇਹ ਜਿਹੜਾ ਦਾਨ ਲਵੇ, ਸਾਡਾ ਦਾਨ ਲਵੇ ਉਹ ਪੰਡਿਤ। ਦੁਨੀਆਂ ਦੀ ਕੋਈ ਆਫਤ ਆਉਣੀ ਲੋਕ ਇੱਕ ਦੂਜੇ ਵਾਸਤੇ ਬਣਦੇ ਹੀ, ਉਸ ਦਿਨ ਸਹੀ ਨਿਆਂ ਹੋਏਗਾ ਜਦੋਂ ਅਸੀਂ ਆਪਣੇ ਆਪ ਦੀ ਆਫਤ ਨੂੰ ਟਿਕਾਵਾਂਗੇ ਕਿ ਸਾਡੇ ਕਾਰਨ। ਕੋਈ ਆਫਤ ਕੋਈ ਦੁੱਖ ਆਵੇ ਦੂਜੇ ਨੂੰ ਨਾ ਦੋਸ਼ ਦਿਓ, ਫੱਟ ਆਪਣੇ ਆਪ ਦੇ ਕਬੂਲ ਲਵੋ, ਬੜਾ ਵਧੀਆ ਤੁਹਾਨੂੰ ਫਲ ਮਿਲੇਗਾ, ਜਗ ਮਿਲੇਗਾ। ਹੈ ਵੀ ਸਿੱਧੀ ਹਰ ਆਫਤ ਹਰ ਦੁੱਖ ਕਿਸੇ ਦੇ ਕਰਮਾਂ ਦਾ ਨਹੀਂ ਸਾਡੇ ਆਪਣੇ ਅੰਦਰ। ਹਰ ਆਫਤ ਹਰ ਦੁੱਖ ਇਹ ਸਾਡੇ ਖੁਦ ਦੇ ਕਰਮਾਂ ਦਾ ਹੈ, ਦੋਸ਼ ਅਸੀਂ ਦੂਸਰੇ ਨੂੰ ਦਿੰਦੇ। ਸਤਿਗੁਰ ਵੀ ਕਹਿੰਦੇ ਆ ਕਿ ਆਪਣਾ ਆਪ ਨੂੰ ਆਹ ਦੋਸ਼ ਨਾ ਕਹੋ, ਸਭ ਕਰੋ ਦੋਸ਼ ਨਾ ਕਿਸੇ ਦੇ ਦੋਸ਼ ਕਰਮਾਂ। ਆਪਣੇ ਆਪ ਨੂੰ ਲਵਾਰ, ਆਪਣੇ ਆਪ ਨੂੰ ਲਵਾਰ, ਆਪਣੇ ਆਪ ਵੱਲ ਚਾਤੀ ਮਾਰ ਕੇ ਤੇਰੇ ਹੀ ਗੁਣਾ ਤੇਰੇ ਪਰਜਾ ਵੀ ਸੋਚੇ ਕਿ ਜੇ ਤੀਰਥ ਦੇ ਉੱਤੇ ਜਿੱਥੇ ਦੁੱਖ ਕੱਟੇ ਜਾਂਦੇ ਸੀ, ਜਿੱਥੇ ਕਲੇਸ਼ ਬਿਮਾਰੀਆਂ ਦੂਰ ਹੁੰਦੀਆਂ ਸੀ, ਜਿੱਥੇ ਮੌਤ ਦਾ ਭੈ ਖਤਮ ਹੁੰਦਾ ਸੀ, ਉਸ ਤੀਰਥ ਤੇ ਇੰਨੀ ਵੱਡੀ ਆਫਤ ਆਈ ਕਿ ਮੌਤ ਦੇ ਭੈ ਭੈ ਦੁੱਖ ਬਿਮਾਰੀਆਂ ਕਲੇਸ਼ ਕਿਉਂ ਕਿੱਥੇ ਤਾਂ ਕੱਟੇ ਜਾ ਰਹੇ ਸੀ, ਇੱਥੇ ਆਏ ਕਿਉਂ? ਇੱਥੇ ਭੈ ਦੂਰ ਹੁੰਦੇ ਸੀ, ਇੱਥੇ ਭੈ ਭੈ ਕਿਉਂ? ਆਪਦੇ ਰੁਮਾਲਿਆ ਤੇ ਮਾਇਆ ਸਿੱਟਣੀ ਚਾਹੀਦੀ। ਸਾਰੇ ਜਹਾਨ ਦੀ ਜਗਤ ਦਾ ਗੰਧ ਪੈਸਿਆਂ ਨੂੰ ਲੱਗਿਆ, ਇਹ ਰੁਪਈਏ ਕਿਤੇ ਸੁੱਚੇ ਆ? ਲੋਕ ਥੁੱਕਾਂ ਵੀ ਲਾ ਦਿੰਦੇ ਆ, ਤੰਬਾਕੂ ਵਾਲੇ ਤੰਬਾਕੂ ਵਾਲੇ ਹੱਥ ਲਾ ਦਿੰਦੇ ਆ, ਜਿੱਥੇ ਜਿੱਥੇ ਪੈਸੇ ਗਏ ਇਹ ਤਾਂ ਗੰਦੀ ਚੀਜ਼ ਹੈ। ਕਹਿੰਦੇ ਗੁਰੂ ਸਾਹਿਬ ਦੇ ਰੁਮਾਲਿਆਂ ਦੇ ਗੁਰੂ ਸਾਹਿਬ ਦੇ ਗੁਟਕਿਆਂ ਦੇ ਨਾਲ ਇਹ ਪੈਸੇ ਲੱਗਣੇ ਨਹੀਂ ਚਾਹੀਦੇ, ਇਹ ਝੂਠੇ ਆ, ਇਹ ਝੂਠੀ ਹੈ ਮਾਇਆ। ਸਤਿਗੁਰਾਂ ਦੀ ਬਾਣੀ ਕਾਗਜ਼ ਉਹ ਪਵਿੱਤਰ ਹੈ, ਧਨ ਸੋ ਕਾਗਜ਼ ਕਲਮ, ਧਨ ਧਨ ਭਾਂਡਾ ਧਨ ਮਾਸ, ਇਹ ਕਾਗਜ਼ ਝੂਠਾ ਹੈ ਤੇ ਗੁਰੂ ਸਾਹਿਬ ਨੇ ਇਹਨੂੰ ਧੱਕ ਕੇ ਪਿਛਾ ਕੀਤਾ ਹੋਇਆ, ਇਹਨੂੰ ਧੱਕ ਕੇ ਪਿੱਛੇ ਕੀਤਾ ਹੋਇਆ ਵੀ ਤੂੰ ਸਿਰਫ ਚਰਨਾਂ ਦੇ ਵਿੱਚ ਤੱਕ ਤੈਨੂੰ ਆ ਗਿਆ, ਅੱਗੇ ਨਹੀਂ ਤੈਨੂੰ ਆ ਗਿਆ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਦਾਸੀ ਬਣ ਕੇ। ਬਾਬਾ ਜੀ ਨੇ ਸੰਤ ਸਜਾਨ ਸਿੰਘ ਨੂੰ ਭੇਜਿਆ ਦਿੱਲੀ, ਕਹਿਣ ਲੱਗੇ ਜਿੱਥੇ ਗੋਲਕ ਲੱਗੀ ਹੋਵੇ ਉੱਥੇ ਕੀਰਤਨ ਹੀ ਨਹੀਂ ਕਰਨਾ। ਇਹ ਬਚਨ ਦਿੱਤਾ ਕਿ ਜਿੱਥੇ ਗੋਲਕ ਲੱਗੀ ਹੋਵੇ ਕੀਰਤਨ ਨਹੀਂ ਕਰਨਾ। ਇੱਕ ਗੁਰਦੁਆਰੇ ਵਾਲੇ ਆ ਗਏ, ਆਪਣੇ ਮੁੱਖ ਗੁਰਦੁਆਰਾ ਸੀ, ਉਹ ਕਹਿੰਦੇ ਸੁਜਾਨ ਸਿੰਘ ਜੀ ਕੀਰਤਨ ਕਰੋ ਇੱਥੇ। ਕਹਿੰਦੇ ਵੀ ਇੱਥੇ ਗੋਲਕ, ਮੈਨੂੰ ਬਾਬਾ ਜੀ ਨੇ ਕਿਹਾ ਵੀ ਜਿੱਥੇ ਗੋਲਕ ਲੱਗੀ ਹੋਵੇ ਉੱਥੇ ਕੀਰਤਨ ਨਹੀਂ ਕਰਨਾ। ਮਹਾਂਪੁਰਸ਼ ਮਾਇਆ ਤੋਂ ਦੂਰ ਕਰਦੇ ਸੀ ਵੀ ਸੇਵਕ ਮਾਇਆ ਤੋਂ ਦੂਰ ਹੋ ਜਾਣ ਤੇ ਦੁਨੀਆਂ ਦਾ ਭਲਾ ਕਰਨਗੇ। ਜੇ ਇਹ ਮਾਇਆ ਜੀ ਖੁੱਬੇ ਰਹੇ ਤੇ ਸੰਸਾਰ ਦਾ ਭਲਾ ਕਿਵੇਂ ਕਰਨਗੇ? ਇੱਕ ਮਹਾਤਮਾ ਕਹਿੰਦੇ ਜੀ ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ,
ਮੈਂ ਕੋਲ ਬੈਠਾ ਸੀ, ਉਹ ਕਹਿੰਦੇ ਜੀ ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ। ਮੈਨੂੰ ਹਾਸਾ ਆਵੇ ਕਿ ਮਹਾਰਾਜ ਕਹਿੰਦੇ ਅਸੀਂ ਜੇਬ ਵੀ ਨਹੀਂ ਲਾਈ, ਕੁੜਤੇ ਨੂੰ ਜੇਬ ਵੀ ਨਹੀਂ ਲਾਈ ਹੋਈ, ਅਸੀਂ ਆਪਣੇ ਕੁੜਤੇ ਨੂੰ ਜੇਬ ਵੀ ਨਹੀਂ ਲਾਈ, ਅਸੀਂ ਹੱਥ ਨਹੀਂ ਲਾਉਂਦੇ। ਮੈਂ ਕਿਹਾ ਮੈਂ ਅੰਦਰੇ ਅੰਦਰ ਕਹਾਂ ਮਹਾਰਾਜ ਉਹ ਬੈਂਕ ਵਾਲੀਆਂ ਜੇਬਾਂ ਤੁਹਾਡੀਆਂ ਹੀ ਨੇ, ਜਿਹੜੇ ਖਜ਼ਾਨਚੀ ਤੁਸੀਂ ਬਣਾਇਆ ਮਹਾਰਾਜ ਉਹ ਵੀ ਜੇਬਾਂ ਤੁਹਾਡੀਆਂ ਹੀ ਨੇ, ਜਿਹੜੇ ਤੁਸੀਂ ਖਜ਼ਾਨਚੀ ਬਣਾਇਆ ਉਹ ਜੇਬਾਂ ਤੁਹਾਡੀਆਂ ਹੀ ਨੇ, ਜਿਹੜੀ ਬੈਂਕ 'ਚ ਉਹ ਵੀ ਜੇਬ ਤੁਹਾਡੀ, ਕਿਸੇ ਨਾਲ ਛੋਟੀ ਜਿਹੀ ਲਾ ਕੇ ਕੀ ਲੈਣਾ, ਵੱਡੀਆਂ ਵੱਡੀਆਂ ਜੇਬਾਂ ਨੇ ਤੁਹਾਡੇ ਕੋਲ। ਬਾਬਾ ਜੀ ਕਹਿੰਦੇ ਵੀ ਕੀਰਤਨ ਨਹੀਂ ਕਰਨਾ ਜਿੱਥੇ ਗੋਲਖ ਹੋਵੇ। ਉਹ ਪ੍ਰਬੰਧਕ ਕਹਿੰਦੇ ਮਹਾਰਾਜ ਕੀਰਤਨ ਕਰੋ, ਕਹਿੰਦੇ ਬਾਬਾ ਜੀ ਦਾ ਹੁਕਮ ਹੈ, ਕਹਿੰਦੇ ਅਸੀਂ ਗੋਲਖ ਚੱਕ ਦਿਆਂਗੇ, ਅਸੀਂ ਬਾਹਰ ਨਾ ਦਰਵਾਜ਼ੇ ਤੋਂ ਬਾਹਰ ਰੱਖ ਦਿਆਂਗੇ ਜਿੰਨੀ ਦੇਰ ਤੁਸੀਂ ਕੀਰਤਨ ਕਰੋਗੇ। ਉਹਨਾਂ ਪ੍ਰਬੰਧਕਾਂ ਨੇ ਗੋਲਖ ਚੱਕ ਕੇ ਬਾਹਰ ਰੱਖ ਦੀ, ਸੰਤਾਂ ਨੇ ਕੀਰਤਨ ਕਰਤਾ। ਜਦੋਂ ਬਾਬਾ ਜੀ ਕੋਲ ਗਏ ਕਹਿੰਦੇ ਇੰਜ ਨਹੀਂ ਕੰਨ ਫੜਿਆ, ਇੰਜ ਫੜਦੇ ਆ, ਕਹਿੰਦੇ ਦੂਜੇ ਪਾਸੇ ਹੱਥ ਕਰਕੇ ਕੰਨ ਫੜਦੇ ਆ ਪੁੱਠੇ ਹੱਥ ਨਾਲ। ਕਹਿਣ ਲੱਗੇ ਕਹਿੰਦੇ ਜੀ ਮੈਂ ਗੋਲਖ ਚੁਕਾ ਦੀ ਸੀ, ਪਿੱਛੇ ਕਰਦੀ ਸੀ। ਕਹਿੰਦੇ ਗੋਲਖ ਤਾਂ ਹੈਗੀ ਸੀ ਨਾ, ਸਾਡਾ ਤਾਂ ਕਹਿਣ ਦਾ ਭਾਵ ਸੀ ਕਿ ਤੂੰ ਘਰ ਦੇ ਵਿੱਚ ਆਪਣੇ ਆਨੰਦ 'ਚ ਕੀਰਤਨ ਕਰ, ਕੀਰਤਨ ਅਤੇ ਬਾਣੀ ਦਾ ਰਸ ਲਏ, ਇਹਦੇ ਨਾਲ ਮਾਇਆ ਨੂੰ ਨਾ ਜੋੜ। ਆਪਣਾ ਹੁਣ ਜਥਾ ਏ, ਨਾ ਤੁਸੀਂ ਰੱਖ ਸਕਦੇ ਜੇ ਨਾ ਅਸੀਂ ਚੱਕ ਸਕਦੇ ਹਾਂ, ਸਾਡੇ ਵੱਡਿਆਂ ਮਹਾਂਪੁਰਸ਼ਾਂ ਦੇ ਇਹ ਬਹਿਣ ਲਾਏ ਹੋਏ ਆ, ਆਪਣੇ ਤਾਂ ਸਥਾਨਾਂ 'ਤੇ ਪੈਸਾ ਮੱਥਾ ਵੀ ਨਹੀਂ ਟੇਕਿਆ ਜਾਂਦਾ, ਇਹਨਾਂ ਨੇ ਫਿਰ ਦਾਲ ਫੁਲਕਾ ਚਲਾਉਣਾ ਹੁੰਦਾ, ਇਸ ਕਰਕੇ ਇੱਥੇ ਲੰਗਰ ਸੰਗਤਾਂ ਜਿਹੜੀ ਮਾਇਆ ਰੱਖਦੀਆਂ ਗੋਲ ਕੇ ਰੱਖੀ ਹੋਈ ਲੰਗਰ ਕਰਕੇ। ਜਿੰਨੇ ਨਾਨਕਸਰ ਦੇ ਅਸਥਾਨ ਨੇ ਕਿਸੇ ਥਾਂ 'ਤੇ ਗੋਲਕ ਨਹੀਂ ਹੁੰਦੀ। ਮਹਾਂਪੁਰਖਾਂ ਦੇ ਪੁੱਛੋ, ਜਿਹੜਾ ਵੀ ਕੋਈ ਮਾਇਆ ਲੈ ਕੇ ਜਾਂਦਾ ਉਹਨੂੰ ਪੁੱਛੀ ਜਾਂਦੀ ਹੈ ਵੀ ਕਾਹਦੇ ਵਾਸਤੇ ਆ। ਜੇ ਉਹ ਕਹਿ ਜੀ ਮੈਂ ਮੇਰਾ ਕੰਮ ਹੋਇਆ, ਮੈਂ ਇਸ ਵਾਸਤੇ ਸੁੱਖਿਆ ਹੋਇਆ ਸੀ ਵੀ ਮੈਂ ਇੰਨੀ ਮਾਇਆ ਦਿਆਂਗਾ, ਉਹ ਲਈ ਜਾਂਦੀ। ਜਿਹੜਾ ਇੱਥੋਂ ਦੇ ਨਾਂ ਦਾ ਦਸਵੰਧ ਕੱਢਿਆ ਉਹ ਲਈ ਜਾਂਦਾ, ਦੂਜਾ ਭਾਵੇਂ ਕਿਵੇਂ ਹੋਵੇ ਉੱਥੇ ਮਾਇਆ ਲੈਂਦੇ ਨਹੀਂ। ਉਹ ਕੋਈ ਲੈ ਕੇ ਜਾਵੇ ਜੀ ਆ ਇੱਧਰ ਪਾਉਣਾ ਇੱਧਰ, ਕਹਿੰਦੇ ਨਹੀਂ ਜੀ ਵਾਪਸ ਲੈ ਜਾਓ, ਉੱਥੇ ਉੱਥੋਂ ਦੀ ਮਰਿਆਦਾ ਐਵੇਂ। ਨਾਨਕਸਰ ਗੋਲਕ ਨਹੀਂ ਲਾਈ ਹੋਈ ਨਾਨਕਸਰ ਕਲੇਰਾਂ। ਮਹਾਂਪੁਰਖਾਂ ਨੇ ਉਸ ਸਮੇਂ ਕਿ ਅਸੀਂ ਸਾਡਾ ਕਿਤੇ ਗੁਰੂ ਸਾਹਿਬ ਤੋਂ ਖਿਆਲ ਮਾਇਆ ਵਾਲੇ ਪਾਸੇ ਨਾ ਚਲਾ ਜਾਏ। ਬਾਬਾ ਖੇਮ ਸਿੰਘ ਜੀ ਮਹਾਂਪੁਰਖ ਜਦੋਂ ਅਸੀਂ ਪੁੱਛੋ ਉਦੋਂ ਗੋਲਕਾਂ ਲੱਗੀਆਂ ਸੀ ਤਿੰਨ ਚਾਰ ਥਾਵਾਂ 'ਤੇ, ਅਤੇ ਸੰਤ ਕਹਿਣ ਲੱਗੇ ਵੀ ਬਰਸੀ ਮਨਾਈ, ਕਹਿੰਦੇ ਵੀ ਕਿੰਨਾ ਖਰਚਾ ਆਇਆ ਬਰਸੀ 'ਤੇ ਹਿਸਾਬ ਕਰੋ ਅਤੇ ਕਿੰਨੀ ਮਾਇਆ ਆਈ ਹੈ। ਸੇਵਕਾਂ ਨੇ ਹਿਸਾਬ ਕੀਤਾ ਜੀ 85,000 ਰੁਪਈਆ ਉਸ ਸਮੇਂ 'ਚ ਵੀ ਆਇਆ ਹੈ ਅਤੇ 65,000 ਆਪਣਾ ਖਰਚ ਹੋਇਆ ਬਰਸੀ 'ਚ। ਕਹਿੰਦੇ ਜੀ 85,000 ਰੁਪਈਆ ਬਰਸੀ 'ਤੇ ਆਇਆ ਹੈ, 65,000 ਰੁਪਈਆ ਖਰਚ ਹੋਇਆ ਹੈ। ਬਾਬਾ ਖੇਮ ਸਿੰਘ ਜੀ ਨੂੰ ਕਿਹਾ, ਮਾਣ ਨਾਲ ਦੱਸਿਆ ਜੀ ਆਪਾਂ ਨੂੰ 20,000 ਬਚ ਗਿਆ, ਅਤੇ ਮਹਾਂਪੁਰਖ ਇਸ ਤਰ੍ਹਾਂ ਸਿਰ ਫੜ ਕੇ ਬਹਿ ਗਏ। ਕਹਿਣ ਲੱਗੇ ਆਪਾਂ ਤਾਂ ਮਾਇਆ ਇਕੱਠੀ ਕੀਤੀ ਹੈ, ਬਰਸੀ ਥੋੜ੍ਹਾ ਮਨਾਈਏ, ਬਰਸੀ ਥੋੜ੍ਹਾ ਮਨਾਈਏ, ਮਾਇਆ ਇਕੱਠੀ ਕੀਤੀ ਆਪਾਂ, 20,000 ਤਾਂ ਆਪਾਂ ਕਰਜ਼ਾਈ ਹੋ ਗਏ, ਆਪਣਾ ਕੋਲੋਂ ਪੈਣਾ ਚਾਹੀਦਾ ਸੀ। ਕਹਿਣ ਲੱਗੇ ਸੇਵਾਦਾਰਾਂ ਨੂੰ ਵੀ ਸਭ ਥਾਵਾਂ ਤੋਂ ਗੋਲਕਾ ਚੱਕ ਦਿਓ ਅਤੇ ਡੰਗ ਵਾਲੇ ਬੰਦੇ ਖਿਲਾਰ ਦਿਓ ਵੀ ਕਿਸੇ ਪੈਸਾ ਮੱਥਾ ਟੇਕਣਾ ਹੀ ਨਹੀਂ। ਸਾਧੂ ਇਹ ਸਾਧੂ ਮਹਾਤਮਾ ਹੈ, ਹੀਰੇ ਲਾਲ ਇਕੱਠੇ ਕਰਨ ਵਾਲੇ ਆ, ਮਾਇਆ ਨਹੀਂ ਇਕੱਠੀ ਕਰਨ ਵਾਲੇ, ਹੀਰੇ ਲਾਲਾਂ ਦੇ ਵਪਾਰੀ ਹੈ, ਹੀਰੇ ਲਾਲਾਂ ਦੇ ਵਪਾਰੀ ਬਣਨਾ ਹੈ, ਮਾਇਆ ਨਹੀਂ ਇਕੱਠੀ ਕਰਨੀ, ਨਾਮ ਜਪਣਾ ਹੈ, ਸਿਮਰਨ ਕਰਨਾ ਹੈ, ਭਜਨ ਕਰਨਾ ਹੈ, ਜੋ ਹੋਵੇ ਸੰਗਤ ਸਾਧ ਸੰਗਤ ਦੀ ਸੇਵਾ ਕਰਨੀ ਹੈ। ਜਿੱਡਾ ਜਿੱਡਾ ਤਿਆਗ ਕਰੇਗਾ ਓਨਾ ਗੁਰੂ ਦੇ ਨੇੜੇ ਜਾਏਗਾ। ਇਹ ਦਰ ਤਾਂ ਸਿਮਰਨ ਭਜਨ ਬੰਦਗੀ ਵਾਲਾ ਹੈ। ਰੋਜ਼ ਅਸੀਂ ਸਮਾਗਮ ਹੁੰਦੇ ਆ, ਲਾਈਵ ਟੈਲੀਕਾਸਟ ਹੁੰਦੇ ਆ, ਇੱਕ ਸਮਾਗਮ ਹੀ ਇਹ ਲਾਈਵ ਟੈਲੀਕਾਸਟ ਇਹੋ ਜਿਹਾ,
ਹੰਕਾਰ ਨਹੀਂ ਕਰਦੇ, ਸਤਿਗੁਰੂ ਕਿਰਪਾ ਰੱਖਣ। ਹੰਕਾਰ ਬਹੁਤ ਮਾੜਾ ਹੁੰਦਾ, ਮਾਇਆ ਛੱਡੀ ਤੇ ਕਿਆ ਪਿਆ, ਮਾਣ ਨਾ ਤਜਿਆ ਜਾਏ, ਮਾਇਆ ਤਜੀ ਤੋਂ ਕਿਆ ਪਿਆ, ਜੋ ਮਾਣ ਤਜਿਆ ਨਹੀਂ ਜਾਏ। ਮਾਣ ਮੁਨੀ ਵਰ ਗਲੇ ਮਾਣ ਸਭੀ ਕੋ ਖਾਏ, ਅਸੀਂ ਤਿਆਗ ਕਰਕੇ ਹੰਕਾਰੀ ਹੋ ਕੇ ਬਹਿ ਜਾਈਏ, ਸਾਡੇ ਵਰਗੇ ਕੋਈ ਨਹੀਂ। ਉੱਥੇ ਸਾਡੇ ਲਾਈਵ ਟੈਲੀਕਾਸਟ ਦੇ ਥੱਲੇ ਚੱਲ ਰਿਹਾ ਹੈ ਜਪਜੀ ਸਾਹਿਬ ਦੇ ਪਾਠ, ਸੁਖਮਣੀ ਸਾਹਿਬ ਦੇ ਪਾਠ, ਮੂਲ ਮੰਤਰ ਦੀਆਂ ਮਾਲਾ, ਗੁਰ ਮੰਤਰ ਦੀਆਂ ਮਾਲਾ, ਅਤੇ ਉਹ ਭੇਟਾ ਅਸੀਂ ਮੰਗਦੇ ਹਾਂ ਤੁਹਾਡੇ। ਅਤੇ ਜਿੰਨੇ ਬਾਕੀ ਲਾਈਵ ਟੈਲੀਕਾਸਟ ਨੇ ਸਭ ਥੱਲੇ ਕੋਡ ਨੰਬਰ ਚੱਲ ਰਹੇ ਆ, ਦਿੱਤੇ ਹੋਏ ਪੈਸੇ ਚੱਲ ਰਹੇ ਨੇ। ਸਾਡਾ ਤੇ ਉਹਨਾਂ ਦੇ ਧਨ ਦਾ ਫਰਕ ਹੈ, ਪਰ ਸਾਨੂੰ ਇਹਦੇ 'ਤੇ ਬਹੁਤ ਮਾਣ ਹੈ ਗੁਰੂ ਦੇਵ ਕਿ ਅਸੀਂ ਸੱਚਾ ਧਨ ਵਿਹਾਜ ਰਹੇ ਹਾਂ। ਰੋਜ਼ ਦੀ 10 ਲੱਖ, 12 ਲੱਖ, 20 ਲੱਖ ਅਰਦਾਸ ਹੁੰਦੀ ਮੂਲ ਮੰਤਰ ਦੀ, ਜਿਹੜੀਆਂ ਸੰਗਤਾਂ ਨਾਲ ਤਾਂ ਕੀਰਤਨ ਪਾਠ ਸੁਣਦੀਆਂ ਲਾਈਵ ਟੈਲੀਕਾਸਟ, ਨਾਲ ਆਪਣਾ ਸਿਮਰਨ ਲਿਖਾ ਦਿੰਦੀਆਂ। ਅਸੀਂ ਪਹਿਲੋ ਪ੍ਰੋਗਰਾਮ ਚਲਾਇਆ ਸੀ MH1 ਤੇ ਸ਼ਰਧਾ ਚੈਨਲ ਤੇ, ਫਿਰ ਆ ਦਿਸ਼ਾ ਚੈਨਲ ਵਾਲੇ ਕਹਿੰਦੇ ਜੀ ਸਾਡੇ ਤੇ ਪ੍ਰੋਗਰਾਮ ਕਰੋ ਤੁਸੀਂ ਰੋਜ਼ ਦੇ, ਇਹ ਮਗਰ ਪੈ ਗਏ। ਫਿਰ MH1 ਵਾਲੇ ਕਹਿੰਦੇ ਜੀ ਅਸੀਂ ਨਹੀਂ ਤੁਹਾਨੂੰ ਛੱਡਣਾ, ਮਾਇਆ ਨਹੀਂ, ਜਿਵੇਂ ਵੀ ਤੁਸੀਂ ਕਰੋਗੇ ਠੀਕ ਹੈ, ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਕਰੋਗੇ, ਕਿਉਂਕਿ ਇਹ ਮਾਇਆ ਦਾ ਵਿੱਚ ਗੱਲ ਤੋਰੀਏ ਭੁੱਖ ਬਣ ਜਾਂਦੀ। ਦੇਣਾ ਹੈ ਸਾਨੂੰ ਬਹੁਤ, ਇਹ ਕਹਿੰਦੇ ਅਸੀਂ ਦੇਣਾ ਹੈ ਪ੍ਰੋਗਰਾਮ, ਪਰ ਬਿਨਾਂ ਮਾਇਆ ਤੋਂ ਤਾਂ ਕੋਈ ਵੀ ਨਹੀਂ ਕਰਦਾ, ਸਾਰੇ ਮਾਇਆ ਨਾਲ ਹੀ ਕਰਦੇ। ਪਰ ਮਾਇਆ ਸਫਲ ਹੁੰਦੀ ਹੈ, ਆਖੋ ਸ੍ਰੀ ਮਾਨ ਸਫਲ ਹੁੰਦੀ ਜਦੋਂ ਸਾਧ ਸੰਗਤ ਬਹਿ ਕੇ ਪਾਠ ਕਰਦੀ ਹੈ, ਕੀਰਤਨ ਸੁਣਦੀ ਹੈ, ਅਤੇ ਉਸ ਸਮੇਂ ਸਮਾਂ ਸਫਲ ਹੁੰਦਾ ਹੈ। ਬੜੇ ਐਸੇ ਲੋਕ ਸੀ ਜਿਹੜੇ ਰਾਤ ਨੂੰ ਐਵੇਂ ਸਮਾਂ ਗਾਉਂਦੇ ਸੀ, ਹੁਣ ਉਹ ਕਹਿੰਦੇ ਸਾਡਾ ਸਫਲ ਹੋ ਜਾਂਦਾ ਜਦੋਂ ਅਸੀਂ ਲਾਈਵ ਪ੍ਰੋਗਰਾਮ ਵਿੱਚ ਬਹਿੰਦੇ ਹਾਂ, ਸਾਡੀ ਰਾਤ ਹੀ ਸਫਲੀ ਹੋ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ, ਪਤਾ ਹੀ ਨਹੀਂ ਲੱਗਦਾ ਰਾਤ ਕਿਵੇਂ ਲੰਘ ਜਾਂਦੀ ਹੈ। ਅਤੇ ਸਾਰੇ ਜਿੰਨੇ ਸਾਡੇ ਨਾਲ ਸਿੰਘ ਨੇ ਸਾਰੇ ਰਾਤ ਸਾਰੀ ਦਾ ਪ੍ਰੋਗਰਾਮ ਹੁੰਦਾ, ਫਿਰ ਦਿਨੇ ਥੋੜ੍ਹਾ ਬਹੁਤ ਆਰਾਮ ਕਰ ਲਈਦਾ ਸਾਰਿਆਂ ਨੇ, ਅਤੇ ਸਵੇਰ ਸ਼ਾਮ ਦੇ ਨਿਤਨੇਮ ਜ਼ਰੂਰੀ ਹੈ। ਜਿਹੜਾ ਵੀ ਸਾਡੇ ਪ੍ਰੋਗਰਾਮ 'ਚ ਰਾਤ ਨੂੰ ਆਵੇ ਉਹਨੂੰ ਕਹੀਦਾ ਭਾਈ ਅੰਮ੍ਰਿਤ ਵੇਲਾ ਨਹੀਂ ਗਵਾਉਣਾ, ਅੰਮ੍ਰਿਤ ਵੇਲਾ ਸੰਭਾਲਣਾ ਹੈ। ਆਪਾਂ ਰਾਤੀ ਪ੍ਰੋਗਰਾਮ ਕਰੀਏ, ਅੰਮ੍ਰਿਤ ਵੇਲਾ ਕੋਈ ਸੰਭਾਲੀਏ ਨਾ, ਇਸ਼ਨਾਨ ਨਾ ਕਰੀਏ, ਜਪਜੀ ਸਾਹਿਬ ਦਾ ਪਾਠ ਨਾ ਕਰੀਏ, ਤਾਂ ਨਹੀਂ ਠੀਕ। ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਹੈ, ਅੰਮ੍ਰਿਤ ਵੇਲੇ ਦੀ ਵਡਿਆਈ ਹੈ ਸਭ ਤੋਂ ਵੱਡੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਅੰਮ੍ਰਿਤ ਵੇਲੇ ਦੀ ਵਡਿਆਈ ਹੈ ਸਭ ਤੋਂ, ਅੰਮ੍ਰਿਤ ਵੇਲਾ ਸਭ ਤੋਂ ਮਹਾਨ ਹੈ। ਜਿੰਨੇ ਤੁਸੀਂ ਇੱਥੇ ਆਪਾਂ ਸਾਰੇ ਬੈਠੇ ਹਾਂ ਨਾ, ਇਹ ਪਰਨ ਕਰ ਲਓ ਜ਼ਿੰਦਗੀ 'ਚ ਕਿ ਸਵੇਰ ਦਾ ਅੰਮ੍ਰਿਤ ਵੇਲਾ ਅਸੀਂ ਨਹੀਂ ਛੱਡਣਾ। ਇਹ ਸਾਨੂੰ ਕਾਰੋਬਾਰ ਹਰ ਇੱਕ ਚੀਜ਼ ਤੋਂ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਉਮਰਾਂ ਲੰਘਦੀਆਂ ਜਾ ਰਹੀਆਂ ਨੇ। ਅੰਮ੍ਰਿਤ ਤਾਂ ਹੀ ਵਰਤੇਗਾ ਘਰ 'ਚ ਜੇ ਸਾਡੇ ਅੰਮ੍ਰਿਤ ਵੇਲਾ ਹੋਏਗਾ। ਇਹ ਨਾ ਗਵਾਓ, ਇਹਦੀ ਸਜ਼ਾ ਲੱਗਦੀ ਹੈ। ਜਦੋਂ ਸਿੱਖ ਹੋ ਕੇ ਸਵੇਰੇ ਅੰਮ੍ਰਿਤ ਵੇਲੇ ਉੱਠੇ ਪਾਠ ਨਾ ਕਰੇ, ਫਿਰ ਗੁਰੂ ਸਜ਼ਾ ਲਾਉਂਦਾ, ਅਤੇ ਜੇ ਉੱਠ ਕੇ ਅੰਮ੍ਰਿਤ ਵੇਲੇ ਪਾਠ ਕਰੇ ਫਿਰ ਗੁਰੂ ਫਲ ਦਿੰਦਾ ਹੈ, ਫਿਰ ਝੋਲੀ 'ਚ ਫਲ ਪੈਂਦਾ ਹੈ। ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ। ਪਿਛਲੀ ਰਾਤ ਅੰਮ੍ਰਿਤ ਵੇਲੇ ਨੂੰ ਕਿਹਾ, ਉਦੋਂ ਫਲ ਮਿਲਦੇ ਆ, ਫਲ ਰਾਤ ਨੂੰ ਫੁੱਲ ਲੱਗਦੇ ਆ। ਜਿਹੜੀ ਤੁਸੀਂ ਭਗਤੀ ਕਰਦੇ ਜਾਣਾ ਸ਼ਾਮ ਨੂੰ ਕਰੋਗੇ ਤਾਂ ਫੁੱਲ ਬਣ ਜਾਣਗੇ, ਸਵੇਰੇ ਫਲ ਬਣ ਜਾਣਗੇ। ਪਹਿਲੇ ਪਹਿਰੇ ਫੁੱਲੜਾ, ਸ਼ਾਮ ਨੂੰ 6 ਤੋਂ 9 ਪਹਿਲਾ ਪਹਿਰੇ, ਸ਼ਾਮ ਦੇ 6 ਤੋਂ ਲੈ ਕੇ 9 ਵਜੇ ਤੱਕ ਪਹਿਲਾ ਪਹਿਰੇ। ਉਸ ਸਮੇਂ ਦੇ ਵਿੱਚ ਜਿਹੜਾ ਰਹਿ ਰਾਸ ਕੀਰਤਨ ਅਤੇ ਬਾਣੀ ਨਾਲ ਜੁੜਦਾ ਹੈ, ਉਹਦੇ ਭਗਤੀ ਨੂੰ ਫੁੱਲ ਲੱਗ ਜਾਂਦੇ ਆ। ਫਲ ਪੀ ਪੱਛਾ ਰਾਤ, ਜਦੋਂ ਪਿਛਲੀ ਰਾਤ ਆਉਂਦੀ ਹੈ 12 ਵਜੇ ਤੋਂ ਲੈ ਕੇ 6 ਵਜੇ ਤੱਕ, ਪਿਛਲੀ ਰਾਤ ਅੱਧੀ ਰਾਤ, ਪਹਿਲੀ ਰਾਤ 12 ਵਜੇ ਤੱਕ, ਰਾਤ 12 ਵਜੇ ਤੋਂ ਲੈ ਕੇ 6 ਵਜੇ ਤੱਕ ਭਗਤੀ ਉਹ ਫੁੱਲਾਂ ਦੇ ਫਲ ਬਣ ਜਾਂਦੇ ਆ।
महापुरुष 12:30 एक बजे बैठते आ, गृहस्थियों नूं 3 बजे तो हुक्म है, 3 to 6 दे विच अपना सिमरन भगती करन दा, 3 बजे तक सो लो, 3 to 6 जिहड़ा अगला चौथा पैर है ये जागण दा भगती करन दा है। 3 to 6 दे विच विच उठ के 1 घंटा ला लो, 2 ला लो, 3 ला लो, इस वेले पाठ सिमरन अपना इशनान करके कर लो, भावें बाद च फिर सौ जावो। रात 12 बजे तो लैके सवेरे 6 तक फल पी पछा रात, जो जगन लहन से साई कन्नो दात, जेड़े जागणगे वह साई कोलो दातां जरूर लै लैणगे, जेड़े भी जागणगे। ताका संग बाचे सुरदेव, कहिंदे ने ऐसे महापुरुष जिंदी पहलो वड़ियाई कीती है ना कि महात्मा संत ऐसा हो जावे, कहिंदे ऐसे महापुरुष दी संगत वास्ते देवते तपस्वी ਉਹ ਲੋਚਦੇ ਆ ਕਿ ਜਾ ਕੇ ਉਹਨਾਂ ਦੇ ਦਰਸ਼ਨ ਪਾ ਆਈਏ, ਸੰਗ ਕਰ ਲਈਏ, ਉਹਨਾਂ ਦੀ ਸੰਗਤ ਵਿੱਚ ਬਹਿ ਕੇ ਸਮਾਂ ਬਿਤਾ ਦਈਏ। ਤਾਂ ਕਾ ਸੰਗ ਬਾਛੇ ਸੁਰਦੇਵ, ਤਾਂ ਕਾ ਸੰਗ ਬਾਛੇ ਸੁਰਦੇਵ, ਅਮੋਗ ਦਰਸ ਹਰ ਜਾ ਕੀ ਸੇਵ। ਕਰ ਜੋੜ ਨਾਨਕ ਕਰੇ ਅਰਦਾਸ, ਕਰ ਜੋੜ ਨਾਨਕ ਕਰੇ ਅਰਦਾਸ, ਮੋਹੇ ਸੰਤ ਟਹਿਲ ਦੀਜੈ ਗੁਣ ਦਾਸ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਮੈਂ ਦੋਨੋਂ ਹੱਥ ਜੋੜ ਕੇ ਅਰਦਾਸ ਕਰਦਾ, ਇਹ ਸਾਨੂੰ ਸਿਖਾ ਰਹੇ ਨੇ ਕਿ ਜਿਹੜੇ ਸੰਤ ਦਾ ਪਿੱਛੇ ਜ਼ਿਕਰ ਆਇਆ ਹੈ ਨਾ, ਸੰਤ ਰਹਿਤ ਸੁਣੋ ਮੇਰੇ ਭਾਈ, ਪੜ੍ਹੋ ਸੰਤ ਰਹਿਤ ਸੁਣੋ। ਆਪਣੀ ਜ਼ਿੰਦਗੀ ਚ ਸਾਧਾਂ ਤੋਂ, ਇਹ ਡੇਰੇਦਾਰਾਂ ਸਾਧਾਂ ਤੋਂ ਜਿਹੜਾ ਆਪਣੀ ਜ਼ਿੰਦਗੀ ਚ ਦੂਰ ਰਿਹਾ ਹੈ ਨਾ, ਉਹ ਦੱਸੇ ਵੀ ਮੈਂ ਖੱਟਿਆ, ਕਹਿ ਦਿੰਦੇ ਆ ਡੇਰੇ ਵਾਲੇ ਆ ਸਾਧ ਦੇ ਫਲਾਣਾ, ਦੱਸ ਤੇਰੇ ਪੱਲੇ ਕੀ। ਐਸੇ ਆਦਮੀ ਨੂੰ ਇਹ ਪੁੱਛਦੇ ਆ, ਦੱਸ ਤੇਰੇ ਪੱਲੇ ਹੈ ਕੀ, ਕੋਈ ਤੈਨੂੰ ਮੇਲ ਗੁਰੂ ਨਾਲ, ਕੋਈ ਸ਼ਾਂਤੀ, ਕੋਈ ਪਿਆਰ, ਕੋਈ ਭਾਵਨਾ, ਕੋਈ ਨਿਤਨੇਮ, ਕੋਈ ਜਾਪਤਾ, ਕੋਈ ਤੇਰੇ ਬਚਨਾਂ ਵਿੱਚ ਬੜ ਆਇਆ, ਕੋਈ ਪ੍ਰਾਪਤੀ ਹੈ ਨਾ, ਕਿ ਕੱਟੜਪੁਣਾ ਹੀ ਇਹ ਕੇਵਲ ਤੇ ਕੇਵਲ ਰੱਬ ਨਾਲ ਸਾਂਝ ਹੀ ਨਹੀਂ। ਕਹਿੰਦੇ ਨੇ ਕਰ ਜੋੜ ਨਾਨਕ ਕਰੇ ਅਰਦਾਸ, ਹੱਥ ਜੋੜ ਕੇ ਅਰਦਾਸ ਕਰਦਾ, ਮੈਨੂੰ ਸਾਧੂਆਂ ਦੀ ਸੇਵਾ ਬਖਸ਼ੋ ਜੀ, ਸੰਤ ਟਹਿਲ ਦੀਜੇ ਗੁਣ ਦਾਸ, ਇਹ ਗੁਣਾਂ ਦੇ ਦਾਤੇ ਖਜ਼ਾਨੇ, ਮੈਨੂੰ ਆਪਣੀ ਸੰਤਾਂ ਸਾਧੂਆਂ ਦੀ ਨਾਮ ਜਪਣ ਵਾਲਿਆਂ ਦੀ ਸੇਵਾ ਬਖਸ਼ੋ, ਉਹਨਾਂ ਦੀ ਟਹਿਲ ਬਖਸ਼ੋ, ਜਿਹੜੇ ਨਾਮ ਜਪਣ ਵਾਲੇ, ਸਿਮਰਨ ਭਜਨ ਕਰਨ ਵਾਲੇ ਪ੍ਰਭੂ ਦੇ ਰੰਗ ਵਿੱਚ ਰੰਗੇ ਆ, ਜਿਨ੍ਹਾਂ ਦੇ ਕੋਲ ਪਰਮੇਸ਼ਰ ਵੱਸਦਾ ਹੈ, ਪ੍ਰਭੂ ਵੱਸਦਾ ਹੈ। ਨਾਰਦ ਮੁਨੀ ਜੀ ਪ੍ਰਭੂ ਨੂੰ ਢੂੰਡਣ ਵਾਸਤੇ ਕੈਲਾਸ਼ ਪਰਬਤ 'ਤੇ, ਖੀਰ ਸਮੁੰਦਰ 'ਚ
ਸਮੇਰ ਪਰਬਤ ਤੇ ਠਾੜ ਤੀਰਥਾਂ ਤੇ ਸਭ ਜਗ੍ਹਾ ਜਾਏ। ਇਹ ਬਾਣੀ ਦਾ ਜ਼ਿਕਰ ਜੀ, ਗੁਰਬਾਣੀ ਦਾ ਜ਼ਿਕਰ ਹੈ। ਨਾਰਦ ਮੁਨੀ ਪ੍ਰਭੂ ਨੂੰ ਢੂੰਡਦੇ ਸਭ ਜਗ੍ਹਾ ਤੇ ਜਾਏ, ਜਿੱਥੇ ਜਿੱਥੇ ਪ੍ਰਭੂ ਦੇ ਥਾਂ ਸੀ, ਦਰ ਸੀ। ਉੱਥੇ ਦਰ ਤਾਂ ਹੈਗਾ ਏ, ਪਰ ਆਪ ਪ੍ਰਭੂ ਨਹੀਂ ਹੈਗਾ। ਖੀਰ ਸਮੁੰਦਰ ਚ ਖਾਲੀ ਆਸਨ ਪਿਆ, ਭਗਵਾਨ ਨਹੀਂ ਹੈਗੇ। ਕੈਲਾਸ਼ ਪਰਬਤ ਤੇ ਖਾਲੀ ਕੈਲਾਸ਼ ਪਰਬਤ ਤੇ ਪ੍ਰਭੂ ਨਹੀਂ ਹੈਗੇ। ਸਭ ਜਗ੍ਹਾ ਢੂੰਡ ਲਿਆ ਨਾਰਦ ਮੁਨੀ ਜੀ ਨੇ, ਕਿਤੋਂ ਵੀ ਪ੍ਰਭੂ ਨਾ ਮਿਲੇ। ਤੇ ਨਾਰਦ ਮੁਨੀ ਵੈਰਾਗ ਦੇ ਵਿੱਚ ਆਣ ਕੇ ਕੀਰਤਨ ਕਰਨ ਲੱਗੇ। ਜਿਹੜਾ ਤੁੰਬਾ ਉਹਨਾਂ ਕੋਲ ਹੁੰਦਾ, ਉਹਦੇ ਨਾਲ ਬੈਠੇ ਨਾ, ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਵਿੱਚ ਕੀਰਤਨ ਕਰਨ ਲੱਗ ਪਏ। ਇਹ ਭਾਈ ਗੁਰਦਾਸ ਜੀ ਨੇ ਬਾਣੀ ਵਿੱਚ ਲਿਖਿਆ ਹੈ। ਭਾਈ ਗੁਰਦਾਸ ਜੀ ਨੇ 12 ਵਿੱਚ ਲਿਖਿਆ, ਕਵਿਤ ਵਿੱਚ। ਜਦੋਂ ਕੀਰਤਨ ਕਰਨ ਲੱਗੇ ਨਾਰਦ ਮੁਨੀ ਜੀ ਕੀਰਤਨ 'ਚ ਜੁੜ ਗਏ, ਪ੍ਰਭੂ ਦੇ ਵਿਰਾਗ 'ਚ ਕਰੀ ਜਾ ਰਿਹਾ ਕਿ ਪ੍ਰਭੂ ਜੀ ਤੁਹਾਡਾ ਪਤਾ ਨਹੀਂ ਲੱਗ ਰਿਹਾ, ਤੁਸੀਂ ਕਿੱਥੇ ਹੋ, ਕਿਸ ਜਗ੍ਹਾ ਤੇ ਹੋ। ਮੇਰਾ ਮਨ ਵਿਆਕੁਲ ਹੋ ਗਿਆ ਤੁਹਾਡੇ ਦਰਸ਼ਨਾਂ ਨੂੰ। ਕੀਰਤਨ ਭਗਤੀ 'ਚ ਜੁੜ ਗਏ ਤੇ ਜੁੜਿਆ ਜੁੜਿਆ ਨੇ ਜਦੋਂ ਕੀਰਤਨ ਤੋਂ ਅੱਖਾਂ ਖੋਲੀਆਂ, ਪ੍ਰਭੂ ਬੈਠੇ ਸੀ ਆਨੰਦ ਵਿੱਚ ਸਾਹਮਣੇ। ਚਰਨ ਫੜ ਲੈ ਪ੍ਰਭੂ, ਮੈਂ ਤਾਂ ਕੋਈ ਜਗ੍ਹਾ ਨਹੀਂ ਛੱਡੀ, ਕੋਈ ਥਾਂ ਨਹੀਂ ਛੱਡੀ ਤੁਹਾਨੂੰ ਢੂੰਡਣ ਦੀ। ਮੈਂ ਤਾਂ ਥੱਕ ਕੇ ਬੈਠ ਗਿਆ, ਪਰ ਤੁਸੀਂ ਇੱਥੇ, ਮੈਂ ਤਾਂ ਸਭ ਜਗ੍ਹਾ ਢੂੰਡ ਆਇਆ। ਨਾਰਦ, ਮੇਰਾ ਘਰ ਹੀ ਇਹ ਆ, ਆਖੋ ਸੀ ਖਿਆਲ ਦੇਣਾ। ਇੱਕ ਠਾਕੁਰ ਦੁਆਰੇ ਦੇ ਵਿੱਚ ਇੱਕ ਪੁਜਾਰੀ ਹੈ, ਜਿਹੜਾ ਰੋਜ਼ ਬੜੀ ਭਗਤੀ ਕਰਦਾ, ਸਵੇਰੇ ਵੀ ਖੇਤਾਂ ਦੇ ਵਿੱਚ ਬੜੀ ਪੂਜਾ, ਬੜੇ ਧੂਫ ਦਿਖਾਉਂਦਾ, ਬੜੇ ਭੋਗ ਲਵਾਉਂਦਾ। ਇੱਕ ਜੱਟ ਪਸ਼ੂ ਚਾਰਦਾ ਰੋਜ਼ ਵੇਖਦਾ, ਕਹਿੰਦਾ ਜੀ ਠਾਕੁਰ ਜੀ ਤੋਂ ਕੀ ਮਿਲਦਾ, ਤੁਸੀਂ ਇੰਨਾ ਤੜਕੇ ਉੱਠ ਕੇ ਆ ਜਾਂਦੇ ਜੀ, ਇੰਨਾ ਸ਼ਾਮ ਤੱਕ ਬੈਠਦੇ ਜੀ, ਇੰਨੇ ਫੁੱਲ ਫਲ ਪ੍ਰਸ਼ਾਦ ਰੱਖਦੇ ਜੀ, ਕੀ ਮਿਲਦਾ। ਕਹਿੰਦੇ ਠਾਕੁਰ ਸਾਰੇ ਕੰਮ ਕਰਦਾ, ਧੰਨਿਆ ਸਾਰੇ ਕੰਮ ਠਾਕੁਰ ਕਰਦਾ, ਜੇ ਠਾਕੁਰ ਮੰਨ ਜਾਵੇ ਤਾਂ। ਕਹਿੰਦੇ ਜੀ ਮੈਂ ਤਾਂ ਸਾਰਾ ਦਿਨ ਖਪਿਆ ਰਹਿੰਦਾ ਖੇਤਾਂ ਵਿੱਚ, ਪਸ਼ੂਆਂ ਵਿੱਚ, ਖੂਹ ਤੇ, ਸਵੇਰ ਤੋਂ ਲੈ ਕੇ ਰਾਤਾਂ ਤੱਕ ਪੂਰੀ ਨਹੀਂ ਪੈਂਦੀ, ਮੈਂ ਤਾਂ ਇੰਨਾ ਦੁਖੀ ਹੁੰਦਾ ਪਿਆ, ਮੈਨੂੰ ਠਾਕੁਰ ਹੀ ਦੇ ਦਿਓ, ਕੰਮ ਮੇਰੇ ਠਾਕੁਰ ਕਰੇ ਕਰੇਗਾ, ਮੈਂ ਥੋੜ੍ਹਾ ਸੁੱਖ ਲੈ ਕੇ ਵੇਖ ਲਾ। ਜੇ ਠਾਕੁਰ ਇਸ ਤਰ੍ਹਾਂ ਦਾ ਹੈ ਕਿ ਸਾਰੇ ਕੰਮ ਕਰਦਾ ਹੈ ਤੇ ਮੈਨੂੰ ਠਾਕੁਰ ਹੀ ਦੇ ਦਿਓ, ਦੇ ਧੰਨੇ ਨੂੰ ਗੈਲ ਛਡਾਵੇ। ਉਸ ਸਮੇਂ ਧੰਨਾ ਜੋਦੜੀਆਂ ਕਰਦਾ ਹੈ ਤੇ ਧੰਨੇ ਨੂੰ ਉਹ ਪੰਡਿਤ ਨੇ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛਡਾਵੇ। ਪੱਥਰ ਇੱਕ ਲਪੇਟ ਕਰ ਬਾਹਮਣ ਪੂਜੇ ਦੇਵਤੇ ਨਾਗ ਚਰਾਵਣ ਆਵੇ ਥੰਨੇ ਡਿੱਠਾ ਚਲਿਤ ਇਹ ਪੁੱਛੇ ਬਾਹਮਣ ਆਖ ਸੁਣਾਵੇ ਠਾਕੁਰ ਕੀ ਸੇਵਾ ਕਰੇ ਜੋ ਇਥੇ ਸੋਈ ਫਲ ਪਾਵੇ ਤੰਨਾ ਕਰ ਦਿਆ ਜੋਦੜੀ ਮੈਂ ਪੀ ਦੇ ਇੱਕ ਜੋਤ ਦੇ ਪਾਵੇ ਠਾਕੁਰ ਕੀ ਸੇਵਾ ਕਰੇ ਜੋ ਇੱਥੇ ਸੋਈ ਫਲ ਪਾਵੇ ਠਾਕੁਰ ਕੀ ਸੇਵਾ ਕਰੇ ਜੋ
ठाकर की सेवा करे जो इच्छे सोई फल पाउंदा है। हुण देख लो मंदिर का पुजारी उधर जट का खूह उधर मंदिर उधर जट का खेत जट का खूह इथों का पुजारी जो पता लग्या भी धन्ने दे रब कार्ज करदा त्रिलोचन आया वेखण त्रिलोचन नूं किते ना रब नजर आए धन्या मैनू नहीं दिसदे धन्ने दे पैर फड़ ले धन्या मैनू भी मिला दे आखो श्री वाह मैनू भी दिखा दे। एक ठाकर द्वारा छड़ के पुजारी जट दे खूह ते क्यों आया समझना थोड़ा जिहा उधर ठाकर द्वारा है उधर उनका घर है अपना खेत है उनका पर खेतों में रब है ठाकर द्वारे च है नहीं। बुले शाह ने कहा है धर्मशाल ताड़वी रेंदे बुले शाह दा धर्मशाल ताड़वी रेंदे ठाकर द्वारे ठग बिच मसीता कुसतिए रेंदे ते आशक रहन अलग। बुले शाह लिखता फकीर धर्मशाल ताड़वी रेंदे मार ताड़ करदे ठाकर द्वारे ठग कहिंदे ठग दे आ विच मसीतां कुसतिए रेंदे मुसलमान सी बुले शाह कहिंदे सारे झूठ बोलण वाले मसीतां च बड़े होए आ कहिंदे विच मसीतां कुसतिए रेंदे आशक रहण लागो दरख्तां थल्ले बह जांदे आ ਉਹ ਝੁੱਗੀਆਂ ਝੌਂਪੜੀਆਂ ਤੇ ਨਦੀਆਂ ਚ ਪੈ ਕੇ ਸਾਈਂ ਨੂੰ ਯਾਦ ਕਰ ਲੈਂਦੇ ਆ। ਆ ਜਿੱਡੇ ਤੀਰਥ ਜਿੰਨੇ ਤੀਰਥ ਬਣੇ ਜੇ ਨਾ ਇਹ ਸਾਧੂਆਂ ਦੇ ਬੰਦਗੀ ਵਾਲੇ ਅਸਥਾਨ ਹੀ ਬਣੇ ਕਿਸੇ ਰੂਪ ਚ ਉੱਥੇ ਉਹਨਾਂ ਤਪ ਕੀਤਾ ਉਹ ਤੀਰਥ ਬਣ ਗਏ ਅਸਥਾਨ ਬਣ ਗਏ। ਧੰਨੇ ਦੀਆਂ ਮਿੰਨਤਾਂ ਕਰਦਾ ਹੈ ਕਿ ਮੈਨੂੰ ਮਿਲਾ ਦੇ ਤੇ ਪ੍ਰਭੂ ਧੰਨਾ ਕਹਿੰਦਾ ਮਹਾਰਾਜ ਪ੍ਰਭੂ ਜੀ ਦਰਸ਼ਨ ਦਿਓ ਮੇਰੇ ਗੁਰੂ ਨੂੰ ਵੀ ਇਹਨੇ ਮੇਰੇ 'ਤੇ ਕਿਰਪਾ ਕੀਤੀ ਹੈ। ਕਹਿੰਦੇ ਧੰਨਿਆ ਉਹ ਨਹੀਂ ਦੇਖ ਸਕਦਾ ਉਹ ਪਖੰਡੀ ਹੈ ਉਹਦਾ ਭਾਂਡਾ ਨਹੀਂ ਸ਼ੁੱਧ ਉਹਦਾ ਬਰਤਨ ਨਹੀਂ ਸ਼ੁੱਧ ਉਹਦਾ ਹਿਰਦਾ ਨਹੀਂ ਸਾਫ਼ ਉਹ ਮਾਇਆ 'ਚ ਹੀ ਲਿਬੜਿਆ ਰਿਹਾ ਸਾਰੀ ਜ਼ਿੰਦਗੀ ਝੂਠੇ ਪਦਾਰਥ ਹੀ ਮੰਗਦਾ ਰਿਹਾ ਹੈ। ਅਸੀਂ ਵੀ ਇਵੇਂ ਹੀ ਹਾਂ ਸਾਡਾ ਵੀ ਹਾਲ ਇਹੀ ਹੈ। ਅਸੀਂ ਗੁਰੂ ਨੂੰ ਤਾਂ ਹੀ ਮੰਨਦੇ ਹਾਂ ਧੀਆਂ ਪੁੱਤਰਾਂ ਦੇ ਚੰਗੇ ਕੰਮਾਂ ਲਈ ਮਾਇਆ ਲਈ ਪਦਾਰਥਾਂ ਲਈ ਕਹਿੰਦੇ ਜੇ ਛੱਡਦਾ ਕਿਤੇ ਗੁਰੂ ਰੁੱਸ ਨਾ ਜਾਏ ਕੰਮ ਨਾ ਵਿਗੜ ਜਾਏ। ਗੁਰੂ ਨੂੰ ਮੰਨਣਾ ਹੈ ਆਪਣਾ ਨਿਤਨੇਮ ਬਣਾ ਲਓ ਸਿਮਰਨ ਬਣਾ ਲਓ ਆਪਣੀ ਜ਼ਿੰਦਗੀ ਬਣਾ ਲਓ ਗੁਰੂ ਨੂੰ ਮੰਨਣਾ ਆਪਣੀ ਜ਼ਿੰਦਗੀ ਬਣਾ ਲਵੋ ਜ਼ਿੰਦਗੀ ਬਣਾ ਲਓ ਆਪਣਾ ਜੀਵਨ ਬਣਾ ਲਓ ਤੁਹਾਡੇ ਜੀਵਨ ਚੋਂ ਖੁਸ਼ਬੂ ਆਵੇ। ਕਿਸੇ ਵੀ ਭੈਣ ਭਰਾ 'ਚ ਜਾ ਕੇ ਬੈਠੋ ਤੁਹਾਡੇ ਮੁੱਖੋਂ ਫੁੱਲ ਕਿਰਦੇ ਹੋਣ ਭਜਨ ਸਿਮਰਨ ਬੰਦਗੀ ਦੇ ਘਰ ਪਰਿਵਾਰ 'ਚ ਬੈਠੋ ਖੁਸ਼ਬੂ ਆਵੇ ਤੁਹਾਡੇ ਵਿੱਚੋਂ ਨਾਮ ਦੀ ਰੰਗ ਲਓ ਸਾਈਂ ਦੇ ਰੰਗ ਵਿੱਚ ਆਪਣੇ ਆਪ ਨੂੰ। ਕਹਿੰਦੇ ਧੰਨਿਆ ਦਾ ਭਾਂਡਾ ਨਹੀਂ ਸ਼ੁੱਧ ਗੰਦਾ ਹੈ ਮੈਂ ਕਿਵੇਂ ਦਰਸ਼ਨ ਦਿਆਂ। ਮਹਾਰਾਜ ਜਿਵੇਂ ਜਾਣ ਦਿਓ ਕਿਰਪਾ ਕਰੋ ਮੇਰੀ ਜ਼ਰੂਰ ਮੰਨੋ ਮੇਰੇ ਜੇ ਉਹਦਾ ਭਾਂਡਾ ਗੰਦਾ ਏ ਉਹਨੂੰ ਨਹੀਂ ਦਰਸ਼ਨ ਦੇਣੇ ਤੇ ਮੇਰੀ ਬੇਨਤੀ ਦਾ ਕੀ ਬਣਿਆ ਤੂੰ ਭਗਤਾਂ ਦੀ ਮੰਨਦਾ ਏ ਆਖੋ ਸੀ। ਜੇ ਉਹ ਇਸ ਤਰ੍ਹਾਂ ਦਾ ਮਹਾਰਾਜ ਮੇਰੀ ਵੀ ਬੇਨਤੀ ਮੰਨੋ ਨਾ ਜ਼ਰੂਰ ਦਰਸ਼ਨ ਦਿਓ। ਕਹਿੰਦੇ ਪ੍ਰਭੂ ਨੇ ਫਿਰ ਤ੍ਰਿਲੋਚਨ ਨੂੰ ਵੀ ਦਰਸ਼ਨ ਦਿੱਤੇ ਆਖੋ ਸੀ। ਖੂਹ ਤੇ ਜਾ ਕੇ ਰੱਬ ਮਿਲ ਗਿਆ ਭਗਤ ਦੇ ਕੋਲ ਖੂਹ ਤੇ ਪਰ ਠਾਕਰ ਦੁਆਰੇ ਦੀਆਂ ਚੂਰੀਆਂ ਠਾਕਰ ਦੁਆਰੇ ਦੇ ਫੁੱਲ ਚੜਾਏ ਠਾਕਰ ਦੁਆਰੇ ਦੀਆਂ ਧੁੱਫਾਂ ਦਿਖਾਈਆਂ ਉਹਨਾਂ ਦੀ ਕੀਮਤ ਨਾ ਪਈ ਆਖੋ। ਇੱਕ ਭਗਤ ਦੇ ਬੋਲ ਦੀ ਕੀਮਤ ਪੈ ਗਈ ਕਿ ਸੁਭਾਵਕ ਹੀ ਇੱਕ ਚੰਗਾ ਕਰਮ ਹੋ ਗਿਆ ਹੱਥੋਂ ਜਿਹੜਾ ਵਿਧ ਬਣ ਗਈ ਧੰਨੇ ਨੂੰ ਜੁੜਨ ਦੀ ਇਹ ਵੀ ਤਾਰ ਦਿੰਦੀ। ਤੁਹਾਡੇ ਤੋਂ ਵਿਧ ਬਣ ਜੇ ਕਿਸੇ ਨੂੰ ਗੁਰੂ ਵਾਲੇ ਪਾਸੇ ਲੱਗਣ ਦੀ
ਤੇ ਉਹ ਤੁਹਾਨੂੰ ਫਲ ਜ਼ਰੂਰ ਮਿਲੇਗਾ ਜਿਵੇਂ ਧੰਨੇ ਤੋਂ ਤਰਲੋਚਨ ਨੂੰ ਮਿਲਿਆ। ਹਰ ਇੱਕ ਨੂੰ ਗੁਰੂ ਦੇ ਨਾਲ ਜੋੜੀ ਜਾਓ। ਜੇ ਕੋਈ ਵਿਧ ਬਣ ਗਈ ਤੁਹਾਡੇ ਤੋਂ ਕਿਸੇ ਦੇ ਟੁੱਟਣ ਦੀ ਤੇ ਸਜ਼ਾ ਵੀ ਜ਼ਰੂਰ ਮਿਲੇਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲਿਖਤ। ਜਿਸ ਸਮੇਂ ਅਯੁੱਧਿਆ ਨਿਵਾਸੀ ਰਾਮ ਜੀ ਅਯੁੱਧਿਆ ਛੱਡ ਕੇ ਚਲੇ ਗਏ ਸੀ, ਉਸ ਸਮੇਂ ਅਯੁੱਧਿਆ ਨਿਵਾਸੀਆਂ ਦੀ ਪੁਕਾਰ ਇਹ ਸ਼ਬਦ ਹੈ, ਜਿਨ ਦਿਲ ਹਰਾ ਹਮਾਰਾ। ਜਿਸ ਰਾਮ ਨੇ ਸੋਹਣੀ ਮੂਰਤ ਨੇ ਸਾਡੇ ਦਿਲ ਨੂੰ ਜਿੱਤ ਲਿਆ, ਉਹ ਕਿੱਥੇ ਆ? ਉਸ ਸਮੇਂ ਅਯੁੱਧਿਆ ਨਿਵਾਸੀਆਂ ਦਾ ਵਿਰਲਾਪ ਹੈ ਇਸ ਸ਼ਬਦ ਦੇ ਵਿੱਚ। ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ। ਬਹੁਤ ਮਹਿੰਗੇ ਮਹਿੰਗੇ ਕੋਈ ਬੜਾ ਆਲਮ ਫਾਜ਼ਲ ਐਡੀ ਐਡੀ ਇਸ ਤਰ੍ਹਾਂ ਦੀ ਗਜ਼ਲ ਨਹੀਂ ਕੋਈ ਲਿਖ ਸਕਦਾ। ਐਡੇ ਕੀਮਤੀ ਕੀਮਤੀ ਵਿੱਚ ਬੋਲ ਪਾਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਉਂਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਸਾਰੀ ਵਿੱਦਿਆ ਦੇ ਜਾਣੂ ਸੀ। ਸਾਰੀਆਂ ਵਿੱਦਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾਪ ਨੇ ਪੜ੍ਹਾਈਆਂ ਸੀ। ਗੁਰੂ ਤੇਗ ਬਹਾਦਰ ਸਾਹਿਬ ਬਹੁਤ ਹੁਸ਼ਿਆਰ ਨਿਪੁੰਨ ਸੀ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਜ਼ਿਕਰ ਵਿੱਚ ਆਪ ਲਿਖਦੇ ਆ ਕਿ ਦੀਨੀ ਭਾਂਤ ਭਾਂਤ ਕੀ ਸ਼ਿਕਸ਼ਾ। ਮੇਰੇ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਰੀਆਂ ਭਾਸ਼ਾ ਪੜ੍ਹਾਈਆਂ ਹੋਈਆਂ ਸੀ। ਅਤੇ ਇਹ ਬਹੁਤ ਹੀ ਪਿਆਰੇ ਬਚਨ, ਬੜੇ ਮਹਿੰਗੇ। ਕੋਈ ਕਵੀ ਕੋਈ ਬੜਾ ਤਗੜਾ ਲਿਖਾਰੀ ਵੀ ਸੋਚੇਗਾ ਅਤੇ ਇੱਕ ਵਾਰੀ ਫਿੱਕਾ ਪੈ ਜਾਏਗਾ ਵੀ ਐਡੇ ਗੁਰੂ ਗੋਬਿੰਦ ਸਿੰਘ ਮਹਾਰਾਜ। ਕੋ ਬਤਾਏ ਦੇ ਰੇ, ਕੋ ਬਤਾਏ ਦੇ ਰੇ, ਚਾਹੋ ਸਵਾਲ ਲੈ ਰੇ, ਜਿਨ ਦਿਲ ਹਰਾ ਹਮਾਰਾ, ਵਹਿ ਮਨ ਹਰ ਨ
किसान किए। जन्म दान लिए कंजन किसान किए, जिन दिल भरा हमारा, जिन दिल भरा हमारा, वह महबद कहाँ है, वह बदन कहा क्या है कि गुल चेर फुला वर्गा चेहरा कि मना हरन वाला बह मन हरन कहा है। ये भगवान की याद प्यार विरलाप है अयोध्या निवासियों का, जो रामचरित्र धन गुरु गोबिंद सिंह जी ने रामावतार दसम ग्रंथ साहब लिखा है। अपनी विचार चल रही थी कि एक महात्मा महापुरश रब की रंगी रूह कि खेतां च भी बैठी होवे ते रब उत्थे होएगा। हो सकदा वड्डे वड्डे तों वड्डे तों वड्डे तीर्थ ते ना होवे, उंदी बुक्कल विच साई वसदा है, बुक्कल विच साई वसदा है जिहड़ा साई नूं हर वेले जपदा है। ये महापुरशां ने बड़े सोहने बोल कहे हुए ने, सवेरे उठ के इशनान करके साधु चादरां दी भूरियां दी गुरसिख बुक्कल मार के बह जांदे आ, रब रब करदे आ, उन्हां दी बुक्कल विच रब हुंदा है। आखो सी किसे तीर्थ ते नहीं बैठे, इशनान पानी सोध के बड़े अमृत वेले उठ के ते बुक्कल मार के बह गए, भूरे दी बुक्कल मार के चादर दी बुक्कल मार के रब नाल छुड़ के उंदा नाम लेना ही ता ओह है प्रभु, उंदा नाम लेना ही ता वो आप है, उंदा नाम ही ता वो आप है। इस करके साईं दे नाम च जुड़ जाया करो, दिखावियां तो बचो, आपदे दिखाव्या की लिस्ट बनाओ, जो जो तुसी कीता ना दिखाव्या च उंदी लिस्ट बनाओ ते उंदा वेख्यो कि मिलिया की, ते जेड़ा गुप्त रूप च करोगे नाम जपोगे पुन दान करोगे उंदा वेख लियो की मिलिया, उसका फल की मिलिया। लिस्ट बनाओ अपनी जिंदगी, पर अमृत वेला ना बाणी दा सिमरन जप तप ये ना जो छड़ो, सतगुरु कृपा करनगे जिन्नी देर लाइव प्रोग्राम चलते हैं सतगुरु पातशाह मेहरा करके सेवा लेंगे, रात को जरूर भावे घंटा दो घंटे किसी समय जुड़ के जरूर विच बैठिया करो, ते आप तुहाडे दिल दियां गल्लां दा जवाब तुहानूं उत्थों मिले। ये साड़ी संगत नहीं, साड़ा धंधा नहीं, साड़ा काम नहीं, साड़े प्रभु का नाम है। अपने नाम की उन्होंने आप लाज है, अपने नाम की आप लाज है, ते हर कार्य सतगुरु अपनी संगत विच वरतदे आ।
ਨਾਰਦ ਮੁਨੀ ਨੇ ਜਿਸ ਮੌਕੇ ਕਿਹਾ ਭਗਵਾਨ ਮੈਂ ਤਾਂ ਕੋਈ ਜਗ੍ਹਾ ਨਹੀਂ ਛੱਡੀ ਤੁਹਾਨੂੰ ਢੂੰਡਿਆ ਤੁਸੀਂ ਇੱਥੇ, ਮੈਂ ਤਾਂ ਕਈ ਚਿਰਾਂ ਤੋਂ ਤੁਹਾਨੂੰ ਢੂੰਡਦਾ ਫਿਰਦਾ। ਫਿਰ ਉਸ ਸਮੇਂ ਜੋ ਬਚਨ ਕਹਿਣਾ ਪ੍ਰਭੂ ਨੇ ਉਹ ਭਾਈ ਗੁਰਦਾਸ ਜੀ ਦੀ ਲਿਖਤੇ, ਨਿੱਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ ਆਖੋ ਸੀ। ਨਿੱਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ, ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਹਰਿਮੰਦਰ ਸਾਹਿਬ ਦਾ ਕੀਰਤਨ ਹੋ ਰਿਹਾ ਹੋਵੇ, ਸੰਗਤ ਜੁੜੀ ਹੋਵੇ, ਟੀਵੀ ਚੈਨਲ 'ਤੇ ਦਰਸ਼ਨ ਕਰ ਲਓ ਰੱਬ ਦੇ ਦਰਸ਼ਨ, ਰਾਤ ਦੇ ਲਾਈਵ ਪ੍ਰੋਗਰਾਮ ਚੱਲਦੇ ਆ, ਸੰਗਤ ਬੈਠੀ ਸਿਮਰਨ ਭਜਨ ਨਾਲ ਜੁੜੀਏ, ਇਹ ਉਹਦੇ ਦਰਸ਼ਨ ਨੇ। ਆ ਸੰਗਤ ਜੁੜੀ ਹੈ ਇੱਥੇ, ਇਹ ਕਿਹਦੇ ਦਰਸ਼ਨ ਨੇ? ਇਹ ਪ੍ਰਭੂ ਦੇ ਆ। ਪਰ ਸਾਡੇ ਗੁਰਦੁਆਰਿਆਂ ਦੀ ਰੂਪ ਰੇਖਾ ਬਦਲ ਗਈ ਹੈ। ਇਕੱਠ ਹੁੰਦਾ ਲੰਗਰ ਵੇਲੇ ਤੇ ਸਵਾਦ ਸਾਨੂੰ ਹੁੰਦਾ ਤਰਜਾਂ ਦਾ। ਰਾਗੀ ਨੇ ਜਿਹਨੇ ਬਹੁਤ ਗਿਆ ਤਰਜਾਂ ਪੜੀਆਂ, ਬੜਾ ਵਧੀਆ ਰਾਗੀ। ਬਾਣੀ ਸ਼ਬਦ ਦਾ ਰਸ ਸਾਡੇ ਕੋਲ ਨਹੀਂ, ਨਾ ਸ਼ਬਦ ਦਾ ਅਰਥ, ਨਾ ਸ਼ਬਦ ਦਾ ਅਰਥ ਕਥਾ ਉਸ ਦਾ ਸਾਨੂੰ ਰਸ ਜ਼ਿਆਦਾ ਜਿਹਨੂੰ ਮੇਰੇ ਵਾਂਗੂ ਬਾਹਦੀਆਂ ਗੱਲਾਂ ਕਰਨੀਆਂ ਆਉਂਦੀਆਂ ਹੋਣ। ਮਿਹਨਤਾਂ ਥੋੜ੍ਹੀਆਂ ਆਉਂਦੀਆਂ ਜੀ, ਹੌਲੀ ਹੌਲੀ ਸਿੱਖ ਲਾਂਗੇ, ਇੱਥੇ ਮਿਹਨਤ ਹੋ ਜਾਏਗੀ, ਗੱਲਾਂ ਕਰਨੀਆਂ ਸਿੱਖ ਲਵਾਂਗੇ। ਸਾਨੂੰ ਕਥਾ ਉਹਦੀ ਦਾ ਰਸ ਹੁੰਦਾ ਜਿਹੜੀਆਂ ਬਹੁਤੀਆਂ ਗੱਲਾਂ ਗੱਪਾਂ ਛੱਪਾਂ ਮਾਰ ਲੈਂਦਾ ਉਹਦੀ ਕਥਾ ਦਾ ਰਸ ਹੈ, ਜਿਹੜਾ ਬਹੁਤੀਆਂ ਤਰਜਾ ਪੜਦਾ ਉਹਦੇ ਕੀਰਤਨ ਦਾ ਰਸ। ਰਸ ਬਾਣੀ ਦਾ ਗੁਰੂ ਦੇ ਚਰਨਾਂ ਦਾ ਲੈਣਾ, ਧਿਆਨ ਗੁਰੂ ਦਾ ਰੱਖਣਾ ਹੈ। ਗੁਰ ਕੀ ਮੂਰਤ ਮਨ ਮੇ ਧਿਆਨ, ਗੁਰ ਕਾ ਸ਼ਬਦ ਮੰਤਰ ਕਰਕੇ ਮੰਨਣਾ। ਜਦੋਂ ਵੀ ਸੰਗਤ 'ਚ ਜੁੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚਿੱਤ ਵਿੱਚ ਰੱਖਣਾ, ਇਹ ਸਮਝਿਓ ਕਿ ਸਾਡੇ ਸਤਿਗੁਰੂ ਸਾਡੇ ਵਿੱਚ ਬੈਠੇ ਆ। ਕੋਈ ਵੀ ਨਹੀਂ ਹੋ ਰਿਹਾ, ਕੀਰਤਨ ਨਹੀਂ ਹੋ ਰਿਹਾ, ਪਾਠ ਨਹੀਂ ਹੋ ਰਿਹਾ, ਵੈਸੇ ਵੀ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਬਹਿ ਜਾਈਏ, ਬਹੁਤ ਕੁਝ ਮਿਲਦਾ। ਸਿਮਰਨ ਕਰੀ ਜਾਈਏ, ਕੀਰਤਨ ਵਿੱਚ ਬਹਿ ਜਾਈਏ, ਸਾਧ ਸੰਗਤ ਨਾਲ ਬਹਿ ਜਾਈਏ। ਸਾਨੂੰ ਸਤਿਗੁਰ ਬਹੁਤ ਵੱਡੀ ਸ਼ਕਤੀ ਦੇ ਗਏ ਆ, ਸਾਨੂੰ ਕਿਧਰੇ ਜਾਣ ਦੀ ਲੋੜ ਨਹੀਂ, ਸਿਰਫ ਸਾਨੂੰ ਜਾਣਨ ਦੀ ਲੋੜ ਹੈ, ਜਾਣ ਦੀ ਲੋੜ ਨਹੀਂ। ਸਾਨੂੰ ਜਾਣ ਦੀ ਕਿਤੇ ਨਹੀਂ ਲੋੜ, ਜਾਣਨ ਦੀ ਲੋੜ ਹੈ। ਜਾਣ ਲਵੋ ਤੇ ਘਰ ਵਿੱਚ ਹੀ ਠਾਕ ਲੈ, ਜਾ ਕੇ ਗੇੜੇ ਕੱਢ ਲਓ ਤੇ ਕਿਤੇ ਵੀ ਠਾਕ ਨਹੀਂ ਹੈਗਾ। ਜਾਣਨ ਦੀ ਲੋੜ ਹੈ, ਗੁਰੂ ਨੂੰ ਜਾਣ ਲਵੋ, ਪਛਾਣ ਲਵੋ। ਸਤਿਗੁਰੂ ਬੈਠੇ ਆ, ਵੱਡੇ ਤੋਂ ਵੱਡਾ ਕੋਈ ਮਹਾਤਮਾ, ਵੱਡੇ ਤੋਂ ਵੱਡਾ ਕੋਈ ਦੁਖੀ, ਜਿਹਨੂੰ ਸ਼ਾਂਤੀ ਨਾ ਆਈ ਹੋਵੇ, ਅਸੀਂ ਗਰੰਟੀ ਨਾਲ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਕੋਲ ਆਓ, ਸ਼ਾਂਤੀ ਲੈ ਕੇ ਦੇ ਕੇ ਤੋਰਾਂਗੇ। ਆਖੋ ਸ੍ਰੀ ਬਾਬਾ ਜੀ ਵੇਲੇ ਇੱਕ ਜੰਮੂ ਦੇ ਰਾਜੇ ਨੇ ਅਖਬਾਰ 'ਚ ਕੱਢੀ ਕਿ ਕੋਈ ਸਾਧੂ ਸੰਤੀ ਨਹੀਂ, ਕੋਈ ਰੱਬ ਦੇ ਨਾਂ ਦੀ ਚੀਜ਼ ਨਹੀਂ, ਮੈਨੂੰ ਪੁੱਤਰ ਚਾਹੀਦਾ ਸੀ, ਮੈਂ ਹਰ ਯਤਨ ਕਰਕੇ ਵੇਖ ਲਿਆ, ਮੈਨੂੰ ਪੁੱਤਰ ਨਹੀਂ ਮਿਲਿਆ, ਕੋਈ ਚੀਜ਼ ਨਹੀਂ ਰੱਬ ਦੇ ਨਾਂ ਦੀ, ਕੋਈ ਸਾਧੂ ਨਹੀਂ, ਕੋਈ ਸੰਤ ਨਹੀਂ, ਸਭ ਪਖੰਡ। ਬਾਬਾ ਜੀ ਨੇ ਚਿੱਠੀ ਲਿਖ ਕੇ ਪੁਆਈ ਸੰਤ ਮਲੁਕੇ ਵਾਲਿਆਂ ਨੂੰ ਕਹਿ ਕੇ ਕਿ ਰਾਜੇ ਨੂੰ ਕਹੋ ਸਾਲ ਰੱਖਾਂਗੇ, ਪੁੱਤ ਦੇ ਕੇ ਤੋਰਾਂਗੇ। ਸਾਨੂੰ ਕਿਸੇ ਮਾਲਕ ਦੇ ਖਸਮ ਤੇ ਭਰੋਸਾ ਹੈ, ਇੱਥੇ ਪੁੱਤ ਝੋਲੀ 'ਚ ਖੇਡਦਾ ਹੋਏਗਾ ਤੇ ਫਿਰ ਸਾਲ ਬਾਅਦ ਤੋਰਾਂਗੇ, ਸਾਲ ਰੱਖਾਂਗੇ ਇੱਥੇ। ਕਹਿੰਦੇ ਲਿਖਦੇ ਚਿੱਠੀ ਪੁੱਤ ਦੇ ਕੇ ਤੋਰਾਂਗੇ। ਇੱਕ ਬੀਬੀ ਸੀ, ਉਹਦੇ ਘਰ ਪੁੱਤਰ ਨਹੀਂ ਹੁੰਦਾ ਸੀ, ਉਹ ਬਾਬਾ ਜੀ ਦੀ ਸੇਵਾ 'ਚ ਆ ਗਈ, ਪਰ ਹੈ ਬੜੀ ਕਪਟਾਲੀ ਸੀ, ਸੇਵਕਾਂ ਨਾਲ ਲੜਦੀ ਰਹਿੰਦੀ ਸੀ। ਤੇ ਸੇਵਾਦਾਰ ਕਹਿੰਦੇ ਤਾਈਓ ਮਾਈਓ ਮਾਈ ਲੈ ਲਿਆ ਨਾ ਬਾਬਿਆਂ ਤੋਂ ਪੁੱਤ, ਕਿੰਨੇ ਸਾਲ ਹੋ ਗਏ ਤੈਨੂੰ ਧੱਕੇ ਖਾਂਦਿਆਂ ਨੂੰ, ਝੋਲੀਆਂ ਭਰ ਭਰ ਤੁਰੀ ਜਾਂਦੇ, ਤੈਨੂੰ ਕਿੰਨੇ ਸਾਲ ਹੋ ਗਿਆ, ਤੂੰ ਲੈ ਲਿਆ ਬਾਬਿਆਂ ਤੋਂ ਪੁੱਤ, ਆਪਣਾ ਸੁਭਾਅ ਨਹੀਂ ਛੱਡਿਆ, ਤੂੰ ਹਰ ਨਾਲ ਲੜਦੀ, ਹਰ ਨੂੰ ਅੱਗੋਂ ਬੋਲਦੀ। ਉਹ ਜਾ ਕੇ ਬਾਬੇ ਨੂੰ ਕਹਿੰਦੀ ਮੈਨੂੰ ਬੜਾ ਤਾਨਾ ਮਾਰਿਆ ਸੇਵਾਦਾਰਾਂ ਨੇ, ਤੇ ਹੁਣ ਤਾਂ ਮੈਂ ਉੱਠਣਾ ਹੀ, ਤਾਂ ਮੇਰੇ 'ਤੇ ਕਿਰਪਾ ਕਰੋ। ਬਾਬੇ ਕਹਿੰਦੇ ਕੋਈ ਨਹੀਂ ਬੀਬੀ, ਹੋ ਜਾਏਗੀ ਕਿਰਪਾ। ਜਦੋਂ ਕਿਰਪਾ ਹੋ ਗਈ ਨਾ,
ਪੰਜ ਛੇ ਮਹੀਨਿਆਂ ਬਾਅਦ ਕਹਿਣ ਲੱਗੀ ਤੁਸੀਂ ਲਾ ਲਿਆ ਨਾ ਜ਼ੋਰ, ਬਾਬਿਆਂ ਨੇ ਮੈਨੂੰ ਦੇ ਤਾ ਪੁੱਤ, ਅਸੀਂ ਜੰਮਿਆ ਨਹੀਂ ਸੀ। ਸੇਵਾਦਾਰ ਕਹਿੰਦੇ ਜੰਮਣ ਅਸੀਂ ਵੀ ਨਹੀਂ ਦੇਣਾ, ਆਖੋ ਸੀ ਕਹਿੰਦੇ ਮਾਈ ਬਾਬਿਆਂ ਨੇ ਪੁੱਤ ਤਾਂ ਦੇ ਤਾ, ਤੈਨੂੰ ਹੋ ਗਿਆ, ਮੇਰੇ ਗਰਭ ਵਿੱਚ ਆ ਗਿਆ। ਕਹਿੰਦੇ ਜੰਮਣ ਅਸੀਂ ਵੀ ਨਹੀਂ ਦੇਣਾ, ਮਾਰ ਕੇ ਕਹਿੰਦੇ ਕੱਢਾਂਗੇ ਬਾਹਰ। ਸੇਵਾਦਾਰ ਵੀ ਬੜੇ ਡਾਢੇ ਸੀ। ਮਹਾਂਪੁਰਸ਼ ਛੱਡ ਕੇ ਕੋਈ ਨੀ, ਬੀਬੀ ਕਿਰਪਾ ਹੋ ਜਾਏਗੀ ਦਤਾਰ ਕੌਰ ਸੀ। ਤੇ ਜਦੋਂ ਗਰਭ ਵਿੱਚ ਬੱਚਾ ਆਇਆ, ਹੋ ਗਿਆ ਵੀ ਮੈਨੂੰ ਮਹਾਂਪੁਰਖਾਂ ਕਿਰਪਾ ਕਰਦੀ। ਕਹਿੰਦੀ ਤੁਸੀਂ ਲਾ ਲਿਆ ਅੱਡੀਆਂ ਜਾ ਕੇ ਜ਼ੋਰ, ਮੇਰੇ ਤੇ ਹੋ ਗਈ ਕਿਰਪਾ। ਕਹਿੰਦੇ ਮਾਈ ਹੁਣ ਫਿਰ ਜੰਮਣ ਨਹੀਂ ਦਿੰਦੇ, ਅਸੀਂ ਵੀ ਮਰਿਆ ਹੀ ਜੰਮੇਗਾ, ਪੁੱਤ ਨਹੀਂ ਆਏਗਾ। ਫਿਰ ਐਵੇਂ ਹਾਲ ਹੋਇਆ। ਫਿਰ ਰੋਈ ਬਾਬਾ ਜੀ, ਕਹਿੰਦੇ ਸਾਡੇ ਸੇਵਕ ਡਾਢੇ ਆ, ਇਹਨਾਂ ਤੋਂ ਬਚ ਕੇ ਰਹੇ। ਨਿਮਰਤਾ ਇੱਥੋਂ ਦੀ ਸਿੱਖ ਸੇਵਾ ਕਰਨ ਦੀ ਜਾਚ ਗੁਰੂ ਘਰ ਦੀ, ਇੱਥੋਂ ਦਾਤਾਂ ਮਿਲਦੀਆਂ ਤਾਂ ਨੇ। ਜੇ ਭਿਖਾਰੀ ਬਣੀਏ, ਮੰਗਤੇ ਬਣੀਏ, ਭਿਖਾਰੀ ਬਣ ਕੇ ਮਿਲਦੀਆਂ ਨੇ। ਸਾਨੂੰ ਵੀ ਭਰੋਸਾ ਤਾਂ ਮਾਲਕ ਹੀ ਬਖਸ਼ੇ, ਪਰ ਸਾਹਿਬ ਸਮਰੱਥ ਹਰ ਦੁਖੀਆ ਹਰ ਮੁਸ਼ਕਿਲ ਵਾਲਾ। ਪੁੱਛੋ ਬਾਬਾ ਜੀ ਦੇ ਸਥਾਨ ਤੇ ਆਉਂਦੇ ਖੰਡ ਪਾਠ, ਸੰਪਣ ਪਾਠ, ਸਹਿਜ ਪਾਠ, ਤਾਰਿਆਂ ਦੀ ਛਾਵੇਂ ਪਾਠ ਹੁੰਦੇ ਆ। 7 ਦਿਨ ਉੱਥੇ ਸੁਣਨਾ ਹੁੰਦਾ, 6-7 ਘੰਟੇ। ਤੇ ਸਤਿਗੁਰੂ ਇਸ ਗੁਰਬਾਣੀ ਨਾਲ ਲੱਖਾਂ ਲੱਖਾਂ ਲੋਕਾਂ ਦੇ ਨਹੀਂ, ਇੱਥੇ ਸਾਡੇ ਪਵਿੱਤਰ ਸਥਾਨ ਹਜ਼ੂਰ ਸਾਹਿਬ ਹਰਿਮੰਦਰ ਸਾਹਿਬ ਲੋਕ ਜਿਹੜੇ ਭਾਵਨਾ ਨਾਲ ਜਾਂਦੇ ਆ, ਪਾਠ ਕਰਾਉਂਦੇ ਆ, ਸੇਵਾ ਕਰਦੇ ਆ। ਮਰਯਾਦਾ ਉੱਥੇ ਪੁੱਛੋ, ਬਾਬਾ ਜੀ ਦੀ ਬਹੁਤ ਸਖ਼ਤ ਰੱਖੀ ਹੋਈ ਹੈ ਕਿ ਪਾਠੀਆਂ ਨੇ ਜਿੰਨੇ ਦਿਨ ਪਾਠ ਗੇਟੋਂ ਬਾਹਰ ਨਹੀਂ ਨਿਕਲਣਾ, ਜਿਹਨੇ ਪਾਠ ਕਰਾਉਣਾ ਉਹਨੇ 3 ਦਿਨ ਉੱਥੇ ਸੇਵਾ ਕਰਨੀ ਹੈ, ਬਾਣੀ ਸੁਣਨੀ ਹੈ, ਤਾਂ ਪਾਠ ਹੁੰਦਾ ਹੁੰਦੇ ਉਹ ਤਾਂ ਐਵੇਂ ਸੌਦੇਬਾਜ਼ੀ ਨਹੀਂ। ਸੌਦੇਬਾਜ਼ੀ ਦਾ ਬੜਾ ਫਾਇਦਾ, 7-8 ਹਜ਼ਾਰ ਰੁਪਈਆ ਲੈ ਲਵੋ, 5,000 ਲੈ ਲਓ, 2,500 ਪਾਠੀਆਂ ਨੂੰ ਦੇ ਦਿਓ, 2,500 ਵੱਜ ਜਾਂਦਾ। ਸੌਦੇਬਾਜ਼ੀਆਂ ਬਹੁਤ ਵਧੀਆ ਨੇ ਗੁਰਦੁਆਰਿਆਂ 'ਚ, ਅਸੀਂ ਬੜੇ ਬੜੇ ਢੰਗਾਂ ਨਾਲ ਕੀਤੀਆਂ ਹੋਈਆਂ ਨੇ, ਲੰਗਰਾਂ ਦੇ ਵਿੱਚ, ਪਾਠਾਂ ਦੇ ਵਿੱਚ। ਇਸ ਪੱਖੋਂ ਤਾਂ ਅਸੀਂ ਬਹੁਤ ਤਗੜੇ ਹਾਂ, ਸੌਦੇਬਾਜ਼ੀ ਨੂੰ ਅਸੀਂ ਬਹੁਤ ਤਗੜੇ ਹਾਂ, ਪਰ ਸੌਦੇਬਾਜ਼ੀਆਂ ਨਹੀਂ। ਜਿਹੜਾ ਪਾਠ ਕਰਾਵੇ ਉਹਦਾ ਕੰਮ ਹੋਵੇ, ਨਹੀਂ ਹੋਇਆ ਤਾਂ ਕਿਉਂ ਨਹੀਂ ਹੋਇਆ। ਪਾਠੀ ਗਲਤ ਸੀ ਜਾਂ ਬਾਬਾ ਗਲਤ ਹੈ ਜਾਂ ਪ੍ਰਕਰਾਉਣ ਵਾਲਾ ਗਲਤ ਹੈ, ਤਿੰਨਾਂ 'ਚ ਦੱਸੋ ਕਿਹੜਾ ਗਲਤ ਹੈ। ਜਾਂ ਜਿੰਨਾ ਪਾਠ ਕਰਾਇਆ ਉਹ ਗਲਤ ਨੇ, ਜਾਂ ਜਿੰਨਾ ਕੀਤਾ ਉਹ ਗਲਤ ਹੈ, ਜਾਂ ਜਿੰਦਾ ਪਾਠ ਪੜਿਆ ਇਹ ਗਲਤ ਹੈ, ਤਿੰਨਾਂ 'ਚੋਂ ਇੱਕ ਤਾਂ ਗਲਤ ਹੈਗਾ ਨਾ। ਜੇ ਕੰਮ ਨਹੀਂ ਹੋਇਆ ਅਖੰਡ ਪਾਠ 'ਤੇ, ਤਿੰਨਾਂ 'ਚੋਂ ਕੋਈ ਨਾ ਕੋਈ ਗਲਤ ਤਾਂ ਹੈਗਾ। ਬਾਬਾ ਦਾ ਗਲਤ ਹੋ ਨਹੀਂ ਸਕਦਾ, ਰਹਿ ਗਿਆ ਦੋਵਾਂ ਦਾ ਮਸਲਾ, ਪਰਿਵਾਰ ਦਾ ਅਤੇ ਪਾਠੀਆਂ ਦਾ। ਇਹਨਾਂ ਦੋਨਾਂ 'ਚ ਕੋਈ ਗਲਤ ਜ਼ਰੂਰ ਹੈਗਾ। ਜੇ ਪਾਠ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਾਲ ਕੰਮ ਨਹੀਂ ਹੋਇਆ, ਦੋਨਾਂ 'ਚ ਕੋਈ ਗਲਤ ਜ਼ਰੂਰ ਹੈਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋਵੇ, ਕੋੜੀਆਂ ਦੇ ਕੋੜ ਹਟ ਜਾਣ, ਦੁਖੀਆਂ ਦੇ ਦੁੱਖ ਨਾ ਰਹਿਣ, ਭਾਵਨਾ ਵਾਲੇ ਦੀ ਇੱਛਾ ਪੂਰੀ ਹੋ ਜਾਏ। ਪਾਠ ਦਾ ਭੋਗ ਬਾਅਦ 'ਚ ਪਵੇ, ਪਹਿਲੋਂ ਗੁਰੂ ਨੇ ਕੰਮ ਕੀਤਾ ਹੋਵੇ। ਇਹ ਪਾਠ ਹੈ, ਸੌਦੇਬਾਜ਼ੀ ਹੈ ਥੋੜ੍ਹਾ। ਦੇ ਦਿਓ ਪਰਚੀ ਕੱਟ ਕੇ ਜੀ, ਹੋ ਗਈ ਅਰਦਾਸ, ਮੈਂ ਪਾਠ ਕਰਾਇਆ ਬਸ। ਅਤੇ ਸਾਨੂੰ ਹੈਗਾ ਵੀ ਚਲੋ 2-4 ਹਜ਼ਾਰ ਪਾਠੀਆਂ ਨੇ ਵੀ ਤੁਹਾਡੇ ਕੋਲ ਗਾਉਣੇ ਆ, ਉਹਨਾਂ ਦੀ ਰੋਜੀ ਰੋਟੀ ਬਣ ਗਈ। ਪ੍ਰਬੰਧਕਾਂ ਨੇ ਵੀ ਗਾਉਣੇ ਆ, ਉਹਨਾਂ ਨੂੰ 4 ਪੈਸੇ ਉਹਨਾਂ ਨੂੰ ਵੀ ਬਚ ਗਏ। ਸੌਦੇਬਾਜ਼ੀਆਂ ਨਹੀਂ, ਪਾਠ ਕਰਨਾ ਪੂਰੀ ਮਰਯਾਦਾ ਨਾਲ, ਸੁਚਮ ਨਾਲ, ਰਹਿਤ ਨਾਲ। ਪਾਠੀ ਜੀਵਨ ਵਾਲੇ ਹੋਣ, ਬਾਣੀ ਪੜ੍ਹਨ ਵਾਲੇ ਹੋਣ, ਰਹਿਤ ਮਰਯਾਦਾ ਹੈ ਥੋੜ੍ਹਾ। ਕਰੀਏ ਉੱਧਰ ਗੇੜਾ ਕੱਢ ਕੇ, ਕਰੀਏ ਉੱਧਰ, ਕਰੀ ਪਾਠ 'ਤੇ ਬਹਿ ਕੇ ਕੰਮ ਵੀ ਸਾਰੇ ਦੁਨੀਆਂ ਦੇ ਕਰ ਲੈਣੇ, ਰੌਲ ਵੀ ਆਣ ਕੇ ਲਾ ਲੈਣੀ। ਬੇਮਰਯਾਦਾ ਪਾਠ ਨੇ। ਪਾਠੀ ਸਿੰਘ ਨੂੰ ਕੋਈ ਭੁੱਖ ਰਹੇ ਨਾ, ਰੱਜ ਕੇ ਸੇਵਾ ਕਰੋ, ਉਹਨੂੰ ਕੋਈ ਕਮੀ ਰਵੇ ਨਾ, ਮਰਯਾਦਾ ਪੂਰੀ ਕਰਾਓ। ਬਾਬਾ ਖੇਮ ਸਿੰਘ ਜੀ ਨੇ ਸ਼ੁਰੂ ਕੀਤਾ ਹੈ, ਡੰਡਾ ਹੈ ਪੂਰਾ ਪਾਠੀਆਂ ਦਾ, ਮਰਯਾਦਾ ਪੂਰੀ ਲੈਣੀ ਹੈ। ਜੇ ਕੋਈ ਕਮੀ ਕਰੇਗਾ ਤਾਂ ਫਿਰ ਡੰਡਾ ਤਾਂ ਹੈਗਾ ਹੀ। ਕਹਿੰਦੇ ਨੇ ਵੇਦ ਸ਼ਾਸਤਰ ਸਭ ਕੋਈ ਦਰਗਾਹੋਂ ਆਇਆ ਅਤੇ ਦੂਜਾ ਆਇਆ ਡੰਡਾ ਨਾਲ।
ਜਿੱਥੇ ਕੋਈ ਉਹ ਕੰਮ ਨਾ ਕਰੇ ਉਹ ਡੰਡਾ ਕਰ ਜਾਂਦਾ ਕਰਦਾ। ਇਸ ਕਰਕੇ ਵੇਦਾਂ ਸ਼ਾਸਤਰਾਂ ਨੂੰ ਦੇ ਨਾਲ ਜਿਹੜਾ ਕੋਈ ਨਾਣਾ ਸਮਝੇ ਉਹਨੂੰ ਡੰਡਾ ਸਮਝਾ ਦਿੰਦਾ। ਸਾਡੇ ਤੇ ਵੀ ਗੁਰੂ ਦਾ ਡੰਡਾ ਹੋਏਗਾ ਤੇ ਜ਼ਰੂਰ ਨਿਕਲੇਗਾ ਸਾਡਾ ਕੰਡਾ। ਜੇ ਸਾਹਿਬ ਦੇ ਡੰਡੇ ਦਾ ਡਰ ਨਹੀਂ ਤੇ ਕੰਡਾ ਅੰਦਰ ਹੀ ਰਹਿਣਾ ਹੈ। ਸਾਖਤ ਹਰ ਸਾਧਨਾ ਜਾਣਿਆ ਤੇ ਨਿਰੰਤਰ ਹਉਮੈ ਕੰਡਾ ਹੈ। ਇਹ ਮਾਲਕ ਦਾ ਡੰਡਾ ਹੀ ਕੰਡਾ ਕੱਢਦਾ ਤੇ ਆਪਣੇ ਸੱਚੇ ਮਨ ਸੱਚੇ ਹਿਰਦੇ ਨਾਲ ਗੁਰਦੁਆਰੇ ਚ ਗੁਰੂ ਨੂੰ ਧਿਆਓ। ਗੁਰੂ ਨੂੰ ਯਾਦ ਕਰਨ ਵਾਸਤੇ ਗੁਰਦੁਆਰੇ ਜਾਓ, ਬਣ ਕੇ ਨਾ ਕੁਝ ਜਾਇਓ, ਮਿਟ ਕੇ ਜਾਇਓ ਗੁਰੂ ਸਾਹਿਬ ਦੇ ਚਰਨਾਂ ਚ। ਕੋਈ ਲੈਣ ਵਾਸਤੇ ਭਿਖਾਰੀ ਬਣ ਕੇ ਜਾਇਓ, ਦਾਤੇ ਬਣ ਕੇ ਨਾ ਜਾਇਓ, ਦਾਨੀ ਬਣ ਕੇ ਦੇਣ ਵਾਸਤੇ। ਦੇਣ ਲੱਗਿਆਂ ਵੀ ਭਿਖਾਰੀ ਬਣ ਕੇ ਤੇਰਾ ਤੁਝ ਕੋ ਸੌਂਪਦੇ, ਕਿਆ ਲਾਗੇ ਮੇਰਾ। ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਹੈ, ਨਿਜ ਕਰ ਮੇਰੋ ਸਾਧ ਸੰਗਤ ਹੈ, ਨਾਰਦ ਮੁਨ ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਇਹ ਪ੍ਰਭੂ ਗੱਲ ਕਹਿ ਰਹੇ ਨੇ, ਇਹ ਪ੍ਰਭੂ ਕਹਿ ਰਹੇ ਨੇ ਕਿ ਅਸਲੀ ਘਰ ਮੇਰਾ ਨਾਰਦ ਮੁਨੀ ਸਾਧ ਸੰਗਤ ਹੈ, ਸਾਧ ਸੰਗਤ ਦੇ ਦਰਸ਼ਨ ਮੇਰੇ ਦਰਸ਼ਨ ਨਹੀਂ। ਸਾਧ ਸੰਗ ਮੇਰੋ ਮਾਤਾ ਪਿਤਾ ਔ ਕੁਟੁੰਬ ਸਖਾ। ਪ੍ਰਭੂ ਕਹਿੰਦੇ ਨੇ ਸਾਧ ਸੰਗ ਮੇਰਾ ਮਾਂ ਬਾਪ ਕੁਟੁੰਬ ਸਭ ਕੁਝ ਸਾਧ ਸੰਗ। ਸਾਧ ਸੰਗ ਮੇਰੋ ਸੁਤ ਸ੍ਰੇਸ਼ਟ ਅਨੂਪ, ਸਾਧ ਸੰਗ ਮੇਰੇ ਬਹੁਤ ਜਿਹੜੇ ਸਿਰੇ ਦੇ ਪੁੱਤਰ, ਜਿਵੇਂ ਕਾਲੂ ਦਾ ਪੁੱਤਰ ਨਾਨਕ, ਦਸ਼ਰਥ ਦੇ ਪੁੱਤਰ ਰਾਮ ਜੀ, ਲਕਸ਼ਮਣ ਜੀ, ਭਰਤ, ਸ਼ਤਰੂਘਨ, ਇਹੋ ਜਿਹੇ ਸ੍ਰੇਸ਼ਟ ਪੁੱਤਰ ਇਹਨਾਂ ਨੂੰ ਕਿਹਾ ਹੈ। ਕਹਿੰਦੇ ਸਾਧ ਸੰਗਤ ਇਵੇਂ ਨੇ ਜਿਵੇਂ ਪਿਤਾ ਕਾਲੂ ਦਾ ਪੁੱਤਰ ਨਾਨਕ ਹੈ, ਇਸ ਤਰ੍ਹਾਂ ਸ੍ਰੇਸ਼ਟ ਪੁੱਤਰ ਨੇ। ਸਾਧ ਸੰਗ ਸਰਬ ਨਿਦਾਨ ਪ੍ਰਾਣ ਜੀਵਨ ਮੈਂ, ਸਾਧ ਸੰਗ ਸਭ ਤੋਂ ਵੱਡਾ ਖਜ਼ਾਨਾ ਹੈ ਜੀਵਨ ਦਾ, ਸਭ ਤੋਂ ਵੱਡਾ। ਇਹਦੇ ਨਾਲੋਂ ਕੋਈ ਵੱਡਾ ਨਿਦਾਨ, ਇਸ ਤੋਂ ਵੱਡਾ ਕੋਈ ਖਜ਼ਾਨਾ ਨਹੀਂ। ਸਾਧ ਸੰਗ ਨਿਜ ਪਦ ਸੇਵਾ ਦੀਪ ਧੂਪ ਹੈ, ਇਹ ਸਾਧ ਸੰਗਤ ਅਸਲੀ ਉੱਚੀ ਪਦਵੀ ਹੈ। ਇਸ ਸੰਗਤ 'ਚ ਥਾਂ ਨੂੰ ਮਿਲ ਜੇ ਬੈਠਣ ਨੂੰ, ਗੁਰੂ ਘਰ ਦੇ ਜੋੜਿਆਂ ਵਿੱਚ ਵੀ ਸਮਝੋ ਰਾਜਿਆਂ ਮਹਾਰਾਜਿਆਂ ਤੋਂ ਉੱਪਰਲੀ ਪਦਵੀ 'ਤੇ ਬੈਠੇ ਹਾਂ, ਨਿੱਜ ਪਦ ਹੈ। ਅਤੇ ਇਹੀ ਸੇਵਾ ਧੂਪ ਦੀਪ ਧੂਪ ਸਭ ਕੁਝ ਸਾਧ ਸੰਗਤ ਦੀਆਂ ਸੁਗੰਧੀਆਂ ਨੇ। ਸਾਧ ਸੰਗ ਰੰਗ ਰਸ ਭੋਗ ਸੁਖ ਸਹਿਜ ਮੈਂ, ਇਸ ਸਾਧ ਸੰਗ ਦੇ ਵਿੱਚ ਸਾਰੇ ਰੰਗ, ਸਾਰੇ ਰਸ, ਸਾਰੇ ਭੋਗ, ਸਾਰੇ ਪਦਾਰਥ ਇਹਦੇ ਵਿੱਚ ਹੀ। ਸਾਧ ਸੰਗ ਸੋਭਾ ਅਤ ਉਪਮਾ, ਇਹ ਸਾਧ ਸੰਗਤ ਬੜੀ ਸੋਭਾ ਦੀ ਉਪਮਾ ਅਨੂਪ, ਇਹਦਾ ਬਿਆਨ ਨਹੀਂ ਕੀਤਾ ਜਾ ਸਕਦਾ। ਹੋ ਗਿਆ, ਹੁਣ ਸਮਾਪਤੀ ਹੈ। ਪਹਿਲੀ ਵਾਰੀ ਇਹ ਦਰਬਾਰ ਇੱਥੇ ਲੱਗਿਆ ਹੈ, ਸਤਿਗੁਰ ਕਿਰਪਾ ਕਰਨਗੇ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਪੁਰਬ ਮਨਾਇਆ ਹੋਇਆ ਅੱਜ ਗੁਰੂ ਨਾਨਕ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਅੱਜ ਦੇ ਗੁਰੂ ਨਾਨਕ ਸ਼੍ਰੀ ਗੁਰੂ ਗ੍ਰੰਥ ਸਾਹਿਬ। ਕੀਰਤਨੀਆਂ ਨੇ ਪੜਿਆ, ਦਿਖਾ ਦੇ ਵਾਸਤਾ ਆਪਣਾ ਉਹੀ ਤਸਵੀਰ ਗੁਰੂ ਨਾਨਕ। ਬਾਬਾ ਜੀ ਕਹਿੰਦੇ ਨਹੀਂ ਕਹੋ ਵੀ ਤੇਰੀ ਤਸਵੀਰ ਜਿਹੜੀ ਹੋਣੀ, ਜਿਸ ਤਸਵੀਰ 'ਚ ਤੂੰ ਹੁਣ ਬੈਠਾ, ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਬੈਠੇ ਨੇ। ਆਪਾਂ ਇਹਨਾਂ ਦਾ ਅਵਤਾਰ ਪੁਰਬ ਮਨਾਇਆ ਹੈ। ਸਤਿਗੁਰੂ ਸਫਲ ਕਰਨ ਇਹ ਘੜੀਆਂ। ਖੰਡਵਾ ਨਿਵਾਸੀਆਂ ਨੇ ਬਹੁਤ ਪ੍ਰੇਮ ਪਿਆਰ ਦਿਖਾਇਆ, ਇਵੇਂ ਸੰਗਤ ਵਿੱਚ ਬਹਿ ਕੇ ਜੁੜ ਕੇ ਆਨੰਦ ਮਾਣਿਆ ਕਰੋ, ਸਾਧ ਸੰਗਤ ਨਾ ਛੱਡਿਆ ਕਰੋ। ਜਦੋਂ ਵੀ ਕੋਈ ਕਥਾ ਕੀਰਤਨ ਮਹਾਤਮਾ ਮਹਾਂਪੁਰਖਾਂ ਦੇ ਵਿਚਾਰ ਹੋਣ, ਉਹ ਜ਼ਰੂਰ ਆਨੰਦ ਮਾਣਿਆ ਕਰੋ। ਆਪਾਂ ਗੁਰਦੁਆਰਿਆਂ ਨੂੰ ਦੂਜੇ ਰੂਪ ਨਹੀਂ ਦੇਣੇ ਕਿ ਇਕੱਲਾ ਬਸ ਲੰਗਰ ਪਾਣੀ ਛੱਕ ਕੇ ਤੇ ਚਲੇ ਗਏ। ਆਪ ਵੀ ਬੈਠੋ, ਬੱਚੇ ਵੀ ਬੈਠਣ। ਸਾਡੇ ਬੱਚੇ ਸਾਡੇ ਹੱਥੋਂ ਨਹੀਂ ਨਿਕਲਣਗੇ ਜੇ ਸਾਡੀ ਸਾਧ ਸੰਗਤ ਬਣੀ ਰਹੇਗੀ।
ਨਹੀਂ ਤਾਂ ਭਵਿੱਖ ਵਿੱਚ ਬੱਚੇ ਕੋਈ ਦਾ ਕੋਈ ਹੋਰ ਸੋਚ ਰਹੇ ਆ, ਸਾਡੇ ਵਾਲੇ ਕੰਮ ਉਹ ਪਸੰਦ ਨਹੀਂ ਕਰਦੇ। ਸੰਤਾਂ ਨੇ ਕਿਹਾ ਬੇਟਾ ਤੂੰ ਸੰਗਤ ਚ ਆਇਆ ਕਰ, ਤੇਰੀ ਮਾਂ ਆਉਂਦੀ 20 ਸਾਲਾਂ ਤੋਂ। ਕਹਿੰਦਾ ਮਹਾਰਾਜ ਇਸੇ ਕਰਕੇ ਤਾਂ ਮੈਂ ਨਹੀਂ ਆਉਂਦਾ, ਉਹ ਤੁਹਾਡੇ ਕੋਲ 20 ਸਾਲਾਂ ਦੀ ਆਉਂਦੀ, ਕੰਮ ਆਉਂਦੇ ਉਹੋ ਹੀ ਨੇ, ਉਹੋ ਹੀ ਘੜੀਆਂ ਸਫਲੀਆਂ ਜਿਹੜੀਆਂ ਤੁਹਾਡੇ ਕੋਲ ਬਿਤਾ ਜਾਂਦੀ ਘਰੇ, ਤਾਂ ਉਹੀ ਸਭ ਕੁਝ ਜੋ 20 ਸਾਲ ਪਹਿਲਾਂ ਸੀ। ਕਹਿੰਦੇ ਇਸੇ ਕਰਕੇ ਨਹੀਂ ਮੈਂ ਆਉਂਦਾ, ਮੇਰੀ ਮਾਂ ਨੇ ਕੀ ਖੱਟਿਆ ਤੇ ਮੈਨੂੰ ਕੀ ਮਿਲਦਾ ਉੱਥੋਂ। ਜਿਨ੍ਹਾਂ ਦੇ ਮਾਂ ਬਾਪ ਗੁਰਦੁਆਰਿਆਂ ਦੀ ਚੌਧਰਾ ਪਿੱਛੇ ਲੜਦੇ ਰਹਿਣਗੇ ਤੇ ਬੱਚਿਆਂ ਨੇ ਕਹਿਣਾ ਛੱਡੋ ਆਪਾਂ ਨਹੀਂ ਜਾਣਾ ਇੱਥੇ, ਉੱਥੇ ਕੀ, ਉੱਥੇ ਲੜਾਈਆਂ ਹੈਗੀਆਂ, ਝਗੜੇ ਹੈਗੇ, ਆ ਤੂੰ ਤੂੰ ਮੈਂ ਹੈਗਾ, ਉੱਥੇ ਕੀ ਪਿਆ ਗੁਰਦੁਆਰਾ। ਬੱਚੇ ਨਾਸਤਕ ਹੋ ਜਾਂਦੇ ਆ, ਬੱਚਿਆਂ ਨੇ ਸਾਡੇ 'ਚ ਤਸਵੀਰ ਵੇਖ ਕੇ ਫਿਰ ਗੁਰੂ ਦੇ ਲੜ ਲੱਗਣਾ ਕਿ ਕਿੰਨੇ ਕੁ ਰੱਬ 'ਚ ਰੰਗੇ ਹੋਏ ਨੇ, ਕਿੰਨੇ ਕੁ ਬਗਾਨੇ ਵੀ ਤੁਹਾਡੀਆਂ ਤਸਵੀਰਾਂ ਪੂਜਣਗੇ ਜੇ ਤੁਸੀਂ ਨਾਮ ਜਪਣ ਵਾਲੇ ਹੋਏ। ਅਤੇ ਜੇ ਨਾਮ ਜਪਣ ਵਾਲੇ ਮਾਂ ਬਾਪ ਨਾ ਹੋਣ ਫਿਰ ਕਿਹੜਾ ਫੋਟੋ ਰੱਖਦਾ ਕਿਸੇ ਦੇ। ਕਹਿੰਦੇ ਬਸ ਛੇਤੀ ਛੇਤੀ ਭੋਗ ਪਏ ਤੇ ਨਾ ਵੀ ਮਰਦਾ ਹੋਵੇ ਫਿਰ ਮਰਨ ਦੀ ਅਰਦਾਸ ਕਰਾ, ਉਹਦੇ ਵੀ ਇਹਦੀ ਜਾਨ ਨਿਕਲੇ ਛੇਤੀ। ਅਤੇ ਨਾਮ ਜਪਣ ਵਾਲਿਆਂ ਨੂੰ ਕੋਈ ਜਾਣ ਨਹੀਂ ਦਿੰਦਾ, ਰਸਤਾ ਰੋਕ ਲੈਂਦੇ ਆ, ਹੋਰ ਰਵੋ ਸੰਸਾਰ। ਬਾਬਾ ਕੁੰਦਨ ਸਿੰਘ ਜੀ ਦਰਗਾਹ ਨੂੰ ਚਲੇ ਗਏ, ਤਿੰਨ ਦਿਨ ਸਰੀਰ ਰੱਖੀ ਰੱਖਿਆ, ਸੰਗਤਾਂ ਦਾ ਰਸ਼ ਇੰਨਾ ਪੈ ਗਿਆ ਕਿ ਲੈਣਾ ਹੀ ਨਾ ਟੁੱਟਣ। 3 ਦਿਨ ਬਾਅਦ ਸੰਸਕਾਰ ਕੀਤਾ, ਉਹ ਕਹਿੰਦੇ ਅਸੀਂ ਦਰਸ਼ਨ ਕਰ ਲਈਏ ਐਸੇ ਮਹਾਂਪੁਰਸ਼ ਦੇ ਸਰੀਰ ਦੇ ਜਿਹੜੇ 52 ਸਾਲ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਰਹੇ। 52 ਸਾਲ ਨਾਗਾ ਨਹੀਂ ਪਾਇਆ, ਸੇਵਾ ਵਿੱਚ ਹੀ ਰਹੇ, ਬੰਦਗੀ 'ਚ ਹੀ ਮਸਤ। ਉਹਨਾਂ ਦੇ ਹੱਥ ਪੈਰ ਅੰਗ ਅੰਗ ਰੋਮ ਰੋਮ ਸਫਲ ਹੋ ਜਾਂਦਾ ਨਾਮ ਜਪਣ ਵਾਲਿਆਂ ਦਾ। ਇਸ ਕਰਕੇ ਆਪਣੇ ਚੰਗੇ ਸੋਭਾ ਜਸ ਵਾਲੇ ਜੀਵਨ ਬਣਾ ਲਓ। ਬੱਚੇ ਤਰਸਣ ਕੇ ਅਸੀਂ ਵੀ ਮਾਂ ਬਾਪ ਵਰਗੇ ਬਣਨਾ, ਅਸੀਂ ਵੀ ਇਹਨਾਂ ਵਰਗੇ ਬਣਨਾ। ਬੜਾ ਨਿਤਨੇਮ ਕਰਦੇ ਸੀ, ਸਵੇਰੇ ਉੱਠਦੇ ਸੀ, ਨਹੀਂ ਭੁੱਲਦੇ ਉਹ ਮਾਂ ਬਾਪ ਸਾਰੇ ਤੁਸੀਂ ਬੈਠੇ ਜੀ, ਜਿਨ੍ਹਾਂ ਦਾ ਬਾਪ ਰੋਜ਼ ਅੰਮ੍ਰਿਤ ਵੇਲਾ ਕਰਦਾ ਸੀ, ਮਾਲਾ ਫੇਰਦਾ ਸੀ, ਸ਼ਾਮ ਨੂੰ ਨਾਮ ਜਪਦੇ ਸੀ, ਬੜੇ ਬੰਦਗੀ ਦੇ ਰੂਪ ਸੀ। ਦੱਸੋ ਉਹਨਾਂ ਦੇ ਕਿਸੇ ਦੇ ਮਨੋਂ ਨਿਕਲੇ ਆ, ਮਰਿਆ ਤੋਂ ਨਹੀਂ ਨਿਕਲਦੇ, ਚੇਤੇ ਕਰਦੇ ਆ ਵੀ ਸਾਡੇ ਮਾਂ ਬਾਪ ਬਹੁਤ ਪਾਠ ਪੂਜਾ ਸਿਮਰਨ ਬੜੀ ਸੇਵਾ ਸਿਮਰਨ ਦਾ ਰੂਪ ਸੀ। ਫਿਰ ਮੱਥੇ ਟੇਕਦੇ ਉਹਨਾਂ ਨੂੰ, ਦਿਲ ਕਰਕੇ ਟੇਕਦੇ ਆ। ਅਤੇ ਜਿਹੜਾ ਭਾਵੇਂ ਮਾਇਆ ਦੀਆਂ ਸਾਨੂੰ ਕੋਠੀਆਂ, ਮਹਿਲ, ਫੈਕਟਰੀਆਂ, ਕਿੰਨੀ ਕੁਝ ਮਾਇਆ ਦੇ, ਨਹੀਂ ਇਹ ਤਾਂ ਸਾਡਾ ਹੀ ਸੀ, ਸਾਡੇ ਕੋਲ ਹੀ ਆਉਣਾ, ਕੋਈ ਨਹੀਂ ਪੁੱਛਦਾ ਉਹਨਾਂ ਪਿਓਵਾਂ ਨੂੰ। ਉਹਨਾਂ ਪਿਓਵਾਂ ਨੂੰ ਕੋਈ ਛੱਡਦਾ ਨਹੀਂ ਜਿਨ੍ਹਾਂ ਨੇ ਆਪਣਾ ਪਿਓ ਨਹੀਂ ਛੱਡਿਆ। ਪਿਓ ਸਾਡਾ ਰੱਬ ਏ, ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਜਿਨ੍ਹਾਂ ਆਪਣੇ ਬਾਪ ਨੂੰ, ਸੱਚੇ ਬਾਪ ਨੂੰ ਨਹੀਂ ਛੱਡਿਆ, ਦੁਨੀਆਂ ਦੇ ਲੋਕ ਉਸ ਬਾਪ ਨੂੰ ਮਰੇ ਤੋਂ ਵੀ ਨਹੀਂ ਛੱਡਣਗੇ। ਜਿਹੜੇ ਆਪਣੇ ਸੱਚੇ ਪਿਓ ਨੂੰ ਭੁੱਲ ਗਏ, ਦੁਨੀਆਂ ਵਾਲੇ ਵੀ ਉਹੋ ਜਿਹੇ ਪਿਓਵਾਂ ਨੂੰ ਨਹੀਂ ਕੁਝ ਜਾਣਨਗੇ, ਭੂਤ ਹੀ ਸਮਝਣਗੇ। ਜੇ ਮਰ ਕੇ ਕਿਤੇ ਆ ਗਿਆ ਕਹਿਣਾ ਭੂਤ ਫਿਰ ਆ ਗਿਆ, ਫਿਰ ਪਾਠ ਕਰਾਉਣਾ ਪੈਣਾ, ਡਰਨਗੇ ਹੁੰਦੇ ਤੋਂ। ਜਿੰਨਾ ਮੁੱਖ ਡਰਾਵਣੇ ਜਿੰਨਾ ਵਸਾਰੇ ਹੋਣਾ। ਕੀਰਤਨ ਬਾਣੀ ਪੜ੍ਹਦਿਆਂ ਜਦੋਂ ਬੰਦਾ ਬੈਠਾ ਹੁੰਦਾ ਉਦੋਂ ਕੋਈ ਪਤਾ ਨਹੀਂ ਹੁੰਦਾ ਕੀ ਕੁਝ ਬੋਲੀ ਜਾਂਦਾ। ਇਸ ਕਰਕੇ ਮੈਂ ਖਿਮਾ ਚਾਹਾਂਗਾ, ਜਿਹੜੀ ਚੰਗੀ ਲੱਗੀ ਹੋਵੇ ਉਹ ਤੁਸੀਂ ਪੱਲੇ ਪਾ ਲਿਓ, ਜਿਹੜੀ ਨਾ ਤੁਹਾਨੂੰ ਚੰਗੀ ਲੱਗੀ ਹੋਵੇ ਉਹ ਮੈਨੂੰ ਮਾਫ਼ੀ ਦੇ ਦਿਆ ਜੀ। ਜਿਹੜਾ ਕੋਈ ਬੋਲ ਚੰਗਾ ਲੱਗਿਆ ਹੋਵੇ ਉਹ ਝੋਲੀ 'ਚ ਪਵਾ ਲਿਓ। ਜਦੋਂ ਕੱਪੜਾ ਲੈਣ ਜਾਈਏ ਫਿਰ ਉਹ ਕੱਪੜੇ ਵਾਲਾ ਸਾਰੇ ਥਾਣ ਸਿੱਟ ਦਿੰਦਾ, ਆਪਾਂ ਆਪਣੀ ਮਰਜ਼ੀ ਦਾ ਹੀ ਪੜਾਉਣਾ, ਜਿਹੜਾ ਟੋਟਾ ਪਸੰਦ ਲੱਗਿਆ ਪੜਵਾ ਲਓ, ਬਾਕੀ ਰਹਿਣ ਦਿਓ, ਅਸੀਂ ਬਲੇਟ ਕੇ ਰੱਖ ਲਾਂਗੇ, ਉਹ ਸਾਡੇ ਸਾਨੂੰ ਸੰਭਾਲ ਦਿਓ। ਜਿਹੜਾ ਤੁਹਾਨੂੰ ਪਸੰਦ ਲੱਗਿਆ ਹੋਵੇ ਟੋਟਾ ਉਹ ਲੈ ਲਿਓ, ਜ਼ਰੂਰ ਜ਼ਰੂਰ ਉਹਦੇ ਉਹਨੂੰ ਹੰਡਾਇਓ। ਅਤੇ ਸਤਿਗੁਰ ਕਿਰਪਾ ਕਰਨ, ਮਿਹਰਾ ਕਰਨ,
ਮਹਾਂਪੁਰਖਾਂ ਨੇ ਬਾਬਾ ਖੇਮ ਸਿੰਘ ਜੀ ਨੇ ਡਿਊਟੀਆਂ ਲਾਈਆਂ ਸੀ ਵੀ ਹਜ਼ੂਰ ਸਾਹਿਬ ਸੇਵਾ ਕਰੋ, ਰਸਤੇ ਵਿੱਚ ਵੀ ਸਥਾਨ ਬਣਾਓ ਕਿ ਸੰਗਤਾਂ ਆਉਣ ਜਾਣ ਵਾਲੀਆਂ, ਕੋਈ ਕਿਸੇ ਦਾ ਟਰੱਕ ਕਿਸੇ ਦੀ ਕਾਰ ਬੱਸ ਖਰਾਬ ਹੋ ਜਾਂਦੀ, ਪਰਦੇਸ਼ ਵਿੱਚ ਬੰਦਾ ਔਖਾ ਹੁੰਦਾ, ਜਿੰਨੇ ਪੜਾਅ ਰਾਹ 'ਚ ਹੋਣਗੇ ਸੰਗਤ ਨੂੰ ਸੌਖਾ ਹੋਏਗਾ ਸੜਕ 'ਤੇ, ਕੋਈ ਸੈਂਕੜਾਂ 'ਤੇ, ਕੋਈ ਪੈਦਲ ਯਾਤਰੂ, ਕੋਈ ਗੱਡੀਆਂ 'ਤੇ, ਕੋਈ ਕਿਵੇਂ। ਇਸ ਕਰਕੇ ਫਿਰ ਮਹਾਂਪੁਰਸ਼ਾਂ ਨੇ ਕਹਿ ਕੇ ਇੱਥੇ ਸਥਾਨ ਬਣਾਇਆ ਸੀ, ਅਤੇ ਸਤਿਗੁਰ ਕਿਰਪਾ ਕਰਨ ਜਿਵੇਂ ਹੁੰਦਾ ਹੈ, ਅਸੀਂ ਜਿੰਨੇ ਵੀ ਸਤਿਗੁਰਾਂ ਦੀ ਮਿਹਰ ਨਾਲ ਸਥਾਨ ਬਣਾਏ ਆ ਨਾ, ਇੱਕ ਗੁਰੂ ਨੇ ਬਹੁਤ ਕਿਰਪਾ ਕੀਤੀ ਕਿ ਹਰ ਸਥਾਨ 'ਤੇ ਸਾਨੂੰ ਕੋਈ ਨਾ ਕੋਈ ਭੇਜਣਾ ਪੈਂਦਾ, ਕਦੀ ਆਟਾ ਦਾਲਾਂ ਚੌਲ, ਕਦੇ ਮਾਇਆ ਭੇਜਣੀ ਪੈਂਦੀ, ਕਈ ਸਥਾਨਾਂ 'ਤੇ ਮਾਇਆ ਭੇਜੀ ਦੀ, ਫਿਰ ਬੜਾ ਹੌਸਲਾ ਹੁੰਦਾ ਕਿ ਬਹੁਤ ਹੀ ਮਾਲਕ ਨੇ ਮਿਹਰ ਕੀਤੀ ਕਿ ਸੇਵਾ ਬਖਸ਼ੀ, ਅਤੇ ਜੇ ਸਾਨੂੰ ਮਾਇਆ ਆਉਣ ਲੱਗ ਪਈ ਝਾਕ ਰੱਖੀ ਉਸ ਡੇਰੇ 'ਚੋਂ ਵੀ ਆਵੇ ਉਸ 'ਚੋਂ, ਫਿਰ ਤਾਂ ਲਟੇਰੇ ਹਾਂ ਅਸੀਂ। ਜੇ ਲਟਾਉਂਦੇ ਹਾਂ ਫਿਰ ਗੁਰੂ ਦੀ ਮਿਹਰ ਹੈ, ਲੁੱਟਣ ਵਾਲਾ ਲਟੇਰਾ ਹੈ, ਲਟਾਉਣ ਵਾਲੇ 'ਤੇ ਰੱਬ ਦਾ ਹੱਥ ਹੈ। ਹਰ ਥਾਂ 'ਤੇ ਹਰ ਜਗ੍ਹਾ 'ਤੇ ਕੋਈ ਨਾ ਕੋਈ ਭੇਜੀਦਾ, ਉਹਦਾ ਗਰਭ ਕਰੀਦਾ ਵੀ ਸੇਵਾ ਮਿਲੀ ਹੋਈ ਸਾਨੂੰ, ਜਿੰਨਾ ਹੋਵੇ ਥੋੜ੍ਹਾ ਬਹੁਤਾ, ਕਿਉਂਕਿ ਬਹੁਤ 13 ਸਥਾਨ ਅਸੀਂ ਬਣਾਏ ਸੀ, ਕਿਸੇ ਵੀ ਸਥਾਨ 'ਤੇ, ਕਿਸੇ ਵੀ ਸਥਾਨ 'ਤੇ ਜਿੰਨੇ ਵੀ ਬਣਾਏ ਨਾ, ਕਿਤੇ ਵੀ ਪ੍ਰਾਫਿਟ ਨਹੀਂ, ਹਰ ਥਾਂ 'ਤੇ ਪਾਉਣਾ ਹੀ ਪਾਉਣਾ। ਰਾਸ਼ਨ ਵੀ ਭੇਜਣਾ ਹੈ ਉੱਥੋਂ ਟਰੱਕਾਂ 'ਤੇ ਟਰੱਕ, ਹਰ 15 ਦਿਨਾਂ ਬਾਅਦ ਜਿਹੜਾ ਰਾਸ਼ਨ ਹੈ ਸਾਰੀਆਂ ਥਾਵਾਂ 'ਤੇ, ਜਿਹੜੇ ਜ਼ਿਆਦਾ ਲੰਗਰ ਚੱਲਦੇ ਆ ਉੱਥੇ ਸਭ ਉਹ ਰਾਸ਼ਨ ਪਹੁੰਚਦਾ ਹੈ। ਵਾਸ਼ਰੂਮ ਵੀ ਉੱਥੇ ਪ੍ਰਸ਼ਾਦਾ ਸ਼ੁਰੂ ਕੀਤਾ ਹੋਇਆ ਸੇਵਾ। ਕੋਈ ਦਾਨ ਨਹੀਂ ਕੀਤਾ, ਕੋਈ ਪੁੰਨ ਨਹੀਂ ਕੀਤਾ, ਕੋਈ ਪਰਉਪਕਾਰ ਨਹੀਂ ਹੋਇਆ, ਇੱਕੋ ਅੰਮ੍ਰਿਤ ਵੇਲਾ ਹੈ, ਸਾਰੇ ਪਰਉਪਕਾਰ, ਸਾਰੇ ਦਾਨ, ਸਾਰੀਆਂ ਭਲਾਈਆਂ ਇਹਦੇ ਵਿੱਚ ਨੇ, ਜਿਹਦੇ ਕੋਲ ਅੰਮ੍ਰਿਤ ਵੇਲਾ ਹੈ ਮਰ ਕੇ ਨਾ ਜਾਈ ਜਿੰਨਾ ਬਿਸਤਰਾ। ਭਾਈ ਕੋਈ ਦਾਨ ਨਹੀਂ ਕੀਤਾ, ਕੋਈ ਪੁੰਨ ਨਹੀਂ ਕੀਤਾ, ਕੋਈ ਪਰਉਪਕਾਰ ਨਹੀਂ ਹੋਇਆ, ਇੱਕੋ ਅੰਮ੍ਰਿਤ ਵੇਲਾ ਹੈ, ਸਾਰੇ ਪਰਉਪਕਾਰ, ਸਾਰੇ ਦਾਨ, ਸਾਰੀਆਂ ਭਲਾਈਆਂ ਇਹਦੇ ਵਿੱਚ ਨੇ, ਜਿਹਦੇ ਕੋਲ ਅੰਮ੍ਰਿਤ ਵੇਲਾ ਹੈ ਮਰ ਕੇ ਨਾ ਜਾਈ ਜਿੰਨਾ ਬਿਸਤਰਾ। ਭਾਈ ਕੋਈ ਦਾਨ ਨਹੀਂ ਕੀਤਾ, ਕੋਈ ਪੁੰਨ ਨਹੀਂ ਕੀਤਾ, ਕੋਈ ਇਹਨਾਂ ਨੇ ਕੰਮ ਚਲਾਇਆ ਆਪਣਾ, ਗੁਰੂ ਵੱਲ ਉਂਗਲੀ ਹੋਣਗੇ, ਸੇਵਾ ਕਰਕੇ ਕਹੋ ਜੀ ਨਹੀਂ ਬਸ ਤੁਸੀਂ ਆਪਣੇ ਉੱਥੇ ਮੰਦਰ 'ਚ ਦੇ ਦਿਆ ਜੀ, ਜੇ ਕੋਈ ਹਿੰਦੂ ਵੀ ਦੇਵੇ ਕਵੇ ਥੋੜੇ ਜਿਹੇ ਤਿਆਗੀ ਬਣ ਕੇ ਦਿਖਾਓ, ਕਹਿੰਦੇ ਤੂੰ ਆਪਣੇ ਮੰਦਰ 'ਚ ਦੇ ਦੇ। ਵਾਹ ਵਾਹ ਕਰਨਗੇ, ਵਾਹ ਭਾਈ ਵਾਹ, ਇਹੋ ਜਿਹੀ ਸੇਵਾ ਚਾਹੀਦੀ, ਇਹੋ ਜਿਹੀ ਸੇਵਾ ਚਾਹੀਦੀ। ਲੰਗਰ ਪ੍ਰਸ਼ਾਦਾ ਖਵਾਈਏ, ਫਿਰ ਜੇਬ ਨਾ ਕਤਰੇ ਨਾ ਬਣੀਏ, ਜੇਬ ਕੱਢ ਲਈਏ ਜੇਬਾਂ 'ਚੋਂ ਕਿਸੇ ਤਰੀਕੇ ਕਢਾ ਲਈਏ, ਕਿਸੇ ਨੇ ਕੱਟ ਕੇ ਕੱਢ ਲਏ, ਕਿਸੇ ਨੇ ਕਿਸੇ ਹੋਰ ਤਰੀਕੇ ਕਢਾ ਲਏ, ਕੱਢੇ ਤਾਂ ਜੇਬ 'ਚੋਂ ਹੀ ਹੈ। ਸੇਵਾ ਦੇ ਸਰੂਪ ਦੇ, ਸੇਵਾ ਦਾ ਸਰੂਪ ਬਣ ਕੇ, ਅਤੇ ਬਹੁਤ ਸੋਹਣੀ ਸੇਵਾ ਸ਼ੁਰੂ ਕੀਤੀ ਹੈ ਲੰਗਰ ਦੀ ਖੰਡਵੇ ਵਾਲਿਆਂ ਨੇ। ਦਵਰੇ ਪ੍ਰਸ਼ਾਦਾ ਚੱਲਦਾ, ਸਾਰੀ ਸੰਗਤ ਦੋਨਾਂ ਟ੍ਰੇਨਾਂ 'ਚ ਹੀ ਦਿੰਦੇ ਆ, ਸੱਚਖੰਡ ਆਉਂਦੀ ਜਾਂਦੀ, ਦੂਜੀ ਟ੍ਰੇਨ ਉੱਥੇ ਖੜ੍ਹਦੀ ਨਹੀਂ। ਅਤੇ ਔਰੰਗਾਬਾਦ ਵੀ ਸ਼ੁਰੂ ਕੀਤਾ ਹੈ, ਉਹ ਵੀ ਦਾਸਾਂ ਨੇ, ਇੱਕ ਪਰਿਵਾਰ ਹੀ ਹੈ ਜਿਹਨੇ ਸਾਰੀ ਸੇਵਾ ਸੰਭਾਲੀ ਹੋਈ, ਨਾਲ ਸਹਿਯੋਗ ਕਰੀਦਾ, ਅਤੇ ਉਹ ਸੰਗਤ ਨੂੰ ਉੱਥੇ ਪ੍ਰਸ਼ਾਦਾ ਚੌਲ ਬੜੇ ਸੋਹਣੇ ਬਣਾ ਕੇ ਵਰਤਾਉਂਦੇ ਆ। ਵਾਸ਼ਰੂਮ ਸਾਰੇ ਸ਼ਹਿਰ ਵਾਲੇ ਜਿਹੜੇ ਉਹ ਬਣਾਉਣ ਦਾ ਵਰਤਾਉਣ ਦਾ ਉਪਰਾਲਾ ਕਰਦੇ ਆ, ਰਾਸ਼ਨ ਉੱਥੋਂ ਪੁੱਛੋ ਤੋਂ ਆ ਜਾਂਦਾ।
ਤੇ ਕਿਸੇ ਵੀ ਤਰ੍ਹਾਂ ਕੋਈ ਰਾਸ਼ਨ ਪੱਖੋਂ ਨਹੀਂ ਅਸੀਂ ਢਿੱਲੇ ਪੈਂਦੇ। ਜਿੰਨਾ ਹੋਵੇ ਸਹਿਯੋਗ, ਜਦੋਂ ਮਰਜ਼ੀ ਲਿਓ, ਸੇਵਾ ਕਰੋ, ਸਾਰੀਆਂ ਟ੍ਰੇਨਾਂ ਨੂੰ ਪ੍ਰਸ਼ਾਦਾ ਛਕਾਓ, ਰਾਸ਼ਨ ਵਾਸਤੇ ਜਦੋਂ ਮਰਜ਼ੀ ਬਾਬੇ ਰਤੀ ਨੂੰ ਕਹਿ ਦਿਆ ਜੇ, ਜਿੰਨਾ ਅਸੀਂ ਨਾਲ ਤੁਹਾਡੇ ਕਰਾਂਗੇ ਜ਼ਰੂਰ। ਅਤੇ ਸੰਗਤ ਦੀ ਸੇਵਾ ਕਰੋ। ਹਜ਼ੂਰ ਸਾਹਿਬ ਆਉਣ ਜਾਣ ਵਾਲੀ ਕਈ ਮਹਾਤਮਾ ਮਹਾਂਪੁਰਸ਼ ਨਹੀਂ ਬਜ਼ਾਰੀ ਚੀਜ਼ਾਂ ਲੈ ਕੇ, ਖਾਣੀਆਂ ਵੀ ਨਹੀਂ ਚਾਹੀਦੀਆਂ, ਬਹੁਤ ਗੰਦੀਆਂ ਹੁੰਦੀਆਂ ਨੇ। ਜਿਹਨੇ ਗੁਰੂ ਦੇ ਦਰਸ਼ਨਾਂ ਨੂੰ ਜਾਣਾ ਉਹਨੂੰ ਗੰਦ ਪਿੱਲ ਰਾਹ 'ਚੋਂ ਨਹੀਂ ਖਾਣਾ ਚਾਹੀਦਾ, ਅੰਨ ਵੀ ਸੁੱਚਾ ਪਵਿੱਤਰ ਖਾਣਾ ਚਾਹੀਦਾ। ਇਹ ਰੋਗ ਕੱਟਦਾ ਹੈ, ਸੁੱਚਾ ਪਵਿੱਤਰ ਲੰਗਰ ਦਾ ਅੰਨ ਦੁੱਖ ਕੱਟਦਾ ਹੈ। ਸਾਡੇ ਭੁੱਚੋ ਵਿੱਚ ਆਸ ਪਾਸ ਕਿਸੇ ਦੇ ਪਸ਼ੂ ਬਿਮਾਰ ਹੋ ਜਾਣ, ਉਹ ਲੰਗਰ ਦਾ ਪ੍ਰਸ਼ਾਦਾ ਲਿਜਾ ਕੇ ਪਸ਼ੂ ਦੇ ਮੂੰਹ ਪਾ ਦਿੰਦੇ, ਪਸ਼ੂ ਠੀਕ ਹੋ ਜਾਂਦੇ। ਪਸ਼ੂ ਨੂੰ ਤਾਂ ਗਿਆਨ ਨਹੀਂ ਕਿ ਪ੍ਰਸ਼ਾਦਾ ਲੰਗਰ ਦਾ ਹੈ, ਉਹ ਫਿਰ ਵੀ ਠੀਕ ਹੋ ਜਾਂਦੇ ਆ, ਤਾਂ ਬੰਦਾ ਕਿਵੇਂ ਨਾ ਠੀਕ ਹੋਏਗਾ। ਲੰਗਰ ਦੀ ਰੋਟੀ ਨਾਲ ਇਲਾਕੇ ਦੇ ਪਸ਼ੂ ਸਾਰੇ, ਕਿਸੇ ਦਾ ਪਸ਼ੂ ਬਿਮਾਰ ਹੋਵੇ ਲੰਗਰ ਦਾ ਪ੍ਰਸ਼ਾਦਾ ਲਿਜਾ ਕੇ ਦੇ ਦਿੰਦੇ, ਪਸ਼ੂ ਠੀਕ ਹੋ ਜਾਂਦੇ। ਲੰਗਰ ਦਾ ਪ੍ਰਸ਼ਾਦਾ ਜਿਹੜਾ ਇਹਨੂੰ ਅੰਮ੍ਰਿਤ ਸਮਝ ਕੇ, ਪ੍ਰਸ਼ਾਦ ਸਮਝ ਕੇ, ਅਤੇ ਗੁਰੂ ਦਾ ਨਾਮ ਜਪਦਿਆਂ ਛਕੋ। ਗੁਰੂ ਦਾ ਨਾਮ ਜਪਦਿਆਂ ਪ੍ਰਸ਼ਾਦ ਸਮਝ ਕੇ ਜੀਆਂ ਨੂੰ, ਸਾਰੀਆਂ ਸੰਗਤਾਂ ਨੂੰ ਹਾਜ਼ਰੀ ਸਾਡੀ ਪ੍ਰਵਾਨ। ਆ ਕੋਈ ਨਹੀਂ, ਜਿਵੇਂ ਸਾਰੀ ਸੰਗਤ ਨਾਲ ਮਿਲ ਕੇ ਕਹਿੰਦੇ ਵੀ ਪੂਰਨਮਾਸ਼ੀ ਇੱਥੇ ਮਨਾਈ ਕਰੀਏ, ਆ ਬਣਾਇਆ ਕਰੋ, ਚੰਗਾ ਵਧੀਆ ਲੰਗਰ ਬਣਾਈ ਜੇ ਸੰਗਤ ਵਾਸਤੇ, ਵਧੀਆ ਸੇਵਾ ਕਰੀ ਸੰਗਤ ਦੀ ਪੂਰੀ, ਅਤੇ ਪਾਠ ਹੋ ਜਾਵੇ ਅਤੇ ਪ੍ਰਸ਼ਾਦਾ ਪਾਣੀ ਸੰਗਤ 'ਚ ਵਰਤ ਜਾਵੇ। ਕੀਰਤਨ ਸਾਰੇ ਜਥੇ ਮੰਗਾ ਲਿਆ ਕਰੋ, ਜਿਹੜੇ ਵੀ ਸ਼ਹਿਰ ਦੇ ਜਿੰਨੇ ਵੀ ਜਥੇ ਨੇ, ਸਾਰੇ ਪ੍ਰਬੰਧਕਾਂ ਨੂੰ ਬੇਨਤੀ ਕਰਤੀ ਸੰਗਤਾਂ ਨੂੰ, ਅਤੇ ਜਿੰਨਾ ਹਰੀ ਜਸ ਹੋਏਗਾ ਨਾਮ ਜਪਿਆ ਜਾਏਗਾ, ਭਲਾ ਹੈ ਸਾਰਿਆਂ ਦਾ। ਅਤੇ ਦਾਸ ਹਰ ਪੱਖੋਂ ਹੀ ਤੁਹਾਡੇ ਨਗਰ ਨਿਵਾਸੀਆਂ ਤੋਂ, ਖੰਡਵੇ ਵਾਲਿਆਂ ਤੋਂ ਖਿਮਾ ਮੰਗਦਾ, ਕੋਈ ਵੱਧ ਘੱਟ ਗੱਲ ਕਹੀ ਹੋ ਗਈ ਹੋਵੇ, ਅਤੇ ਸਾਰੇ ਰਲ ਮਿਲ ਕੇ ਗੁਰੂ ਦੇ ਗੁਣ ਗਾਓ, ਤੁਹਾਡਾ ਮਿਹਰਾ ਕਰਨ, ਇਹ ਸਤਿਗੁਰ ਕਿਰਪਾ ਕਰਨ। ਹਾਂਜੀ ਦੱਸੋ, ਅੱਛਾ ਕਹਿੰਦੇ ਪੂਰਨਮਾਸ਼ੀ ਕਿਹਾ ਸੰਗਤ ਵੱਲੋਂ ਸਾਰਿਆਂ ਨੇ, ਅਤੇ ਸਾਰੇ ਕਰੋ, ਕੋਈ ਜਥਾ ਗੁਰੂ ਨੇ ਕਿਰਪਾ ਕੀਤੀ ਅਸੀਂ ਵੀ ਭੇਜ ਦਿਆ ਕਰਾਂਗੇ ਉੱਧਰੋਂ, ਅਤੇ ਸਾਰੀ ਸੰਗਤ ਰਲ ਮਿਲ ਕੇ ਪੂਰਨਮਾਸ਼ੀ ਦਾ ਦਿਨ ਮਨਾਓ। ਗੁਰੂ ਦੇ ਗੁਣ ਗਾਉਣੇ ਜੰਗਲ 'ਚ ਬਹਿ ਕੇ ਕਿਤੇ ਵੀ ਗਾਏ ਜਾਣ, ਸਮਾਂ ਸਫਲ ਹੋ ਜਾਂਦਾ ਹੈ, ਭਗਤੀ ਦਾ ਇੱਕ ਕਿਣਕਾ ਸਾਡੀ ਝੋਲੀ ਪੈ ਜਾਂਦਾ, ਅਤੇ ਸਾਰੇ ਰਲ ਮਿਲ ਕੇ ਜਪਜੀ ਸਾਹਿਬ ਸ਼ਬਦ ਹਜ਼ਾਰੇ ਸੁਖਮਨੀ ਸਾਹਿਬ ਪਾਠ ਕਰਕੇ ਸਾਰੀ ਸੰਗਤ ਨੇ ਪੂਰਨਮਾਸ਼ੀ ਮਨਾਉਣੀ ਹੈ। ਅਤੇ ਸਾਰਿਆਂ 'ਤੇ ਇਹ ਬੈਨ ਲਾਇਓ ਕਿ ਪਾਠ ਸ਼ੁਰੂ 'ਚ ਆਉਣ, ਫਿਰ ਕੀਰਤਨ ਕਰ ਲਿਆ ਬਾਅਦ 'ਚ, ਅਤੇ ਪਾਠ ਜ਼ਰੂਰ ਜਿਹੜਾ ਵੀ ਇੱਥੇ ਆਵੇ ਸੁਖਮਨੀ ਸਾਹਿਬ ਦੇ ਪਾਠ ਜ਼ਰੂਰ ਕਰੇ, ਸੁਖਮਨੀ ਸਾਹਿਬ ਦਾ ਪਾਠ। ਇਹ ਪੂਰਨਮਾਸ਼ੀ ਦਾ ਪੱਕਾ ਰੱਖ ਦਿਆ ਜੀ ਕਿ ਪਾਠ ਜ਼ਰੂਰ ਸੁਖਮਨੀ ਦਾ ਕਰਨਾ, ਜੇ ਕੋਈ ਲੇਟ ਆਵੇ ਉਹ ਲੇਟ ਸੁਖਮਨੀ ਦਾ ਪਾਠ ਕਰ ਲਵੇ ਪਿੱਛੇ ਬੈਠ ਕੇ, ਅਤੇ ਨਾਲ ਕੀਰਤਨ ਸਰਵਣ ਕਰੋ। ਇੱਕ ਪਾਠ ਸੁਖਮਨੀ ਦਾ ਜ਼ਰੂਰ ਕਰੇ ਜਿਹੜਾ ਵੀ ਇੱਥੇ ਆਵੇ ਪੂਰਨਮਾਸ਼ੀ 'ਤੇ। ਭੁੱਲਾ ਚੁੱਕਾ ਦੀ ਖਿਮਾ ਹੈ, ਹੁਣ ਅਰਦਾਸ ਸਮਾਪਤੀ, ਪ੍ਰਸ਼ਾਦ ਬਣਾਇਆ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਕਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਮੇਰਾ ਮਨ ਜਣੀ ਵਸਾਇਆ, ਕਹੇ ਨਾਨਕ ਅਨ ਦੁਆ ਸਤਿਗੁਰੂ ਮੈਂ ਪਾਇਆ, ਮਨ ਮੇਰੇ ਆਤੂ ਸਦਾ ਰੂ, ਮਨ ਮੇਰੇ ਦੁੱਖ ਸਭ ਅੰਗੀਕਾਰ ਕਰੇ, ਸਭਨਾਗਲਾ ਸਮਰਾ ਸੁਆਮੀ ਸੁਖ ਮਨੋ ਸਾਰੇ, ਕਹੇ ਨਾਨਕ ਮਨ ਮੇਰੇ ਸਾਰੋ, ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ।
ਤੇਰੇ ਸਭ ਹੈ ਜਿਸੇ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਉਸਾਵੇ ਜਿਨਕੇ ਮਨ ਵਸਿਆ ਵਾਜੇ ਸ਼ਬਦ ਮੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਖਾਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਮੇਰਾ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸ਼ਾਂਤ ਸੁਪਨੇ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਗੁਰਬਾਣੀ ਕੀ ਨਗਰ ਵੇਟੋ ਜਿਸ ਦੀਆਂ ਇਹ ਉੜਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤੋਂ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਮਛਿਦ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਤੂ ਤਦਵਾਸ ਕੀਤੇ ਕਾਲ ਕੰਠ ਮਾਰਿਆ ਕਰਮ ਪਾਇਆ ਤੁਜ ਕੋਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸ ਖੋਵਤ ਕਰਿਆਨ ਹਦ ਵਾਜੇ ਸਰੋਵਰ ਭਾਗੀ ਹੋ ਸਗਲ ਮਨੋਰਥ ਪੂਰੇ ਪਾਤ ਪਾਇਆ ਉਤਰੇ ਸਗਲ ਸੂਰੇ ਸਦਾ ਵੀ ਉਤਰੇ ਸੋਹਣੀ ਸੱਚੀ ਬਾਣੀ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਦੇਵ ਨੇ ਕਹੇ ਤੁਸਾ ਗੁਰੇ ਆਪ ਪੂਰੇ ਬਿਮੰਤਾ ਗੁਰ ਚਰਨ ਲਾਗੇ ਵਜਨ ਹਦੂਰੇ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹੇ ਆਪ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਜੇ ਹਦੂਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਤੇ ਧਰਮ ਕਰਨੀ ਆਪੋ ਆਪਣੀ ਕਿਨੇ